ਮੇਰੀ ਜਿਹੜੀ ਸਰਦਾਰਨੀ ਕੱਲਾ ਜਿੰਦੇ ਮੈਂ ਬਾਜ਼ਾਰ ਤੀ ਸੌ ਚੁੱਕੀ ਆ ਉਸ ਦਿਨ ਵੀ ਜਵਾਗ ਜਿੱਦ ਨਾਲ ਲੈ ਗਿਆ ਜਿੱਥੇ ਚੰਡੀਗੜ੍ਹ ਇੱਕ ਵਾਰੀ ਗਈ ਜੀ ਤੁਹਾਡੇ ਉਂਗਲ ਦੇ ਉੱਤੇ ਕੀ ਹੋ ਗਿਆ ਸੀਗਾ ਕੱਟੀ ਸੀ ਅੱਛਾ ਜੀ ਨਾਨਕਾ ਤੋਂ ਖੱਟ ਕੱਟ ਲੈਂਦੇ ਉਹਨਾਂ ਨੇ ਚਾਸ ਤੋਂ ਉੱਥੇ ਸ਼ੁਰੂ ਕਰਨੀ ਸੀ ਉਹਨਾਂ ਨੇ ਵੀ ਗਰਮੀ 'ਚ ਤੇ ਤੁਸੀਂ ਵੀ ਗਰਮੀ 'ਚ ਆ ਜੀ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਬੁਲਾਇਆ ਮੈਨੂੰ ਪਤਾ ਨਹੀਂ ਸੀ ਵੀ ਮੈਨੂੰ ਮੰਤਰੀ ਬਣਾਉਣਾ ਅੱਛਾ ਜੀ ਉੱਥੇ ਤੋਂ ਸੱਦ ਕੇ 15-20 ਮਿੰਟ ਗੱਲਾਂ ਬਾਤਾਂ ਹੁੰਦੀਆਂ ਰਹੀਆਂ ਤੇ ਬਾਅਦ ਵਿੱਚ ਮੈਨੂੰ ਕਹਿੰਦੇ ਵੀ ਵਧਾਈ ਹੋਵੇ ਤੈਨੂੰ ਮੈਂ ਆਪਣੀ ਕੈਬਨਿਟ ਵਿੱਚ ਲੈਣਾ ਜਦੋਂ ਇਹਦੇ ਵਿੱਚ ਆ ਕੇ ਪਤਾ ਲੱਗਿਆ ਵਿੰਗ ਵਾਲ ਤਾਂ ਕਾਫੀ ਐ ਔਖਾ ਕੰਮ ਐ ਇਹ ਔਖਾ ਤਾਂ ਨਹੀਂ ਵੀ ਮੈਂ ਤਾਂ ਕਹਿ ਕੇਤੀ ਪੜੀ ਆਹਦਾ ਜੱਟ ਜ਼ਿੰਮੇਦਾਰ ਆਲਾ ਕੰਮ ਆਦਨ ਸੌਖਾ ਸੰਭਾਲਣਾ ਬਾਹਰ ਜਾਣਾ ਕੋ ਸੌਖਾ ਨਹੀਂ ਵੀ 25-30 ਲੱਖ ਰੁਪਈਆ ਲੱਗ ਜਾਂਦਾ ਐਵੇਂ ਗੱਲਾਂ ਹੀ ਆ ਵੀ ਹਰੇਕ ਬਾਹਰ ਤੁਰਿਆ ਨੂੰ ਸੌਖਾ ਨਹੀਂ ਬਾਹਰ ਮੈਂ ਸਾਰੇ ਪੰਜਾਬ ਚ ਤਨ ਤੁਰ ਫਿਰ ਸਕਦਾ ਜਾਂ ਨਿਗ੍ਹਾ ਰੱਖ ਸਕਦਾ ਕੋਈ ਵਾਰੀ ਗਵਾਂਡ ਚ ਇਹੋ ਜੀ ਗੱਲ ਹੋਈ ਜਾਂਦੀ ਉਹਦੇ ਨੀ ਬੰਦੇ ਨੂੰ ਪਤਾ ਲੱਗਦਾ ਮੈਂ ਸਮਝਦਾ ਵੀ ਹੈ ਥੋੜਾ ਇਹ ਪਰ ਮਿਲੂਗਾ ਜੀ ਮਾਨ ਸਾਹਿਬ ਕਈ ਗੱਲਾਂ ਤੇ ਕਈ ਤੰਦਾਂ ਜਿਹੜੀਆਂ ਅੰਦੇੜਨੀਆਂ ਪੈਣੀਆਂ ਤੇ ਜੋੜਨੀਆਂ ਪੈਣੀਆਂ ਇੱਕ ਬੜਾ ਵੱਡਾ ਉਹਨਾਂ ਦਾ ਇੱਕ ਬਿਜ਼ਨਸ ਵੀ ਹੈ ਲੋ ਇੰਡੈਕਸਸ ਵੀ ਚੱਲਦਾਗਾ ਤਾਂ ਉਹਨੂੰ ਤੋੜਨ ਲਈ ਵੀ ਕੋਈ ਯਤਨ ਕਰਦਾ ਕਈ ਜਿਹੜੇ ਜਾਣਨ ਵਾਲੇ ਲੋਕ ਇਹ ਕਹਿੰਦੇ ਸੀ ਯਾਰ ਕਿਤੇ ਹੋਰ ਲੜ ਲੈਣ ਦਾ ਸੌਖਾ ਨਹੀਂ ਸੀ ਰਿਸ਼ਤੇਦਾਰ ਵੀ ਸੀਗੇ ਉਹ ਵੀ ਥੋੜਾ ਸਮਝਦੇ ਸੀਗੇ ਵੀ ਐਵੇਂ ਪੰਗੇ ਲੈਂਦਾ ਹੈ ਜੀਨੇ ਇੱਕ ਵਾਰੀ ਬਾਹ ਫੜ ਲਈ ਉਹਨੇ ਛੱਡੀ ਨਹੀਂ ਮੈਨੂੰ ਨਾਲ ਨਾਲ ਤੋਰੀ ਆਇਆ ਇਹ ਪੋਲਿਟਿਕਲ ਮਰਡਰ ਹੈ ਨੂੰ ਗਾਲ ਹੀ ਹੋ ਸੀ ਕਿ ਵੇਖ ਕੇ ਸੈਂਟਰ ਕੋਲ ਸੀਬੀਆਈ ਆਈ ਸੀਬੀਆਈ ਨੇ ਕੋਈ ਉਹਦੀ ਫਾਈਂਡਿੰਗ ਰਿਪੋਰਟ ਦਿੱਤੀ ਵਿੱਚ ਕਰ ਦਿੱਤੀ ਬਹੁਤ ਲੰਬਾ ਸਮਾਂ ਹੋ ਗਿਆ ਨਾ ਤੇ ਰਾਜ ਵੀ ਗਵਰਨਰ ਵੀ ਰਾਜ ਨੂੰ ਲੋਕਾਂ ਦੇ ਰਾਜ ਜਿਹੜੇ ਕਿਸੇ ਨੂੰ ਸੂਬੇ ਨੂੰ ਰਹਿਣ ਨਹੀਂ ਦੇ ਪੌ ਤਾਂ ਹਜ਼ਾਰਾਂ ਹਜ਼ਾਰਾਂ ਲੋਕਾਂ ਦੀਆਂ ਗਰਨਾ ਇਸ ਸੰਸਾਰ ਤੋਂ ਜੁੜ ਨਹੀਂ ਸਕੀ ਪਤ ਪੰਜਾਬ ਲੋਕ ਮਾ ਟੀਵੀ ਦੇ ਖਾਸ ਸ਼ੋਅ ਦਾ ਪੋਲਿਟੀਕਲ ਅਨਕਟ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਤੇ ਮੈਂ ਹਾਂ ਜਸਪਾਲ ਮਾਨ ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜੇ ਨੇ ਕੈਬਨਿਟ ਮੰਤਰੀ ਜਥੇਦਾਰ ਗੁਰਮੀਤ ਸਿੰਘ ਖੁੱਡੀਆਂ ਜੀ ਤਾਂ ਖੁੱਡੀਆਂ ਸਾਹਿਬ ਤੋਂ ਜਾਣਾਂਗੇ ਕਿ ਬਈ ਖੇਤੀਬਾੜੀ ਸੈਕਟਰ ਦੇ ਵਿੱਚ ਕਿਸ ਤਰ੍ਹਾਂ ਦੇ ਨਾਲ ਸੁਧਾਰ ਕਰਨਗੇ ਤੇ ਉਹਨਾਂ ਦੀ ਜ਼ਿੰਦਗੀ ਦੇ ਕੁਝ ਅਣਜੋਖੇ ਕਿਸੇ ਤੇ ਉਸ ਤੋਂ ਇਲਾਵਾ ਉਹਨਾਂ ਦੇ ਰਾਜਨੀਤਿਕ ਸਫ਼ਰ ਦੀ ਚਰਚਾ ਕਰਾਂਗੇ ਤੇ ਇਸ ਤੋਂ ਇਲਾਵਾ ਕੁਝ ਹੋਰ ਗੱਲਾਂ ਬਾਤਾਂ ਵੀ ਕਰਾਂਗੇ ਸੋ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਤੇ ਫਿਰ ਇਹ ਚਾਚਾ ਸ਼ੁਰੂ ਕਰਦੇ ਹਾਂ ਜਥੇਦਾਰ ਸਾਹਿਬ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਜੀ ਹਮਨ ਸਾਹਿਬ ਸਤਿ ਸ੍ਰੀ ਅਕਾਲ ਜੀ ਪੰਜਾਬ ਲੋਕ ਮਦ ਚੈਨਲ ਨੂੰ ਸਾਰਿਆਂ ਨੂੰ ਵਧਾਈ ਜੀ ਕੀ ਹਾਲ ਚਾਲ ਆ ਠੀਕ ਠਾਕ ਹੂੰ ਸੇ ਤਾਂ ਕੈਮ ਨੇ ਬਹੁਤ ਵਧੀਆ ਕਿਰਪਾ ਕਰ ਕੋ ਜੀ ਤਾਂ ਪੋਲੀਟਿਕਲ ਦੇ ਵਿੱਚ ਬਹੁਤ ਜ਼ਰਾਸੀ ਮਤਲਬ ਸਫਰ ਦੇਖ ਲਿਆ ਆਪਾਂ ਡਾਉਨ ਦੇਖ ਲੇ ਤਾਂ ਹੁਣ ਤੱਕ ਰਾਜਨੀਤੀ ਨੂੰ ਲੈ ਕੇ ਤੁਹਾਨੂੰ ਪਤਾ ਕਿ ਵੱਖ-ਵੱਖ ਲੋਕਾਂ ਦੀ ਵੱਖ-ਵੱਖ ਪ੍ਰਵਾਸ਼ ਜਾਂਦੀ ਹੈ ਕੋਈ ਕਹਿੰਦਾ ਰਾਜਨੀਤੀ ਬੜੀ ਗੰਦੀ ਆ ਕੋਈ ਕਹਿੰਦਾ ਜੀ ਕਿ ਰਾਜਨੀਤੀ ਆ ਜਿਹੜੀ ਇਹ ਪੈਸੇ ਵਾਲਿਆਂ ਦੀ ਤੇ ਪਾਵਰ ਵਾਲਿਆਂ ਦੀ ਰਹਿ ਗਈ ਆ ਜਾਂ ਕਹ ਲਓ ਕਿ ਬਈ ਡਾਂਗ ਵਾਲਿਆਂ ਦੀ ਰਹਿ ਗਈ ਆ ਤਾਂ ਹੁਣ ਤੱਕ ਦੇ ਸਫਰ ਦੇ ਵਿੱਚ ਰਾਜਨੀਤੀ ਨੂੰ ਕਿਵੇਂ ਪ੍ਰਭਾਵਿਤ ਕਰੋਗੇ ਤੁਸੀਂ ਰਾਜਨੀਤੀ ਜੇ ਕਿਸੇ ਵੀ ਇਨਸਾਨ ਨੇ ਆਪਣੀ ਸਟੇਟ ਲਈ ਆਪਣੇ ਲੋਕਾਂ ਲਈ ਕਰਨੀ ਹੈ ਜੀ ਔਖੀ ਤਾਂ ਜ਼ਰੂਰ ਹੈ ਉਹ ਜੀ ਪਰ ਇਸ ਨੂੰ ਮਾੜੀ ਨਹੀਂ ਕਿਹਾ ਜਾ ਸਕਦਾ ਸੋ ਮੈਂ ਤਾਂ ਕੋਈ 35 34 ਸਾਲਾਂ ਤੋਂ ਜਥੇਦਾਰ ਜੀ ਮੇਰੇ ਪਿਤਾ ਜਥੇਦਾਰ ਜਗਦੇਵ ਸਿੰਘ ਖੁੱਡੀਆਂ ਉਹਨਾਂ ਤੋਂ ਬਾਅਦ ਸਿਆਸਤ ਵਿੱਚ ਸਰਗਰਮ ਤੌਰ ਤੇ ਆਏ ਪਹਿਲਾਂ ਵੀ ਥੋੜਾ ਮੋਟਾ ਤੋਂ ਚਲੋਏ ਦੇ ਵਿੱਚ ਉਸ ਪਰਿਵਾਰ ਚ ਜਦੋਂ ਜਨਮ ਲਿਆ ਤਾਂ ਹੁੰਦੀ ਸੀ ਜੀ ਸਾਇੰਸ ਆ ਰਹੀ ਰਾਜਨੀਤੀ ਨਾਲ ਤੇ ਜੇ ਅਸੀਂ ਲੋਕਾਂ ਲਈ ਕੁਝ ਸੋਚੀਏ ਲੋਕਾਂ ਲਈ ਕਰਨ ਲਈ ਤਿਆਰ ਹੋਈਏ ਚਾਹੇ ਪੈਂਡਾ ਥੋੜਾ ਔਖਾ ਹੈ ਪਰ ਫਿਰ ਵੀ ਕਿਸੇ ਨੂੰ ਕਰਨਾ ਤੇ ਜ਼ਰੂਰ ਹੈ ਲੋਕਾਂ ਵਾਸਤੇ ਤੇ ਕੋਈ ਇੰਨੀ ਮਾੜੀ ਗੱਲ ਨਹੀਂ ਜੀ ਤਾਂ ਜੋ ਸਫਰ ਤੁਸੀਂ ਸ਼ੁਰੂ ਕੀਤਾ ਸੀਗਾ ਮੈਂ ਚਾਹੁੰਦਾ ਸੀ ਕਿ ਥੋੜਾ ਜਿਹਾ ਉਹਦੇ ਤੇ ਆਜੀ ਹੈ ਬਸ ਕਾਲਜ ਤੋਂ ਲੈ ਕੇ ਜਾ ਕੇ ਲੋਕਿ ਜਲੋ ਤੁਹਾਡੇ ਫਾਦਰ ਸਾਹਿਬ ਦੇ ਮੌਤ ਤੋਂ ਬਾਅਦ ਖਾਸ ਕਰਕੇ ਕਿਉਂਕਿ ਉਸ ਤੋਂ ਬਾਅਦ ਤੁਸੀਂ ਹੌਲੀ-ਹੌਲੀ ਐਕਟਿਵ ਹੋਏ ਤਾਂ ਮੈਂ ਉਹ ਸਫਰ ਜ਼ਰੂਰ ਜਾਨਣਾ ਚਾਹੂਗਾ ਕਿ ਥੋੜਾ ਜਿਹਾ ਸ਼ੁਰੂਆਤੀ ਤੋਂ ਲੈ ਕੇ ਵੀ ਮਤਲਬ ਜਿਹੜਾ ਹੁਣ ਤੱਕ ਦਾ ਰਿਹਾ ਖਾਸ ਕਰਕੇ 90 ਤੋਂ ਮਿਲ ਲੱਗਦਾ ਉਸ ਤੋਂ ਬਾਅਦ ਲੈ ਕੇ ਹੁਣ ਤੱਕ ਦਾ ਉਸ ਤੋਂ ਪਹਿਲਾਂ ਵੀ ਮੈਂ ਅਸੀਂ 81 82 ਚ ਡੀਏਵੀ ਗਾਲਜ ਪੜ੍ਹਨ ਵਾਸਤੇ ਆਏ ਕਈ ਸਾਰੇ ਪਿੰਡਾਂ ਦੇ ਉਧਰੋਂ ਜਿਹੜੇ ਸਾਥੀ ਹੁੰਦੇ ਸੀ ਇਕੱਠੇ ਹੁੰਦੇ ਸਨ ਜੀ ਤਕਰੀਬਨ ਬੱਸ ਤੇ ਜੀ ਉਹਦੀ ਬੱਸ ਸਾਡੀ ਸਟੂਡੈਂਟਸ ਦੀ ਹੁੰਦੀ ਸੀ ਜੀ ਤੋਂ ਇਧਰ ਕਾਲਜ ਦੀਆਂ ਜਿਹੜੀਆਂ ਕੌਂਸਲ ਦੀਆਂ ਚੋਣਾਂ ਸਾਨੂੰ ਦੇ ਵਿੱਚ ਮੈਨੂੰ ਮੇਰੇ ਸਾਥੀਆਂ ਨੇ ਉਹ ਇਲੈਕਸ਼ਨ ਲੜਾਤੀ ਜੀ ਜੀ ਤਾਂ ਮੈਨੂੰ ਕੋਈ ਬਹੁਤਾ ਪਹਿਲਾਂ ਪਤਾ ਵੀ ਨਹੀਂ ਸੀ ਸਾਡੇ ਪ੍ਰਧਾਨ ਸਾਹਿਬ ਖੜੇ ਕੀਤੇ ਸਨ ਮਾਹੌਣੇ ਦੇ ਮਨਜੀਤ ਸਿੰਘ ਜੀ ਤੇ ਮੈਂ ਉਹਨਾਂ ਨਾਲ ਸੈਕਟਰੀ ਦੀ ਜਿਹੜੀ ਪੋਸਟ ਤੇ ਚੋਣ ਲੜਦਾ ਸੀ ਜੀ ਉਸ ਵੇਲੇ ਮੈਨੂੰ ਮੇਰੇ ਜਿਹੜੇ ਪ੍ਰੈਪਸ ਸੀ ਜੀ ਉਦੋਂ ਪ੍ਰੈਪ 1 ਪ੍ਰੈਪ 2 ਚੱਲਦਾ ਸੀ ਪ੍ਰੈਪ 1 ਤੇ ਪਾਰਟ 1 ਦਾ ਪ੍ਰੈਪ ਤੋਂ ਪਾਰਟ 1 ਹੁੰਦਾ ਜੀ ਉਹ ਮੈਨੂੰ ਮਤਲਬ ਵੱਡੀਆਂ ਕਲਾਸਾਂ ਤੋਂ ਚਲੋ ਵਨਡੇਵੇਂ ਵੋਟਾਂ ਮਿਲੀਆਂ ਸੀ ਜਿਹੜੀ ਪ੍ਰੈਪ ਕਲਾਸ ਸੀ ਸਾਰੇ ਜੀ ਤਕਰੀਬਨ ਜਿਹੜੇ ਉਹ 2-3 ਸੈਕਸ਼ਨਸ ਆ ਜਿਹੜੇ ਉਹਨਾਂ ਨੇ ਮੈਨੂੰ ਖੁੱਲ ਕੇ ਵੋਟਾਂ ਪਾਈਆਂ ਮੇਰੇ ਖਿਆਲ ਦੋ 2.5 ਸੌ ਤੇ ਉਦੋਂ ਮੇਰੀ ਉਹ ਜਿੱਤ ਹੋਈ ਸੀ ਬਹੁਤ ਵਧੀਆ ਰਿਜ਼ਲਟ ਲੋਕਾਂ ਨੇ ਥੋੜਾ ਉਸ ਵੇਲੇ ਤੋਂ ਵੀ ਲੱਗ ਗਿਆ ਫਿਰ ਘਰ ਵਿੱਚ ਜਿਵੇਂ ਰਾਜਨੀਤੀ ਹੋਵੇ ਥੋੜਾ ਕੰਮ ਜਥੇਦਾਰ ਜੀ ਤੋਂ ਬਾਤ ਸਾਹਮਣਾ ਪੈਂਦਾ ਸੀ ਜੀ ਪਰ ਜਿਹੜੀ ਉਹਨਾਂ ਨੇ ਚੋਣ ਲੜੀ 1989 ਦੀ ਉਸ ਵੇਲੇ ਸਾਰੇ ਸਾਥੀ ਵੀ ਚੱਲੇ ਮੈਂ ਵੀ ਉਹਨਾਂ ਵਿੱਚ ਇਹਨਾਂ ਦਾ ਲੀਡ ਕਰਦਾ ਹੀ ਹੁੰਦਾ ਸੀ ਉਸ ਤੋਂ ਬਾਅਦ ਜਦੋਂ ਜਥੇਦਾਰ ਜੀ ਇਸ ਸੰਸਾਰ ਤੋਂ ਚਲੇ ਗਏ ਮੇਰੇ ਗਲ ਰਾਜਨੀਤੀ ਆ ਗਈ ਮੈਂ ਉਹਨੂੰ ਉਸ ਵੇਲੇ ਤੋਂ ਲੱਗਿਆ ਮੈਂ ਸਮਝਦਾ ਵੀ ਕੋਈ ਇਹਦੇ ਵਿੱਚ ਇਸ ਪੰਡੇ ਵਿੱਚ ਉੱਚੇ ਨੀਵੇਂ ਥਾਂ ਜ਼ਰੂਰ ਆਉਂਦੇ ਆ ਪਰ ਬੰਦਾ ਆਪਣੇ ਆਪ ਤੇ ਥੋੜਾ ਸਥਿਰ ਰਵੇ ਥੋੜਾ ਨਿਸ਼ਚਿੰਤ ਹੋ ਕੇ ਵੀ ਅਬ ਸਾਰੇ ਬਹੁਤ ਵਧੀਆ ਇੱਕ ਦੂਸਰੇ ਨੂੰ ਅੱਜ ਉਸ ਵੇਲੇ ਦੇ ਮੁੰਡੇ ਬਹੁਤ ਭੱਜ ਕੇ ਮਿਲਦੇ ਆ ਤੇ ਹਮੇਸ਼ਾ ਮੇਰੀ ਜਮਹਰਾਜ ਨੀਤੀ ਵਿੱਚ ਆਇਆ ਤਾਂ ਉਹਨਾਂ ਨੇ ਮਦਦ ਵੀ ਕੀਤੀ ਜੀ ਤੇ ਉਸ ਤੋਂ ਬਾਅਦ ਜਦੋਂ ਜ਼ਥੇਦਾਰ ਸਾਹਿਬ ਚਲੇ ਗਏ ਤਾਂ ਉਸ ਤੋਂ ਬਾਅਦ ਫਿਰ ਐਕਟਿਵ ਮੋਡ ਦੇ ਵਿੱਚ ਕਦੋਂ ਸ਼ੁਰੂਆਤ ਹੁੰਦੀ ਹੈ ਜਾਂ ਉਸ ਉਸ ਤੋਂ ਬਾਅਦ ਨਾ ਮੈਨੂੰ ਸਿਮਰਨਜੀਤ ਸਿੰਘ ਮਾਨ ਹੋਰਾਂ ਨੇ 1991 ਦੀ ਲੋਕ ਸਭਾ ਦੀ ਇਸ ਫਰੀਦਕੋਟ ਤੋਂ ਚੋਣ ਲੜਾਈ ਤੇ ਚੋਣ ਇੱਕ ਦਿਨ ਪਹਿਲਾਂ ਭਾਈ ਸ਼ਮਿੰਦਰ ਸਿੰਘ ਜੀ ਹੋਰਾਂ ਦਾ ਬਰਥ ਹੋ ਗਿਆ ਸੀ ਪਰ ਇਹ ਤੋਂ ਇਲਾਵਾ ਸਾਰੀਆਂ ਜਿਹੜੇ ਦਿਨ ਦੂਸਰੇ ਦਿਨ ਪੰਜਾਬ ਦੀਆਂ ਚੋਣਾਂ ਪੋਸਟਪੋਨ ਹੋ ਗਈਆਂ ਸਨ ਤਾਂ ਉਸ ਵੇਲੇ ਤੋਂ ਥੋੜੀ ਸਰਗਰਮੀ ਵਧ ਗਈ ਮੈਂ ਸਾਰੇ ਫਰੀਦਕੋਟ ਹਲਕੇ ਤੁਰਿਆ ਫਿਰਿਆ ਲੋਕ ਵੱਡੇ ਜੈਸਦਾਰ ਜੀ ਹੋਰਾਂ ਦਾ ਬਹੁਤ ਕਰਦੇ ਸਨ ਉਹਨਾਂ ਨੇ ਮੈਨੂੰ ਹੌਸਲਾ ਵੀ ਦਿੱਤਾ ਤੇ ਉਹ ਤੋਂ ਬਾਅਦ ਮੈਂ ਸਰਗਰਮ ਰਾਜਨੀਤੀ ਵਿੱਚ ਆ ਗਿਆ ਜੀ ਤਾਂ ਹੁਣ ਹੋਂ ਦੀ ਪੋਲਿਟਿਕਸ ਤੇ ਆਪਾਂ ਥੋੜਾ ਆ ਜੀਏ ਤਾਂ ਜੋ ਚੀਜ਼ਾਂ ਪਹਿਲਾਂ ਮਨ ਸੋਚ ਕੇ ਚੱਲੇ ਸੀ ਇਹ ਕਿ ਆਹ ਚੀਜ਼ਾਂ ਕੁਝ ਕਰਨੀਆਂ ਨੇ ਚਲੋ ਠੀਕ ਹੈ ਕਿ ਇੱਕ ਜ਼ਿੰਮੇਵਾਰੀ ਵੱਡੀ ਮਿਲ ਗਈ ਬਾਅਦ ਦੇ ਵਿੱਚ ਪਹਿਲਾਂ ਲੋਕਾਂ ਨੇ ਐਮਐਲਏ ਬਣਾਇਆ ਤੇ ਉਸ ਤੋਂ ਬਾਅਦ ਇੱਕ ਪੌੜੀ ਹੋਰ ਤੁਸੀਂ ਚੜ ਗਏ ਤਾਂ ਹੁਣ ਮਤਲਬ ਲੋਕਾਂ ਦੇ ਲਾਂਬੇ ਵੀ ਮਿਲਦੇ ਆ ਕਿ ਧੰਵਾਰੀ ਹੁੰਦਾ ਕਈ ਵਾਰੀ ਹੁੰਦਾ ਕਿ ਅਗਲਾ ਕਹਿੰਦਾ ਕਈ ਜਿਹੜੇ ਨਾਲ ਦੇ ਤੁਹਾਡੇ ਪੜੇ ਲਿਖੇ ਹੋਣਗੇ ਜਾਂ ਤੁਹਾਡੇ ਨਾਲ ਜਿਨ੍ਹਾਂ ਨੇ ਕੰਮ ਕੀਤਾ ਬਹੁਤ ਸਟਰਗਲ ਕੀਤਾ ਉਹ ਕਈ ਵਾਰੀ ਕਿਸੇ ਦਾ ਕੋਈ ਕੰਮ ਨਹੀਂਦਾ ਕੋਈ ਗਲੇ ਸ਼ਿਕਵਾ ਵੀ ਕਰ ਜਾਂਦਾਗਾ ਜਦੋਂ ਇੱਡੀ ਵੱਡੀ ਜ਼ਿੰਮੇਵਾਰੀ ਹੋਵੇ ਉਹਦੇ 'ਚ ਥੋੜੀਆਂ-ਮੋਟੀਆਂ ਗੱਲਾਂ ਕਿ ਜਿਨ੍ਹਾਂ ਨੂੰ ਉਮੀਦਾਂ ਬਹੁਤ ਵੱਡੀਆਂ ਹੁੰਦੀਆਂ ਉਸ ਤੇ ਕਈ ਵਾਰੀ ਉਹਨੂੰ ਲੱਗਦਾ ਵੀ ਸਿਰੇ ਨਹੀਂ ਚੜ ਰਹੀ ਤੇ ਥੋੜਾ ਜਿਹਾ ਮਿੱਠੀ ਜਿਹੀ ਨਿਰਾਸ਼ਗੀ ਜ਼ਰੂਰ ਦਿਖਾਉਂਦੇ ਆ ਪਰ ਮੈਨੂੰ ਸਾਰਿਆਂ ਨੇ ਜਿਵੇਂ ਕਹਾਂ ਲੰਬੀ ਹਲਕੇ ਦੇ ਲੋਕਾਂ ਨੇ ਬਹੁਤ ਵੱਡਾ ਪਿਆਰ ਦਿੱਤਾ ਤੇ ਕੋਈ ਇਹੋ ਜਿਹਾ ਵੱਡਾ ਲਾਂਭਾ ਨਹੀਂ ਦਿੱਤਾ ਵੀ ਤੋਂ ਇਸ ਤਰ੍ਹਾਂ ਕਿਉਂਕਿ ਮੈਂ ਕਿਸੇ 'ਚ ਵਿਗਾੜ ਪਾਉਣ ਦੀ ਕੋਸ਼ਿਸ਼ ਨਹੀਂ ਕੀਤੀ ਮੈਂ ਇਸ ਨੂੰ ਉਹਦਾ ਨਜਾਇਜ਼ ਫਾਇਦਾ ਨਹੀਂ ਠਾਇਆ ਵੀ ਇਹਨੂੰ ਤੰਗ ਪਰੇਸ਼ਾਨ ਵੱਲੋਂ ਜੇ ਕਿਸੇ ਦਾ ਕੰਮ ਛੋਟਾ ਮੋਟਾ ਰਹਿ ਵੀ ਗਿਆ ਤਾਂ ਇੱਕ ਵਾਰੀ ਉਸ ਬੰਦੇ ਨੇ ਸੋਚਿਆ ਵੀ ਨਹੀਂ ਹੋ ਸਕਿਆ ਪਰ ਫਿਰ ਬਾਅਦ ਵਿੱਚ ਮੇਰੀ ਮਜਬੂਰੀ ਨੂੰ ਵੀ ਉਹ ਜਾਣ ਜਾਂਦੇ ਆ ਜੀ ਸਾਡੇ ਮੈਂ ਕਈ ਜਿਹੜੇ ਤੁਹਾਨੂੰ ਪਤਾ ਕਿ ਨਾਲ ਟੀਮ 'ਚ ਕੰਮ ਕਰਦੇ ਆ ਮੁੰਡੇ ਉਹਨਾਂ ਨਾਲ ਗੱਲ ਕਰਦੇ ਆ ਕਹਿੰਦੇ ਜੱਥੇਦਾਰ ਸਾਹਿਬ ਜਦੋਂ ਪਹਿਲੀ ਵਾਰੀ ਜਾਂ ਦੂਜੀ ਵਾਰੀ ਫੋਨ ਕਰਦੇ ਨਰਮੀ 'ਚ ਹੁੰਦੇ ਆ ਕਿ ਭਾਈ ਅਫਸਰ ਨੂੰ ਕਹਿੰਦੇ ਭਾਈ ਕੰਮ ਕਰ ਦੇ ਯਾਰ ਸਾਡੇ ਬੰਦੇ ਦਾ ਭੇਜ ਦੇ ਬੇਨਤਾ ਜਾਂ ਕਹੋ ਬੇਨਤੀ ਆ ਦੂਜੀ ਤੇ ਜਿਵੇਂ ਵਾਰੀ ਕਹਿੰਦੇ ਕਈ ਵਾਰ ਗੁੱਸੇ ਵੀ ਹੋ ਜਾਂਦੇ ਆ ਕਿ ਕਹਿੰਦੇ ਕਿ ਪਤਾ ਨਹੀਂ ਲੱਗਦਾ ਕਹਿੰਦੇ ਵੀ ਫਿਰ ਗੁੱਸੇ 'ਚ ਹੁੰਦੇ ਤਾਂ ਬਾਈ ਕਹਿੰਦੇ ਕਿ ਫਿਰ ਕਈ ਵਾਰੀ ਮਤਲਬ ਕੰਮ ਕਹਿੰਦੇ ਕੈਂ ਲੱਗਦਾ ਅਗਲੇ ਅਫਸਰ ਨੂੰ ਕਿ ਨਾ ਬਾਈ ਯਾਰ ਮੈਂ ਗੁਸਤਾਖੀ ਕਰ ਲਈ ਯਾਰ ਕਹਿ ਕੇ ਜਾਂ ਨਹੀਂ ਕੀਤਾ ਜਿਹੜਾ ਮੈਂ ਖੂਬ ਬਹੁਤ ਲੰਮੇ ਸਮੇਂ ਤੋਂ ਵਿਚਰਦਾ ਆ ਰਿਆਂ ਸਾਰੇ ਅਫਸਰ ਆਪਦੇ ਭੈਣ ਭਰਾਵਾਂ ਵਰਗੇ ਮੈਨੂੰ ਕਦੇ ਕਿਸੇ ਤੇ ਨਾ ਲੱਗਿਆ ਨਹੀਂ ਜੀ ਮੈਨੂੰ ਵੈਸੇ ਵੀ ਆਦਤ ਆ ਵੀ ਇੱਕ ਵਾਰੀ ਤਾਂ ਜ਼ਰੂਰ ਕੰਮ ਕਰੋ ਦੂਜੀ ਵਾਰੀ ਕਈ ਵਾਰੀ ਹੁੰਦਾ ਬੰਦਾ ਕਿਸੇ ਖਿਆਲ 'ਚ ਨਹੀਂ ਯਾਦ ਕਰਾ ਦੇ ਉਦੋਂ ਬਾਅਦ ਕਹਿਣ ਦਾ ਨਹੀਂ ਪਰ ਜੇ ਕੋਈ ਆਪ ਦਾ ਨਜ਼ਦੀਕੀ ਬੰਦਾ ਕਹੇ ਦੀ ਮੈਨੂੰ ਕਹਿ ਕੈਂ ਫਿਰ ਮੈਨੂੰ ਜ਼ਰੂਰ ਲੱਗ ਜਾਂਦਾ ਵੀ ਜਦੋਂ ਟਾਲੇ ਟੱਪੇ ਕਰਦਾ ਤੇ ਮਨ ਵਿੱਚ ਆਉਂਦਾ ਯਾਰ ਵੀ ਇਹ ਜਾਣ ਕੇ ਕਰ ਰਿਹਾ ਥੋੜੀ-ਮੁੱਟੀ ਉਹ ਨਰਾਜ਼ਗੀ ਹੋ ਵੀ ਜਾਂਦੀ ਹੈ ਗੁੱਸਾ ਹੋ ਵੀ ਜਾਂਦਾ ਪਰ ਮੇਰਾ ਕਿਸੇ ਨਾਲ ਪਰਮਨੈਂਟ ਤੱਕ ਕਿਸੇ ਨਾਲ ਹੈ ਨਹੀਂ ਵੀ ਕਿ ਤੁਹਾਨੂੰ ਮੈਂ ਇਹ ਗੱਲ ਕਹਾ ਥੋੜਾ-ਮੋਟਾ ਕਈ ਵਾਰੀ ਕਿਸੇ ਨਾਲ ਹੋ ਵੀ ਜਾਂਦਾ ਤਾਂ ਮੈਂ ਉਹਨੂੰ ਆਪ ਵੀ ਸਮਝਦਾ ਹੁਣਾ ਵੀ ਨਹੀਂ ਹੋਣਾ ਚਾਹੀਦਾ ਪਰ ਇਹ ਲੋਕਾਂ ਵਾਸਤੇ ਮੇਰੇ ਆਪ ਦਾ ਕੋਈ ਵੀ ਕੰਮ ਨਹੀਂ ਹੁੰਦਾ ਜੀ 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 ਤੁਹਾਡੇ ਕੋਲੇ ਖੇਤੀਬਾੜੀ ਵਿਭਾਗ ਮਹਿਕਮਾ ਬੜਾ ਕਹ ਲਓ ਕਿ ਸਾਡੇ ਲਈ ਤਾਂ ਇੱਕੋ ਸੈਕਟਰ ਆ ਕਿ ਜਿਹਦੇ ਉੱਤੇ ਸਾਡਾ ਪੰਜਾਬ ਡਿਪੈਂਡ ਕਰਦਾ ਤਾਂ ਉਹਨੂੰ ਲੈ ਕੇ ਮਤਲਬ ਇੱਕ ਵਿਜਨ ਹੁੰਦਾ ਕੁਝ ਚੀਜ਼ਾਂ ਹੁੰਦੀਆਂ ਖਾਸ ਕਿ ਮੈਂ ਆ ਚੀਜ਼ਾਂ ਦੇ ਉੱਤੇ ਮੈਂ ਕੰਮ ਕਰਨਾ ਜਾਂ ਮਨ ਦੀ ਕੋਈ ਇੱਛਾ ਕਿ ਮੈਂ ਆ ਚੀਜ਼ ਦੇ ਉੱਤੇ ਜ਼ਰੂਰ ਕੰਮ ਕਰਨਾ ਚਾਹੁੰਦਾ ਖੇਤੀਬਾੜੀ ਸੈਕਟਰ ਦੇ ਲਈ ਜਦੋਂ ਮੈਨੂੰ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਬੁਲਾਇਆ ਜੀ ਮੈਨੂੰ ਪਤਾ ਨਹੀਂ ਸੀ ਵੀ ਮੈਨੂੰ ਮੰਤਰੀ ਬਣਾਉਣਾ ਅੱਛਾ ਜੀ ਉੱਥੇ ਤੋਂ ਸੱਦ ਕੇ ਕੋਈ 15-20 ਮਿੰਟ ਗੱਲਾਂ ਬਾਤਾਂ ਹੁੰਦੀਆਂ ਰਹੀਆਂ ਤੇ ਬਾਅਦ ਚ ਮੈਨੂੰ ਕਹਿੰਦੇ ਵੀ ਵਧਾਈ ਹੋਵੇ ਤੈਨੂੰ ਮੈਂ ਆਪਣੀ ਕੈਬਨਿਟ ਵਿੱਚ ਲੈਣਾ ਹੈ ਜੀ ਮੈਂ ਚਲੋ ਉਹਨਾਂ ਦਾ ਸ਼ੁਕਰਾਨਾ ਵੀ ਕੀਤਾ ਤੇ ਮੈਨੂੰ ਉਸ ਵੇਲੇ ਵੀ ਪਤਾ ਸੀ ਕਿਹੜਾ ਮਹਿਕਮਾ ਨਾਏ ਆਪਾਂ ਕੋਈ ਕਹਿ ਸਕਦੇ ਸੀ ਤੇ ਨਾਏ ਮੈਨੂੰ ਉਸ ਦਾ ਪਤਾ ਨਹੀਂ ਜਿਵੇਂ ਗੱਲਾਂ ਹੁੰਦੀਆਂ ਕਿ ਪਹਿਲਾਂ ਚੀਜ਼ਾਂ ਡਿਸਕਸ ਹੁੰਦੀਆਂ ਤੋਂ ਉਹਨਾਂ ਕੋਈ ਕੁਝ ਨਹੀਂ ਸੀ ਪਤਾ ਜੀ ਦੂਸਰੇ ਦਿਨ ਜਦੋਂ ਇਹ ਸਾਰਿਆਂ ਪੋਰਟਫੋਲੀਓ ਛਪਿਆ ਆ ਗਿਆ ਕਿਸੇ ਦਾ ਇੱਧਰ ਕਰਤਾ ਇੱਧਰ ਕਰਤਾ ਉਦੋਂ ਮੇਰਾ ਲਿਖਤਾ ਵੀ ਗੁਰਮੀਤ ਸਿੰਘ ਗੁੱਡੀਆਂ ਖੇਤੀਬਾੜੀ ਪਸ਼ੂ ਪਾਲਣ ਮੱਛੀ ਪਾਲਣ ਫੂਡ ਪ੍ਰੋਸੈਸਿੰਗ ਦਾ ਇਹਨੂੰ ਦਿੱਤਾ ਜਾਂਦਾ ਮੈਨੂੰ ਉਸ ਵੇਲੇ ਪਤਾ ਲੱਗਿਆ ਜੀ ਤੇ ਮੈਨੂੰ ਇਸ ਗੱਲ ਦੀ ਮਾਨ ਸਾਹਿਬ ਖੁਸ਼ੀ ਵੀ ਹੋਈ ਜੀ ਕਿ ਮੈਨੂੰ ਉਹ ਵਿਭਾਗ ਮਿਲਿਆ ਜਿਹਦੇ ਨਾਲ ਮੈਂ ਜੁੜਿਆ ਹੋਇਆ ਜੀ ਜਾਂ ਜਿਹਦੇ ਨਾਲ ਪੰਜਾਬ ਜੁੜਿਆ ਹੋਇਆ ਜੀ ਦੂਸਰਾ ਉਹਦੇ ਵਿੱਚ ਮਾਰਕੀਟਿੰਗ ਬੋਰਡ ਮਾਰਕੀਟਿੰਗ ਬੋਰਡ ਦੇ ਮੇਰੇ ਪਿਤਾ ਜੀ ਜਥੇਦਾਰ ਜਗਦੇਵ ਸਿੰਘ ਖੁੱਡੀਆਂ 77 ਤੋਂ 80 ਤੱਕ ਚੇਅਰਮੈਨ ਰਹੇ ਆ ਜੀ ਤੇ ਮੈਨੂੰ ਉਹ ਵੀ ਲੱਗਿਆ ਵੀ ਆਪ ਦਾ ਜ ਆ ਉਹਦੇ ਵਿੱਚ ਪਹਿਲਾਂ ਜਿਵੇਂ ਕਿਤੇ ਜਾਂ ਕਿਤੇ ਆਉਣ ਜਾਣ ਹੁੰਦਾ ਸੀ ਅੱਜ ਤੱਕ ਵੀ ਉਹਨਾਂ ਦੀ ਬਹੁਤ ਇੱਜ਼ਤ ਸਾਰੇ ਮਹਿਕਮੇ ਵਾਲੇ ਲੋਕ ਕਰਦੇ ਆ ਜਾਂ ਚਾਹੇ ਰਿਟਾਇਰ ਹੋ ਗਏ ਚਾਹੇ ਉਹਨਾਂ ਦੇ ਹੋਰ ਵਾਰਸ ਉੱਥੇ ਆਏ ਨੇ ਜੀ ਤਾਂ ਜਦੋਂ ਇਹਦੇ ਵਿੱਚ ਆ ਕੇ ਪਤਾ ਲੱਗਿਆ ਵੀ ਵਿੰਗ ਵਾਲ ਤਾਂ ਕਾਫੀ ਹੈ ਔਖਾ ਕੰਮ ਹੈ ਜੀ ਇਹ ਸੌਖਾ ਨਹੀਂ ਵੀ ਮੈਂ ਤਾਂ ਕਿ ਖੇਤੀਬਾੜੀ ਆਪਦਾ ਜੱਟ ਜ਼ਿਮੀਂਦਾਰ ਵਾਲਾ ਕੰਮ ਆ ਤੇ ਸੌਖਾ ਸੰਭਾਲਣਾ ਜੀ ਕਿਉਂਕਿ ਬਹੁਤ ਲੰਮਾ ਚੋੜਾ ਜੁੜਿਆ ਹੋਇਆ ਹੈ ਸਾਰੇ ਪੰਜਾਬ ਨੂੰ ਜੇ ਸੰਭਾਲਦੀ ਹੈ ਤਾਂ ਖੇਤੀਬਾੜੀ ਸੰਭਾਲਦੀ ਜੇ ਆਰਥਿਕਤਾ ਹੈ ਤਾਂ ਪੰਜਾਬ ਦੀ ਖੇਤੀਬਾੜੀ ਤੇ ਖੜੀ ਹੈ ਔਰ ਇਸ ਨੇ ਪੰਜਾਬ ਨੂੰ ਕਾਫੀ ਖੁਸ਼ਹਾਲ ਵੀ ਕੀਤਾ ਹੈ ਤੇ ਮੰਦ ਹਾਲੀ ਦੀ ਹਾਲਤ ਵਿੱਚ ਖਸ਼ਾਲਤਾ ਜੇ ਕਹਾਂ ਮੈਂ ਵੀ ਬਹੁਤ ਸਾਰੇ ਜਿੰਨਾਂ ਕੋਲੇ ਚੰਗੀਆਂ ਜ਼ਮੀਨ ਜਾਇਦਾਦ ਦਾ ਹੈ ਜ਼ਮੀਂਦਾਰ ਸੌਖਾ guzara ਕਰ ਰਹੇ ਜੀ ਬੰਦਾ ਹਲੀ ਉੱਥੇ ਜਿੱਥੇ ਪੰਜਾ ਚਾਰ ਕਿੱਲਾਂ ਤੋਂ ਥੱਲੇ ਵਾਲੇ ਆ ਜਾਂਦੇ ਉਹਨਾਂ ਵਾਸਤੇ ਕੋਈ ਪਰਿਵਾਰ ਤਾਂ ਉਹਨਾਂ ਦੇ ਵੀ ਉੱਡੇ ਹੈ ਤੇ ਪਰਿਵਾਰ ਵੱਡਿਆਂ ਦੇ ਵੀ ਉੱਡੇ ਪਰਿਵਾਰ ਦਾ ਖਰਚਾ ਹਰ ਇੱਕ ਦਾ ਉਸ ਤਰ੍ਹਾਂ ਦਾ ਹੀ ਹੁੰਦਾ ਜੀ ਬੱਚਿਆਂ ਦੀ ਫੀਸ ਬੱਚਿਆਂ ਨੂੰ ਪੜਾਉਣਾ ਚਲੋ ਮਾੜਾ ਮੋਟਾ ਵੱਡੇ ਛੋਟੇ ਸਕੂਲ ਚ ਲਾ ਸਕਦਾ ਪਰ ਫਿਰ ਵੀ ਉਹ ਲੋੜਾਂ ਉਹਨਾਂ ਦੇ ਹਾਲਾਤ ਕੋਈ ਬਹੁਤੇ ਚੰਗੇ ਨਹੀਂ ਜਿਹੜੇ ਮੈਂ ਮਹਿਸੂਸ ਕਰਦਾ ਔਰ ਖੇਤੀਬਾੜੀ ਦੀ ਨੀਤੀ ਬਣਾਉਣ ਲਈ ਪਿਛਲੇ ਸਮੇਂ ਤੋਂ ਜਦੋਂ ਸਰਦਾਰ ਭਗਵੰਤ ਸਿੰਘ ਮਾਨ ਵੀ ਸਰਕਾਰ ਵਿੱਚ ਆਏ ਤੇ ਉਹਨਾਂ ਨੇ ਪਹਿਲਾਂ ਵੀ ਲੋਕਾਂ ਨਾਲ ਵਾਅਦਾ ਕੀਤਾ ਸੀ ਵੀ ਪੰਜਾਬ ਦੇ ਲੋਕਾਂ ਦੀ ਜਿਹੜੀ ਸਾਡੀ ਮੁੱਖ ਕੀਤਾ ਹੀ ਹੈ ਖੇਤੀ ਇਹਨੂੰ ਸੁਧਾਰਨ ਦੇ ਲਈ ਅਸੀਂ ਜ਼ੋਰ ਲਾਵਾਂਗੇ ਜ਼ਮੀਨਦਾਰਾਂ ਦੇ ਚੋਂ ਚੰਗੇ ਬਨਾਫੇ ਵੱਲ ਜਾਵੇ ਤੋਂ ਜਿਹੜੀ ਪਾਲਸੀ ਬਣ ਰਹੀ ਹੈ ਉਹਦੇ ਨਾਲ ਮੈਨੂੰ ਜਿਹੜਾ ਆਪ ਲੱਗ ਰਿਹਾ ਵੀ ਉਹਦੇ ਨਾਲ ਅਸੀਂ ਜ਼ਰੂਰ ਇਸ ਨਾਲੋਂ ਚੰਗੇ ਦਿਨਾਂ ਵਿੱਚ ਆਵਾਂਗੇ ਜਿੱਥੋਂ ਦੀ ਜ਼ਮੀਨ ਜਿਹੜੀ ਫਸਲ ਨੂੰ ਮੰਨਦੀ ਹੋਈ ਉਸ ਨੂੰ ਸਰਕਾਰ ਵਜਾਉਣ ਲਈ ਕਿਸਾਨਾਂ ਨੂੰ ਪ੍ਰੇਰੂਗੀ ਬੇਨਤੀਆਂ ਕਰੂ ਔਰ ਉਹਨਾਂ ਲਈ ਸੁਖ-ਸਹੂਲਤਾਂ ਵੀ ਉੱਥੇ ਜਿਹੜੇ ਸੰਦਾਂ ਦੀ ਲੋੜ ਆ ਜਿਵੇਂ ਸਬਸਿਡੀ ਦੇਣੀ ਆ ਤਾਂ ਅਸੀਂ ਉੱਥੇ ਦੇ ਸਕਦੇ ਆ ਜੇ ਪਾਣੀ ਦੀ ਉਸ ਤਰ੍ਹਾਂ ਦੀ ਲੋੜ ਆ ਤਾਂ ਅਸੀਂ ਉੱਥੇ ਦੇਵਾਂਗੇ ਜਿੱਥੇ ਬਾਗ ਲੱਗ ਸਕਦਾ ਬਾਗ ਆ ਜਿੱਥੇ ਸਬਜ਼ੀਆਂ ਸਬਜ਼ੀਆਂ ਔਰ ਉਹਦੇ ਨਾਲ ਜੁੜਿਆ ਹੋਇਆ ਮਹਿਕਮਾ ਮੇਰਾ ਹੈ ਫੂਡ ਪ੍ਰੋਸੈਸਿੰਗ ਦਾ ਜੀ ਫੂਡ ਪ੍ਰੋਸੈਸਿੰਗ ਦਾ ਜੇ ਥੋੜਾ ਜਆ ਆਮ ਨੌਜਵਾਨ ਸਮਝਣ ਲੱਗੇ ਕਿ ਬਾਲਾ ਵੱਡਾ ਓੱਖਾ ਕੰਮ ਨਹੀਂ ਛੋਟੇ ਤੋਂ ਛੋਟਾ ਤੇ ਵੱਡੇ ਤੋਂ ਵੱਡਾ ਯੂਨਿਟ ਲਾਇਆ ਜਾ ਸਕਦਾ ਛੋਟੇ ਨਾਲ ਜੇ ਕੋਈ ਆਟਾ ਚੱਕੀ ਤੇਲ ਵਾਲਾ ਕੋਲੂ ਕੋਈ ਹੋਰ ਤੋਂ ਛੋਟੀਆਂ ਮਸ਼ੀਨਾਂ ਲਾ ਕੇ ਆਪ ਦੇ ਘਰ ਦੀ ਫਸਲ ਨੂੰ ਉਹਦੇ ਵਿੱਚ ਦੀ ਪ੍ਰੋਸੈਸਿੰਗ ਕਰਕੇ ਤੇ ਦੁੱਗਣਾ ਡੇਢਾ ਦੁੱਗਣਾ ਰੇਟ ਲੈ ਕੇ ਮੁਨਾਫਾ ਕਮਾ ਸਕਦਾ ਤੇ ਮੇਰੇ ਖਿਆਲੋਂ ਇਹ ਜਿਹੇ ਪ੍ਰੋਜੈਕਟ 1 ਲੱਖ 1 ਲੱਖ 2 ਲੱਖ ਵਿੱਚ ਤਿਆਰ ਹੋ ਜਾਣਗੇ ਜੇ ਥੋੜਾ ਨੌਜਵਾਨ ਉਸ Pase ਹੋਰ ਵੱਡੇ ਤੌਰ ਤੇ ਵੀ ਅਸੀਂ ਚਾਹੁੰਦੇ ਆਂ ਵੀ ਕਈ ਕੰਪਨੀ ਆਲਿਆਂ ਨੇ ਮੈਨੂੰ ਅਪਰੋਚ ਵੀ ਕੀਤਾ ਵੀ ਤੁਸੀਂ ਸਾਨੂੰ ਜੇ ਮਤਲਬ ਜਿਹੜੀਆਂ ਸਾਡੀ ਔਖ ਨਾਵੇ ਸਾਨੂੰ ਇੱਥੇ ਲਾਉਣ ਵਿੱਚ ਮੈਂ ਕਿਹਾ ਮੈਂ ਉਹਨਾਂ ਨੂੰ ਕਿਹਾ ਸੀ ਤਸੱਲੀ ਦਿੱਤੀ ਹੈ ਵੀ ਅਸੀਂ ਪੰਜਾਬ ਦੇ ਇਹਨੂੰ ਬਚਾਉਣ ਵਾਸਤੇ ਇਹਦੀ ਹਾਲਾਤ ਸੁਧਾਰਨ ਵਾਸਤੇ ਅਸੀਂ ਜੋ ਕਰਨਾ ਸੀ ਕਰਨ ਲਈ ਤਿਆਰ ਆਂ ਵੀ ਕੋਈ ਇੱਥੇ ਲਾ ਰਿਹਾ ਜਿਹਦੇ ਨਾਲ ਜਿਵੇਂ ਫਰੂਟ ਹੈ ਉਹ 1 2 4 ਦਿਨਾਂ ਚ ਵੇਚਣ ਦੇ ਹੁੰਦਾ ਫਿਰ ਉਹ ਖਰਾਬ ਹੋਣ ਵਾਲ ਜਾਂਦਾ ਹੈ ਉਹਨਾਂ ਦਿਨਾਂ ਚ ਕਈ ਵਾਰੀ ਰੇਟ ਨਹੀਂ ਹੁੰਦਾ ਜੇ ਉਹ ਪ੍ਰੋਸੈਸਿੰਗ ਹੋਣ ਲੱਗ ਜੇ ਅੱਜ ਕੱਲ ਤਾਂ ਬਹੁਤ ਤਰੀਕੇ ਆ ਪਹਿਲਾਂ ਤਾਂ ਕਲਾ ਪੇਸਟ ਬਣਦਾ ਸੀ ਕਲਾ ਜੂਸ ਨਿਕਲਦਾ ਸੀ ਹੁਣ ਡਰਾਈਡ ਰੂਈ ਵੀ ਕਰਨ ਲੱਗ ਗਏ ਜਿਹੜਾ ਪਾਊਡਰੀ ਬਣ ਜਾਂਦਾ ਹੈ ਤਾਂ ਉਹਦੇ ਨਾਲ ਬਹੁਤ ਬਹੁਤ ਲੰਮਾ ਸਮਾਂ ਕੱਢ ਜਾਂਦਾ ਜਦੋਂ ਤੁਹਾਡਾ ਚੰਗੇ ਰੇਟ ਆਉਣਗੇ ਉਸ ਉਸ ਵੇਲੇ ਤੁਸੀਂ ਉਹਨੂੰ ਮਾਰਕੀਟ ਵਿੱਚ ਲਿਆ ਸਕਦੇ ਆ ਉਹ ਜ਼ਰੂਰ ਮੇ ਮੇਰੀ ਇੱਛਾ ਹੈ ਤੇ ਮੇਰੇ ਸੰਪਰਕ ਵੀ ਕਈਆਂ ਨਾਲ ਵੀ ਉਹੋ ਜਿਹੇ ਫੂਡ پارک ਤਿਆਰ ਕੀਤੇ ਜਾਣ ਔਰ ਛੋਟੇ ਕਿਸਾਨਾਂ ਲਈ ਜਿਵੇਂ ਡੇਰੀ ਫਾਰਮ ਦਾ ਛੋਟਾ ਡੇਰੀ ਫਾਰਮ ਚਲਾ ਕੇ ਥੋੜੀ ਰੋਜ਼ ਦੀ ਆਮਦਨ ਜ਼ਰੂਰ ਹੋਣੀ ਚਾਹੀਦੀ ਸਾਨੂੰ ਘਰ ਚਲਾਉਣ ਵਾਸਤੇ ਇਸ ਵਾਸਤੇ ਚਾਹੇ ਮੁਰਗੀ ਪਾਲਣ ਕਰ ਲੈ ਪਿਗਰੀ ਜਿਹੜਾ ਸੂਰ ਪਾਲਣ ਹੈ ਬਹੁਤ ਵਧੀਆ ਤੰਦਾ ਹੈ ਪਰ ਉਹਨੂੰ ਥੋੜਾ ਜਿਹਾ ਸਾਂਭਣ ਵਾਲਾ ਬੰਦਾ ਕੋਈ ਟ੍ਰੇਨਿੰਗ ਲੈ ਲੇ ਤੇ ਉਦੋਂ ਬਾਅਦ ਕਾਫੀ ਉਹਦੇ ਤੇ ਵੀ ਮੇਰੇ ਨਾਲ ਜਿਹੜੀ ਵੀਸੀ ਸਾਹਿਬ ਨੇ ਵੀ ਇਹ ਗੱਲ ਕੀਤੀ ਸੀ ਜਿਹੜਾ ਫੂਡ ਪ੍ਰੋਸੈਸਿੰਗ ਦੇ ਪਿਗਰੀ ਵਰਗੇ ਦਾ ਜੇ ਆਪਾਂ ਪ੍ਰੋਸੈਸਿੰਗ ਕਰ ਲਾਂਗੇ ਨੇ ਇੱਥੋਂ ਟਰੱਕ ਜਾਂਦੇ ਬਹੁਤ ਕਿਰਾਇਆ ਪੈਂਦਾ ਰਾਹ ਚ ਰੋਕਾਂ ਪੈਂਦੀਆਂ ਜੋ ਡੱਬਾ ਬੰਦ ਸੀ ਇਸ ਬਾਹਰ ਜਾਣ ਲੱਗੀ ਨਾਲੇ ਸਾਨੂੰ ਪੈਸੇ ਜ਼ਿਆਦੇ ਐ ਤੇ ਨਾਲੇ ਥੋੜੀ ਕੈਰੇਜ ਘੱਟ ਪਊਗਾ ਸੋ ਜੇ ਇਧਰਲੇ ਪਾਸੇ ਕੋਸ਼ਿਸ਼ ਕਰੂੰਗਾ ਬਹੁਤ ਤੋਂ ਬਹੁਤ ਜ਼ੋਰ ਲਾਵਾਂਗੇ ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਦੱਸ ਕੇ ਨਾਲੇ ਆਪਦੇ ਸਾਥੀਆਂ ਨੂੰ ਲਿਜਾ ਕੇ ਵੀ ਥੋੜੀ ਕੀ ਸਹਾਇਤਾ ਕਰ ਸਕਦੇ ਆਂ ਜਿਹਦੇ ਨਾਲ ਅਸੀਂ ਕਿਸਾਨੀ ਨੂੰ ਥੋੜਾ ਹਲਾਰਾ ਦੇ ਸਕੀਏ ਜਿਹੜੀਆਂ ਗੱਲਾਂ ਬਾਹਰ ਦੀਆਂ ਕੀਤੀਆਂ ਜਾਂਦੀਆਂ ਬਾਹਰ ਜਾਣਾ ਕੋਈ ਸੌਖਾ ਨਹੀਂ ਵੀ 25-30 ਲੱਖ ਰੁਪਈਆ ਲੱਗ ਜਾਂਦਾ ਐਵੇਂ ਗੱਲਾਂ ਹੀ ਆ ਵੀ ਹਰੇਕ ਬਾਹਰ ਤੁਰਿਆ ਜਾਂਦਾ ਸੌਖਾ ਨਹੀਂ ਬਾਹਰ ਜਾਣਾ ਜੀ ਤੋਂ ਅਸੀਂ ਸਾਡੇ ਕੋਲੇ ਇੱਥੇ ਕੰਮ ਹੈ ਖਾਣੀ ਰੋਟੀ ਹੈ ਜੇ ਅਸੀਂ ਰੋਟੀ ਵਧੀਆ ਢੰਗ ਨਾਲ ਖਾਣ ਲੱਗ ਜਾਈਏ ਸਾਡਾ ਰੋਜ਼ ਦਾ ਜੀਵਨ ਵਧੀਆ ਹੋ ਜੇ ਤੋਂ ਸਾਨੂੰ ਕਿਸੇ ਪਾਸੇ ਝਾਕਣ ਦੀ ਲੋੜ ਨਹੀਂ ਜੀ ਅੱਛਾ ਨਰਮਾ ਪੱਟੀ ਦੇ ਵਿੱਚ ਵੀ ਤੁਸੀਂ ਮੇਰੇ ਖੇਤ ਨਾਲ ਇਸ ਵਾਰ ਸ਼ਰ ਵਿਜ਼ਿਟ ਕੀਤਾ ਹੋਵੇਗਾ ਕਿਉਂਕਿ ਤਾਨੂੰ ਪਤਾ ਕਿ ਗੁਲਾਬੀ ਸੁੰਡੀ ਦਾ ਫਿਰ ਇਸ ਵਾਰ ਰੌਲਾ ਪੈ ਰਿਹਾ ਸੀ ਕਿ ਗੁਲਾਬੀ ਸੁੰਡੀ ਬਹੁਤ ਆ ਗਈ ਆ ਤੇ ਅਟੈਕ ਹੋ ਗਿਆ ਨਰਮਾ ਖਰਾਬ ਹੋ ਸਕਦਾ ਅਸਲ ਵਿੱਚ ਨਾ ਮੈਂ 31 ਮਈ ਨੂੰ ਮੈਨੂੰ ਸੌਚ ਗਈ ਗਈ ਸੀ ਬਾਜ਼ਾਰ ਤਵੇ ਚ ਜੀ ਤੋਂ 1 ਜੂਨ ਤੋਂ ਬਾਅਦ ਕੋਈ 5-7 ਹੀ ਹੋਈ ਹੋਣੀਆਂ ਜੂਨ ਤੇ ਰੌਲਾ ਪੈ ਗਿਆ ਵੀ ਗੁਲਾਬੀ ਸੁੰਡੀ ਪੈ ਗਈ ਖਰਾਬੀ ਔਰ ਮੈਨੂੰ ਵੀ ਇਹ ਬਹੁਤ ਆਕ ਜੀ ਲੱਗੀ ਵੀ ਹੁਣ ਜਿਹਦੇ ਚ ਹਮੇਸ਼ਾ ਇੱਕ ਗੱਲ ਹੈ ਜਿਹੜਾ ਖੇਤੀਬਾੜੀ ਮੰਤਰੀ ਬਣ ਜਾ ਦੁਬਾਰੇ ਚੋਣ ਲੜਨ ਦੀ ਬੜੀ ਓਕੀ ਹੋ ਜਾਂਦੀ ਉਹਦੇ ਵਾਸਤੇ ਹਾਂਜੀ ਕਾਰਨ ਹੈ ਕਿ ਕਿਸਾਨੀ ਨਾਲ ਕੋਈ ਬੜਾ ਇਨਸਾਫ ਨਾ ਕਰ ਸਕੇ ਲੋਕ ਜਾਂਦਾ ਇਹੀ ਹੁਣ ਤੇ ਮੈਂ ਵੀ ਸੋਚਿਆ ਵੀ ਇਹ ਤਾਂ ਹੁਣੇ ਕੰਮ ਚੱਲ ਪਿਆ ਮੈਂ ਆਪਦੀ ਭੱਜ ਦੌੜ ਵੀ ਕੀਤੀ ਸਾਰੇ ਅਫਸਰਾਂ ਨੂੰ ਦੋ ਚਾਰ ਮੀਟਿੰਗਾਂ ਸੱਦ ਕੇ ਵੀ ਉਹਨਾਂ ਤੇ ਇਹ ਕਿਹਾ ਵੀ ਭਾਈ ਜਿਹੜੀਆਂ ਦਵਾਈਆਂ ਜਿਹੜੀ ਲੋਡ ਆ ਤੁਸੀਂ ਪਿੰਡਾਂ ਵਿੱਚ ਜਾਓ ਲੋਕਾਂ ਨਾਲ ਮੇਲ ਮਲਾਪ ਕਰੋ ਬਹੁਤ ਹੱਦ ਤੱਕ ਜਿਹੜੇ ਏਡੀਓ ਗੁਰਦੁਆਰਿਆਂ ਜਾ ਕੇ ਉਹਨਾਂ ਨੇ ਹੋਕਾ ਦੇ ਕੇ ਵੀ ਆਹ ਬਿਮਾਰੀ ਹੈ ਤੇ ਆਹ ਦਵਾਈ ਲੈਣੀ ਚਾਹੀਦੀ ਆ ਉਹ ਜੋ ਲੋਕਾਂ ਨੇ ਜੀ ਉਸ ਪਿੱਛੇ ਲੱਗ ਕੇ ਤੇ ਉਹ ਕੰਟਰੋਲ ਤਕਰੀਬਨ ਹੋ ਗਿਆ ਸੀ ਪਰ ਮੈਂ ਵੀ ਸਮਝਦਾ ਕਿ ਉਸ ਤਾਂ ਅਜ ਕੱਲ ਇਹ ਸਾਰੀ ਗੱਲ ਚੈਨਲਾਈਜ਼ ਹੋ ਗਈ 1 ਮਿੰਟ ਜੀ ਕੋਈ ਕਿਤੇ ਕਹਿ ਦੇ ਤੋ ਉਹਨੂੰ ਹਵਾ ਨੂੰ ਅੱਗ ਲੱਗਣ ਵਾਲੀ ਗੱਲ ਹੋਈ ਪਈ ਹੈ ਜੀ ਤੋ ਉਹ ਫਿਰ ਵੀ ਐਤ ਕੀ ਹੁਣ ਵੀ ਕਹਦਾ ਵੀ ਗੁਲਾਬੀ ਸੁੰਡੀ ਪੈ ਗਈ ਜੀ ਐ ਕੋਈ ਬਠਿੰਡੇ ਜਿਹੇ ਚ ਤਿੰਨ ਪਿੰਡ ਫਿਰ ਮੈਂ ਆਪਣੀ ਟੀਮ ਨੂੰ ਦਿਨ ਰਾਤ ਵੀ ਉੱਥੇ ਤੁਸੀਂ ਧਿਆਨ ਤਾਂ ਕਰੋ ਵੀ ਕੀ ਗੱਲ ਇੱਕ ਜ਼ਿਮੀਦਾਰ ਦੀ ਕੋਈ 50 ਗੱਲੇ ਦੀ ਫਸਲ ਸੀ ਔਰ ਸਿਆਣਾ ਜ਼ਿਮੀਦਾਰ ਹੋਣ ਦੇ ਨਾਂ ਤੇ ਵੀ ਪਤਾ ਨਹੀਂ ਕਿਉਂ ਅਨਗਹਿਲੀ ਕਰ ਗਏ ਉਹਨਾਂ ਨੇ ਉਹ ਦਵਾਈ ਜਾਂ ਤਾਂ ਆਪਣੀ ਮਰਜ਼ੀ ਨਾਲ ਜਾਂ ਉਹਨਾਂ ਦੇ ਜ਼ਰੂਰ ਉਹਦਾ ਪ੍ਰਭਾਵ ਸੀ ਦੂਸਰਿਆਂ 'ਚ ਰੋਕ ਕੇ ਫਿਰ ਦਵਾਈਆਂ ਦੋਈਆਂ ਸ਼ੁਰੂ ਕੀਆਂ ਬਹੁਤ ਫਰਕ ਪਿਆ ਮੈਨੂੰ ਦੋ ਚਾਰ ਪਿੰਡਾਂ 'ਚੋਂ ਸੁਨੇਹੇ ਆਏ ਵੀ ਤੁਸੀਂ ਮੰਤਰੀ ਸਾਹਿਬ ਸਾਡੇ ਪਿੰਡ ਆਓ ਬਹੁਤ ਵਧੀਆ ਫਸਲ ਹੈ ਮਾਨ ਸਾਹਿਬ ਦੀ ਸਰਕਾਰ ਨੂੰ ਅਸੀਂ ਤਾਂ ਵੀ ਜਿਨ੍ਹਾਂ ਨੇ ਪਹਿਲਾਂ ਪਾਣੀ ਸਾਡੀਆਂ ਲੈਹਰਾਂ ਵਿੱਚ ਸਮੇਂ ਸਿਰ ਦਿੱਤਾ ਸੀ ਤੇ ਜਾਣ ਸਹੀ ਹੋਈ ਤੇ ਦੂਸਰਾ ਦਵਾਈਆਂ ਦਾ ਵੀ ਬਹੁਤ ਵਧੀਆ ਵੀ ਵੀ ਅਸੀਂ ਸਬਸਿਡੀ ਵੀ ਦਿੱਤੀ 33% ਉਹਦੇ ਵਿੱਚ ਤੇ ਸਾਡੇ ਨਰਮੇ ਸੋਹਣੇ ਆ ਜੇ ਤੁਸੀਂ ਆਓ ਤੇ ਮੈਂ ਆਖਿਆ ਵੀ ਕੋਈ ਨਹੀਂ ਉਧਰ ਸਾਥੋਂ ਨਾ ਜਾਇਆ ਗਿਆ ਅੱਜ ਮੈਂ ਫਾਇਲ ਕਾਜਲੇ ਵਿੱਚ ਜਿਹੜੇ 8 877 ਫੁੱਟ ਨਰਮੇ ਦੀ ਹਾਈਟ ਹੈ ਬਹੁਤ ਸੋਹਣਾ ਹੈ ਕਿੱਤੇ ਕਿਤੇ ਸੁੰਡੀ ਦਾ ਸੁੰਡੀ ਦੀ ਕਾਰਨ ਹੈ ਵੀ ਸੁੰਡੀ ਜਦੋਂ ਟੀਂਡੇ ਵਿੱਚ ਵੱਢਦੇ ਉਹ ਮਰ ਨਹੀਂ ਉਹਦੇ ਔਖੀ ਹੈ ਪਰ ਜਿਹੜੇ ਜ਼ਿਮੀਂਦਾਰ ਸੰਪਰਕ ਰੱਖ ਕੇ ਮਹਿਕਮਾ ਜਰਾਇਤ ਨਾਲ ਉਹਨਾਂ ਦੇ ਅਫਸਰਾਂ ਨਾਲ ਕਿਸਾਨ ਮਿੱਤਰ ਵੀ ਛੱਡੇ ਗਏ ਨੇ ਲੋਕੋ ਸਾਡੇ ਯੂਨੀਵਰਸਿਟੀ ਵੱਲੋਂ ਪਰ ਉਹਨਾਂ ਨੇ ਜ਼ਰੂਰ ਆਪਣੀ ਫਸਲ ਸੰਭਾਲੀ ਹੈ ਤੇ ਸੋਹਣੀ ਲੱਗੀ ਮੈਨੂੰ ਤਸੱਲੀ ਲੱਗੀ ਔਰ ਲੋਕ ਇਹ ਕਹਿੰਦੇ ਆ ਵੀ 10 12 ਕੁਇੰਟਲ ਅਸੀਂ ਫਸਲ ਕੱਢ ਲਾਂਗੇ ਜੇ ਇਸ ਤਰ੍ਹਾਂ ਮੈਨੂੰ ਵੱਡੀ ਉਮੀਦ ਹੈ ਵੀ ਆਪਣੀਆਂ ਮੰਡੀਆਂ ਚੈਤਕੀ ਜ਼ਰੂਰ ਨਰਮੇ ਦੇ ਢੇਰ ਲੱਗਣਗੇਗਾ ਪਰਮਾਤਮਾ ਨੂੰ ਪਤਾ ਕਿਉਂਕਿ ਕਿਸੇ ਨੂੰ ਪਤਾ ਨਹੀਂ ਕੁਦਰਤ ਦੇ ਰੰਗਾਂ ਦਾ ਜੀ ਪਿਛਲੀ 9 ਜੁਲਾਈ ਨੂੰ ਸਵੇਰੇ ਕਿਸੇ ਨੂੰ ਇਹ ਸੀ ਜਦੋਂ ਥੋੜਾ ਥੋੜੀ ਬਾਰਿਸ਼ ਸ਼ੁਰੂ ਹੋਈ ਤੇ ਲੋਕਾਂ ਦਾ ਜੀਜਾ ਲੱਗਣ ਲੱਗ ਗਿਆ ਸੀ ਜਦੋਂ 3:00 ਵਜੇ ਤਾਈ ਨਾੜੀ ਦੇ ਜੀਜ ਕੱਚਾ ਜਾਣ ਲੱਗ ਗਿਆ ਜੀ ਹੌਲੀ ਹੌਲੀ ਉਹ ਦੂਸਰੇ ਪਾਸੇ ਨੂੰ ਜਾਂਦੇ ਤੇ ਜਿਹੜੀ ਅਸੀਂ ਸਮਝਦੇ ਇੰਨਾ ਵੀ ਇਹ ਸਾਡੇ ਲਈ ਫਾਇਦੇਮੰਦ ਹੋਵੇ ਉਹ ਨੁਕਸਾਨਦੇ ਹੋਵੇ ਔਰ ਪੰਜਾਬ ਦਾ ਰੋੜ ਕੇ ਲੇਗੀ ਇਹ ਤਾਂ ਨਹੀਂ ਪਤਾ ਨੂੰ ਕੱਲ ਨੂੰ ਕੀ ਹੋਣਾ ਪਰ ਉਮੀਦ ਬਹੁਤ ਵੱਡੀ ਹੈ ਕਿ ਨਰਮੇ ਦੀ ਭਰਮੀ ਫਸਲ ਵੰਡੀਆਂ ਵਿੱਚ ਆਉ। ਐਤ ਕੀ 1.2 ਲੱਖ ਹੈਕਟੇਰ ਹੈ ਬਹੁਤ ਘਟ ਗਿਆ ਜਿਹੜਾ ਨਰਮੇ ਦਾ ਜੀ ਜੀ ਉਹ ਜ਼ਰੂਰ ਅਗਲੀ ਵਾਰ ਨੂੰ ਵਾਧਾ ਹੋ। ਅਸੀਂ ਚਾਹੁੰਦੇ ਆਂ ਵੀ ਪਾਣੀ ਤੋਂ ਪੰਜਾਬ ਦੇ ਸਾਰੇ ਲੋਕ ਚਿੰਤਾ ਬਹੁਤ ਕਰਦੇ ਆਂ। ਪਰ ਫਿਰ ਵੀ ਵਰਤੋਂ ਬੜੀ ਕਰੀ ਜਾਂਦੇ ਆ। ਇਹਦੇ ਲਈ ਝੋਨਾ ਜਿਹੜਾ ਪਰਮਲ ਝੋਨਾ ਉਤੋਂ ਪਾਸੇ ਨਿਕਲ ਕੇ ਚਾਹੇ ਨਰਮਾ, ਕਪਾਹ ਔਰ ਜੇ ਵਾਸਮਤੀ ਵੀ ਲੋਕ ਬੀਜ ਜਿਹਦੇ ਨਾਲ ਉਹਨਾਂ ਦਾ ਰੇਟ ਰੂਟ ਵੀ ਚੰਗਾ ਹੈ ਉਹਨਾਂ ਕ ਦਾ ਜ਼ਰੂਰ ਨਿਕਲਦਾ ਤੇ ਪਾਣੀ ਬਹੁਤ ਘਟ ਲੱਗਦਾ ਜੀ ਜੀ ਦਵਾਈਆਂ ਜਿਹਦੇ ਚ ਖਾਦਾਂ ਬਹੁਤ ਘਟ ਵਰਤਣੀਆਂ ਪੈਂਦੀਆਂ ਜੀ ਸਾਡੇ ਵਾਸਮਤੀ ਦੀ ਜਿਹੜੀ ਕਿਸਾਨ ਭਰਾਵਾਂ ਨੂੰ ਇਹ ਜ਼ਰੂਰ ਚਾਹੀਦਾ ਵੀ ਜਿਹੜੀ ਦਵਾਈ ਦੂਈ ਨਾਲ ਕੋਈ ਬਹੁਤਾ ਮੈਂ ਪੂਨੇ ਜਾ ਕੇ ਆਇਆ ਸੀ ਜੀ ਉਹਨਾਂ ਨੇ ਜਿਹੜੇ ਪੂਨਾ ਐਗਰੀਕਲਚਰ ਕਾਲਜ ਬਹੁਤ ਪੁਰਾਣਾ 1900 ਸੱਤ ਦੇ ਵਿੱਚ ਸ਼ਾਇਦ ਅੰਗਰੇਜ਼ਾਂ ਨੇ ਬਣਾਇਆ ਸੀ ਜੀ ਉੱਥੇ ਜਿਹੜਾ ਉਹਨਾਂ ਦਾ ਇੱਕ ਡੀਨ ਡਾਇਰੈਕਟਰ ਸੀ ਉਹਦੇ ਮੇਰੇ ਨਾਲ ਗੱਲਾਂ ਬਾਤਾਂ ਹੋਣ ਲੱਗੀਆਂ ਉਹ ਕਹਿੰਦਾ ਜਿਹੜੀਆਂ ਇਹ ਕੈਮੀਕਲ ਜਿਹੜੀਆਂ ਹੈਗੀਆਂ ਇਨਸੈਕਟਿਸਾਈਡ ਕੋਈ ਇੰਨੀ ਬਾਹਲੀ ਗੱਲ ਨਹੀਂ ਹੁੰਦੀ ਜਿੰਨੀ ਪ੍ਰਚਾਰ ਕਿ ਇਹ ਕੁਛ ਦਿਨਾਂ ਬਾਅਦ ਇਹ ਖਤਮ ਹੋ ਜਾਣਾ ਪਰ ਉਹਨੂੰ ਛਿੜਕੋ ਉਦੋਂ ਜਦੋਂ ਦੀ ਪਤਾ ਹੋਵੇ ਜੋ ਫਸਲ ਵੜਨੀ ਹੈ ਦੀ ਮਿਆਦ ਪੂਰੀ ਹੋ ਗਈ ਉਦੋਂ 5-7 ਦਿਨ ਪਹਿਲਾਂ ਮਿਆਦ ਉਹਦੀ ਪੂਰੀ ਹੋ ਜਾਈ ਇੰਨੀ ਨਹੀਂ ਪਰ ਸਾਡੇ ਅਸੀਂ ਕਈ ਵਾਰੀ ਹੁੰਦਾ ਹੈ 2 ਦਿਨ ਪਹਿਲਾਂ ਫਸਲ ਵੜਨ ਤੋਂ ਉਹਦੀ ਸਪਰੇਅ ਵਗੈਰਾ ਕਰ ਦਿੰਨੇ ਆ ਜਿਹਦੇ ਨਾਲ ਸਾਡੀ ਸਟੈਂਡਰਡ ਤੇ ਫਸਲ ਨਹੀਂ ਚੜਦੀ ਮੈਂ ਕਿਸਾਨ ਭਰਾਵਾਂ ਨੂੰ ਇਹ ਕਰੂੰਗਾ ਕਿ ਇਹਨਾਂ ਚੀਜ਼ਾਂ ਦੀ ਲੋੜ ਆ ਤਾਂ ਪਹਿਲਾਂ ਸਮੇਂ ਤੋਂ ਪੂਰੀਆਂ ਕਰ ਲੈਣੀਆਂ ਚਾਹੀਦੀਆਂ ਜੀ ਤੇ ਜਿਹਦੇ ਨਾਲ ਸਾਡੀ ਇਹ ਫਸਲ ਇੰਟਰਨੈਸ਼ਨਲ ਮਾਰਕੀਟ ਵਿੱਚ ਬਹੁਤ ਵਧੀਆ ਰੇਟ ਲੈ ਸਕਦੀ ਹੈ ਜੀ ਜੀ ਤਾਂ ਇਹ ਤੋਂ ਬਾਅਦ ਮੈਂ ਇਹਨੂੰ ਥੋੜਾ ਹੋਰ ਖੋਲਣਾ ਚਾਹੂੰਗਾ ਜਥੇਦਾਰ ਸਾਹਿਬ ਇੱਕ ਤਾਂ ਇਹ ਕਿ ਤੁਹਾਨੂੰ ਪਤਾ ਕਿ ਖੇਤੀਬਾੜੀ ਨੂੰ ਲੈ ਕੇ ਜਿਸ ਤਰ੍ਹਾਂ ਦੇ ਨਾਲ ਕੇਂਦਰ ਵੱਲੋਂ ਜੋ ਪਾਲਿਸੀ ਲਾਗੂ ਕੀਤੀ ਗਈ ਹੈ ਫਸਲੀ ਬੀਮਾ ਜੋ ਇਹਦਾ ਉਰੇ ਤੇ ਪਿੱਛੇ ਸਹਿਮਤੀ ਬਣੀ ਸੀ ਕਿ ਬਈ ਫਸਲੀ ਬੀਮਾ ਜੋ ਇਹਨਾਂ ਸੀ ਲੈ ਕੇ ਆਵਾਂਗੇ ਦੂਜਾ ਖੇਤੀਬਾੜੀ ਪਾਲਸੀ ਤਾਂ ਇਹਨਾਂ ਨੂੰ ਲੈ ਕੇ ਮਤਲਬ ਤੁਸੀਂ ਕੀ ਸੋਚਦੇ ਹੋ ਮਤਲਬ ਵੀ ਕਿਸ ਤਰ੍ਹਾਂ ਦੇ ਨਾਲ ਹੋਣਾ ਚਾਹੀਦਾ ਜਾਂ ਮੈਂ ਤੁਹਾਨੂੰ ਤਾਂ ਪੁੱਛ ਰਿਹਾ ਕਿਉਂਕਿ ਛੋਟੇ ਕਿਸਾਨ ਹੁੰਦੇ ਨਾ ਤੇ ਤੁਹਾਨੂੰ ਵੀ ਪਤਾ ਕਿ ਛੋਟੇ ਕਿਸਾਨਾਂ ਦੀ ਹਾਲਤ ਕਿਹੋ ਜਿਹੀ ਹੈ ਨਹੀਂ ਮੈਂ ਵੇਖੋ ਮੈਂ ਕਹਿੰਦਾ ਜੇ ਸਕੂਟਰ ਦਾ ਬੀਮਾ ਹੁੰਦਾ ਹੈ ਜੀ ਜੇ ਕਾਰ ਦਾ ਬੀਮਾ ਹੁੰਦਾ ਉਹ ਸਾਡੀ ਫਸਲ ਦਾ ਬੀਮਾ ਕਿਉਂ ਨਹੀਂ ਹੋ ਸਕਦਾ ਹੋ ਜਾਣਾ ਚਾਹੀਦਾ ਜੇ ਸਾਡੀ 40000 ਦੀ 50000 ਦੀ ਐਵਰੇਜ ਹੈ ਉਸ ਮੁਤਾਬਕ ਬੀਮਾ ਹੋਦਾ ਉਹ ਜਾਣਾ ਜ਼ਹੀਦਾ ਇਹਦੀ ਇਹਦੀ ਜ਼ਰੂਰਤ ਹੈ ਇਹ ਪਤਾ ਨਹੀਂ ਕਿਉਂ ਸੈਂਟਰ ਗਵਰਨਮੈਂਟ ਨੇ ਜੇ ਕੀਤਾ ਵੀ ਹੈ ਜਿਵੇਂ ਹਰਿਆਣੇ 'ਚ ਕਰਤਾ ਉਹ ਸਾਰਾ ਯੂਨਿਟ ਮੰਨ ਲੈਂਦੇ ਇੱਕ ਬਲਾਕ ਨੂੰ ਬਲਾਕ 'ਚ ਤਾਂ ਆਪਾਂ ਜਿਹੜੀ ਗੜੇ ਮਾਰਦਾਵੇਂ ਨੇ ਵਟ ਨਾਲ ਵਟ ਛੱਡ ਜਾਂਦੇ ਆ ਉਹਦੇ 'ਚ ਤਾਂ ਇਹ ਕਹਿ ਨਹੀਂ ਜਸਦਾ ਇਹ ਤਾਂ ਵੈਸੇ ਜੇ ਤੁਸੀਂ ਪ੍ਰਤੀ ਹੈਕਟੇਰ ਜਾਂ ਪ੍ਰਤੀ ਏਕੜ ਉਹਦੀ ਗਰਦੌਰੀ ਤੇ ਉਹਦਾ ਉਸ ਤਰ੍ਹਾਂ ਦਾ ਕੋਈ ਅੱਜ ਕੱਲ੍ਹ ਦੇ ਜ਼ਮਾਨੇ 'ਚ ਔਖਾ ਨਹੀਂ ਅੱਜ ਕੱਲ੍ਹ ਸੈਟੇਲਾਈਟ ਨਾਲ ਸਾਰਾ ਦੇਖ ਸਕਦੇ ਆ ਜੀਪੀਐਸ ਰਾਹੀਂ ਵੀ ਕਿੰਨੀ ਫਸਲ ਖਰਾਬ ਹੋਈ ਕੁਛ ਨਹੀਂ ਤੋ ਉਹਦੇ ਵਿੱਚ ਮੈਂ ਵੀ ਕਿਉਂਕਿ ਜਿਹੜੇ ਸਾਡੇ ਕਿਸਾਨ ਫਾਰਮਰਸ ਕਮਿਸ਼ਨ ਦੇ ਚੇਅਰਮੈਨ ਸਰਦਾਰ ਸੁਪਾਲਸ ਸਿੰਘ ਬਹੁਤ ਸਿਆਣੇ ਸੁਲਝੇ ਇਨਸਾਨ ਆ ਉਹ ਲੱਗੇ ਹੋਏ ਆ ਨਾ ਇਸ ਨੂੰ ਜਿਹੜੀ ਪਾਲਸੀ ਵਾਸਤੇ ਮੀਟਿੰਗ ਉਹਨਾਂ ਨਾਲ ਵੀ ਮੈਂ ਕੀਤਾ ਸੀ رائے مشਵਰਾ ਵੀ ਅਸੀਂ ਇਹਦਾ ਕਿਵੇਂ ਉਹ ਵੀ ਕਹਿੰਦੇ ਸੀ ਵੀ ਆਪਾਂ ਇਹਦਾ ਬੜਾ ਕੇ ਵੀ ਆਪਾਂ ਇਹ ਜਿਹੜਾ ਵੀ ਕਿਸਾਨ ਇਹੀ ਕਹਿ ਲਈ ਜਿਹੜਾ ਕਰਾਉਣਾ ਚਾਹੁੰਦਾ ਉਹ ਤਾਂ ਕਰਾਵੇ ਨਾ ਖੁਸ਼ ਆਪਾਂ ਉਹਦਾ ਪ੍ਰੀਮੀਅਮ ਕੁ ਦੇ ਦिए ਕੁਝ ਸ ਮਤਲਬ ਉਹ ਦੇ ਦੇ ਕੋਈ ਇਹੋ ਜਿਹਾ ਟੰਗ ਤਰੀਕਾ ਸੀ ਜਿਹੜਾ ਬਾਅਦ ਵਿੱਚ ਵੱਡਾ ਨੁਕਸਾਨ ਉਠਾਉਣੇ ਆ ਇਹਦੀ ਬਜਾਏ ਅਸੀਂ 5-700 ਕਿੱਲੇ ਦਾ ਲਾਭ ਵੀ ਸਕਦੇ ਹਾਂ ਜੀ ਜ਼ਰੂਰ ਇਹਦੇ ਵੱਲ ਪੂਰਾ ਗੌਰ ਨਾਲ ਇਧਰਲੇ ਪਾਸੇ ਧਿਆਨ ਕੀਤਾ ਜਾ ਜੀ ਤੇ ਆਉਣ ਵਾਲੇ ਟਾਈਮ ਦੇ ਮਤਲਬ ਮਤਲਬ ਮੈਂ ਪੁੱਛਣਾ ਚਾਹੁੰਗਾ ਕਿ ਇਹਨੂੰ ਲੈ ਕੇ ਤੁਸੀਂ ਸਰਕਾਰ ਤੱਕ ਮਤਲਬ ਕਰੋਗੇ ਪਹੁੰਚ ਕੇ ਇਹ ਵੀ ਥੋੜਾ ਐਟ ਲੀਸਟ ਜਲਦੀ ਲਾਗੂ ਹੋ ਜਾਵੇ ਕਿਉਂਕਿ ਕਿਸਾਨ ਦਾ ਤੁਹਾਨੂੰ ਪਤਾ ਕਿ ਡਿਪੈਂਡ ਕਰਦਾ ਮੌਸਮ ਦੇ ਉੱਤੇ ਜੇ ਫਸਲ ਖਰਾਬ ਹੋ ਗਈ ਤਾਂ ਤੁਹਾਨੂੰ ਪਤਾ ਇੱਕ ਜ਼ਿੰਮੇਵਾਰ ਦੀ ਇੱਕ ਵਾਰੀ ਫਸਲ ਖਰਾਬ ਹੋ ਗਈ ਉਹ ਕਈ ਸਾਲ ਲੱਗ ਜਾਂਦੇ ਉਹਨੂੰ ਦੁਬਾਰਾ ਵਾਪਸ ਬਾਨੇ ਕੋਸ਼ਿਸ਼ ਹੋਊਗੀ ਮੈਨੂੰ ਇਹ ਕਿ ਇਹ ਪਾਲਿਸੀ ਅਸੀਂ ਸਤੰਬਰ ਦੇ ਲਾਸਟ ਤੱਕ ਜਾਂ ਥੋੜਾ ਇਹਨੂੰ ਲਿਆਈਏ ਫਿਰ ਸ਼ਾਇਦ ਵਿਧਾਨ ਸਭਾ ਵਿੱਚ ਪਾਸ ਹੋਵੇ ਜਾਂ ਤੋ ਜਲਦੀ ਉਸ ਤੋਂ ਬਾਅਦ ਇਹ ਜਿਹੜੀ ਹੋਣ ਵਾਲੀਆਂ ਫਸਲਾਂ ਤੇ ਮੇਰੀ ਇੱਛਾ ਹੋਊ ਵੀ ਅਸੀਂ ਇਹਨੂੰ ਲਪਾਸ ਕਰਵਾਈਏ ਤੇ ਲੋਕਾਂ ਦਾ ਵੱਡਾ ਫਾਇਦਾ ਹੋਵੇ ਜੀ ਜਿਹੜੀ ਪੈਸਟੀਸਾਈਡ ਇੰਡਸਟਰੀ ਆ ਕਹ ਲੋ ਕਿ ਜਾਂ ਕੀੜੇ ਮਾਰ ਦਵਾਈਆਂ ਜੋ ਵੀ ਆਗਣਾ ਸਾਰੀਆਂ ਉਹਦੇ ਵਿੱਚ ਤਾਂ ਉਹ ਵੀ ਤੁਹਾਨੂੰ ਪਤਾ ਹੈ ਕੁਕਿ ਜਿਸ ਤਰ੍ਹਾਂ ਦੇ ਨਾਲ ਐਲੋਪੈਥੀ ਜਾਂ ਗੱਲੋ ਕਿ ਖਾਸ ਕਰਕੇ ਫਾਰਮਾ ਕਹੂੰਗਾ ਮਾਫ ਕਰਨਾ ਮੈਂ ਤਾਂ ਫਾਰਮਾ ਇੰਡਸਟਰੀ ਵੀ ਉਸੇ ਤਰ੍ਹਾਂ ਦੇ ਨਾਲ ਹੀ ਉਦੋਂ ਵੀ ਕਈ ਡਾਕਟਰ ਆ ਜਿਹੜੇ ਚੰਗੇ ਉਹ ਕਰਨੇ ਕਿ আরে ਬੜਾ ਤੰਗ ਕਰਦੇ ਇਹ ਨਾ ਕਰਕੇ ਅਸੀਂ ਬਹੁਤ ਦੁਖੀ ਆ ਤੇ ਉਦਾਂ ਹੀ ਹਾਲ ਚਾਲ ਇਧਰ ਲਿਖਦਾ ਸਰ ਸਾਹਿਬ ਗੱਲ ਤਾਂ ਵਿਖੋ ਜਿਹੜੀਆਂ ਇਹ ਇਹਨਾਂ ਨੇ ਪਤਾ ਨਹੀਂ ਕਿ ਹੋ ਜੇ ਪ੍ਰਬੰਧ ਕੀਤੇ ਹੁੰਦੇ ਮੈਂ ਕੋਸ਼ਿਸ਼ ਜ਼ੋਰ ਲਾਉਣਾ ਹੁਣ ਵੀ ਜੀ ਮੈਂ ਸਾਰੇ ਪੰਜਾਬ ਚ ਤਾਂ ਮੈਂ ਤੁਰ ਫਿਰ ਸਕਦਾ ਜਾਂ ਨਿਗ੍ਹਾ ਰੱਖ ਸਕਦਾ ਕਈ ਵਾਰੀ ਗਵਾਂਢ ਚ ਇਹੋ ਜੀ ਗੱਲ ਹੋਈ ਜਾਂਦੀ ਉਹ ਤਾਂ ਨਹੀਂ ਬੰਦੇ ਨੂੰ ਪਤਾ ਲੱਗਦਾ ਹੁੰਦਾ ਜੀ ਚੋਰ ਬਹੁਤ ਲ ਆ ਰਹੇ ਆ ਔਰ ਅਪਸਰਾਂ ਨੂੰ ਵੀ ਅਪਸਰਾਂ ਚੋਂ ਵੀ ਜਿਹੜੇ ਸਾਡੇ ਲੋਕ ਜਾਂਦੇ ਆ ਉਹਨਾਂ ਚ ਚੰਗੇ ਵੀ ਹੁੰਦੇ ਕੁਝ ਉਹਨਾਂ ਦਾ ਸੁਭਾਅ ਉਸ ਤਰ੍ਹਾਂ ਦਾ ਪਰਲਿਆ ਹੁੰਦਾ ਇੱਕ ਇਹ ਵੀ ਕਹਿੰਦੇ ਹੁੰਦੇ ਆ ਵੀ ਆ ਰਹੇ ਹੁੰਦੇ ਆ ਕੋਈ ਗੱਲ ਨਹੀਂ ਸ਼ਾਇਦ ਇਹ ਵੀ ਠੀਕ ਆ ਜਾਊਗਾ ਜੀ ਤੋ ਕਈ ਵਾਰ ਨੂੰ ਉਮੀਦ ਇਸ ਤਰ੍ਹਾਂ ਦੀ ਹੁੰਦੀ ਹੈ ਪਰੰਤੂ ਐਤਕੀ ਤੁਸੀਂ ਵੀ ਮਾਨ ਸਾਹਿਬ ਸ਼ਾਇਦ ਮਹਿਸੂਸ ਕਰਦੇ ਹੋਗੇ ਕੋਸ਼ਿਸ਼ ਕੀਤੀ ਬਹੁਤ ਛਾਪੇ ਛੂਪੇ ਮਾਰੇ ਆ ਮੇਰੇ ਖਲ ਸੈਂਕੜੇ ਦੇ ਨੇੜੇ ਲਾਇਸੈਂਸ ਕੈਂਸਲ ਉਹਨਾਂ ਤੇ ਪਰਚਾ ਦਰਜ ਕਈ ਇਹਦੇ ਚ ਧਰਾਵਾਂ ਇਹ ਹੈ ਕਈਆਂ ਦੇ ਪਰਚਾ ਦਰਜ ਕਰਨ ਚ ਬੜਾ ਸਮਾਂ ਲੱਗ ਜਾਂਦਾ ਵੀ ਉਥੋਂ ਟੈਸਟ ਹੋ ਕੇ ਆਉਗੀ ਔਰ ਜਿਹੜੀ ਸੀਲ ਸੂਲਦਾ ਸੀ ਨਾਲ ਦੇ ਨਾਲ ਕਰ ਦਿੰਦੇ ਆ ਕੋਈ ਇਹੋ ਜਿਹਾ ਉਹ ਆ ਇੱਕ ਦੂਸਰੇ ਵਿੱਚ ਮਤਲਬ ਜਿਵੇਂ ਜੀ ਨੇ ਦਵਾਈਆਂ ਵਿੱਚ ਨੇ ਉਹ ਖਾਦ ਨਹੀਂ ਰੱਖ ਸਕਦਾ ਪਰ ਉਹ ਵੀ ਪਹਿਲਾਂ ਰੱਖੀ ਬੈਠੇ ਜਾਂ ਕੀ ਹੈ ਜੀ ਉਹਦੇ ਤੇ ਵੀ ਕੰਟਰੋਲ ਦੀ ਹੈ ਫਿਰ ਉਹਦੇ ਵਿੱਚ ਮਲਾਵਟ ਮਲੂਡ ਦੇ ਤੇ ਉਹਨੂੰ ਅਪਰੋਚ ਵੀ ਫਿਰ ਮੈਂ ਕਈ ਵਾਰੀ ਤਾਂ ਆਪ ਨੂੰ ਐ ਲੱਗਣ ਲੱਗ ਜਾਂਦਾ ਵੀ ਯਾਰ ਇਹ ਕੀ ਗੱਲ ਆ ਇਹੋ ਜਿਹੇ ਬੰਦੇ ਆ ਜਾਂਦੇ ਜਿਹਨਾਂ ਨੂੰ ਸੋਚ ਨਹੀਂ ਆਉਂਦਾ ਆਂਦੇ ਯਾਰ ਆਪਣੇ ਉਹ ਜਾਣਦਾ ਸੀ ਫਿਰ ਮੈਂ ਤਾਂ ਤਾਂ ਆ ਗਿਆ ਜੀ ਪਰ ਮੈਂ ਤੋਂ ਮੈਂ ਤਾਂ ਇਹ ਸੌ ਹੀ ਖਾਦੀ ਐ ਵੀ ਜੋ ਇਹੋ ਜਿਹੇ ਨਿਸ਼ਾਨੇ 'ਚ ਸਿੱਧਾ ਆਉਂਦਾ ਉਹਨੂੰ ਕੋਈ ਨਹੀਂ ਬਖਸ਼ਦਾ ਜੀ ਔਰ ਇਹ ਵੀ ਗੱਲ ਹੈ ਵੀ ਕਈ ਵਾਰੀ ਹੁੰਦਾ ਸਰਕਾਰ 'ਚੋਂ ਕੋਈ ਦੇ ਨਹੀਂ ਇਹੋ ਜੀ ਗੱਲ ਆਈ ਵੀ ਉੱਥੇ ਆ ਗੱਲ ਆ ਫ੍ਰੀ ਹੈਂਡ ਮਾਨ ਸਾਹਿਬ ਵੱਲੋਂ ਜਦੋਂ ਮੈਨੂੰ ਬਣਾਇਆ ਗਿਆ ਸੀ ਮੰਤਰੀ ਤੋਂ ਕਿਹਾ ਸੀ ਵੀ ਵੱਡੀ ਜ਼ਿੰਮੇਵਾਰੀ ਹੈ ਖੁੱਡੀਆਂ ਸਾਹਿਬ ਇਹਨਾਂ ਨੂੰ ਤੁਸੀਂ ਚੱਕਣਾ ਤੇ ਜਿੰਮੇ ਵੀ ਮੈਂ ਉਸ ਨੂੰ ਕੋਸ਼ਿਸ਼ ਕੀਤੀ ਹੈ ਮੇਰੀ ਸਹੀ ਟੰਗ ਨਾਲ ਸੱਚੇ ਮਨ ਨਾਲ ਚਲਾਵਾ ਜੀ ਤੇ ਜਿਵੇਂ ਜਿਵੇਂ ਤਿਆਰਬਾ ਹੋ ਰਿਹਾ ਫਿਰ ਉਹਵੇਂ ਉਹਵੇਂ ਮਤਲਬ ਪਾਉਂਦੇ ਜਾਓ ਕਿ ਛਕਾੜ ਕੇ ਆਂ ਭਾਈ ਚੱਕੀਓ ਫੱਟੇ ਹਾਂ ਉਹ ਤਾਂ ਜ਼ਰੂਰ ਕਿਉਂਕਿ ਮੈਨੂੰ ਮੈਨੂੰ ਤਾਂ 2 ਕੁ ਮਹੀਨੇ ਹੋ ਗਏ 3 ਮਹੀਨੇ ਹੋ ਗਏ ਅਸਲ ਵਿੱਚ ਜੀ 3 ਮਹੀਨਿਆਂ ਚ ਕੋਈ ਇੱਕ ਤਾਂ بارش ਆ ਗਈਆਂ ਇਸ ਪਾਸੇ ਵੀ ਥੋੜਾ ਉਲਝ ਗਿਆ ਤੋ ਮੈਂ ਆਪਣੇ ਦਫ਼ਤਰ ਨੂੰ ਕੰਟਰੋਲ ਦੀ ਤਾਂ ਕੋਸ਼ਿਸ਼ ਪਹਿਲੇ ਦਿਨੋਂ ਕੀਤੀ ਸੀ ਉਹਦੇ ਵਿੱਚ ਕਰ ਲਵਾਂਗੇ ਤੋ ਥੋੜੇ ਜੇ ਸਾਲ ਸੀ ਮਹੀਨਾ ਵਿੱਚ ਮੈਨੂੰ ਇਹ ਪਤਾ ਲੱਗਣ ਲੱਗ ਜੂਗਾ ਵੀ ਆਹ ਬੰਦਾ ਮਾੜੀ ਕਿਸਮ ਦਾ ਹੈ ਚੰਗੀ ਦਾ ਫਿਰ ਮੈਂ ਉਹਦੇ ਨੂੰ ਜ਼ਰੂਰ ਨਹੀਂਗਾ ਬਣਾਉਂਦੀ ਕੋਈ ਸਵਾਰਚ ਵੀ ਲੈ ਕੇ ਹੁਣ ਮੈਂ ਜਦ ਬਦਲੀਆਂ ਬਦਲੀਆਂ ਸੀ ਕਈ ਵਾਰੀ ਉਹ ਕਹਿੰਦਾ ਜੀ ਮੇਰੇ ਘਰ ਵਾਲੀ ਬਿਮਾਰ ਆ ਮੇਰੇ ਮੈਨੂੰ ਉੱਥੇ ਲਾ ਦਿਓ ਉੱਥੇ ਮੈਨੂੰ ਪਤਾ ਵੀ ਨਹੀਂ ਸੀ ਇਹ ਸੀਟ ਤੇ ਲੱਗਣਾ ਚਾਹੀਦਾ ਕਿ ਨਹੀਂ ਲੱਗਣਾ ਚਾਹੀਦਾ ਕਈ ਥਾਂ ਇਹ ਮਿੱਥੋਂ ਵੀ ਮੈਂ ਸਮਝਦਾ ਹੋ ਸਕੀਆਂ ਹੋਣੀਆਂ ਜੀ ਪਰ ਮੈਂ ਅਗਲੀ ਵਾਰ ਨੂੰ ਜਰੂਰ ਇਸ ਗੱਲ ਦਾ ਧਿਆਨ ਰੱਖੂਗੀ ਮਾੜਾ ਬੰਦਾ ਪਾਸੇ ਹੀ ਰੱਖਿਆ ਜਾਵੇ ਜਿਹੜਾ ਉਹ ਇਹਦੇ ਵਿੱਚ ਸਿੱਧੀ ਦਖਲਅੰਦਾਜ਼ੀ ਵਾਲਾ ਨਾ ਹੋਵੇ ਜਿਹੜਾ ਕਿਸਾਨਾਂ ਦਾ ਨੁਕਸਾਨ ਨਾ ਕਰ ਸਕੇ ਜੀ ਤੁਸੀਂ ਖੇਤੀਬੜੀ ਨਾਲ ਵੀ ਜੁੜੇ ਰਹੇ ਹੋ ਇਸ ਤੋਂ ਪਹਿਲਾਂ ਖਾਸ ਕਰਕੇ ਜਦੋਂ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਵੀ ਲਗਾਤਾਰ ਸਰਕਾਰ ਤੇ ਵੀ ਸਵਾਲ ਚੁੱਕਦੇ ਰਹੇ ਹੋ ਜਾਂ ਬਹੁਤ ਜ਼ਿਆਦਾ ਤੁਹਾਡਾ ਤਿਆਰਬਾ ਵੀ ਬੋਲਦਾਗਾ ਤਾਂ ਹੁਣ ਤੁਹਾਨੂੰ ਪਤਾ ਕਿ ਮੁਆਵਜ਼ੇ ਲੈ ਕੇ ਬੜਾ ਰੇੜਕਾ ਪੈ ਜਾਂਦਾਗਾ ਕਿਉਂਕਿ ਸਰਕਾਰ ਨੇ ਆਪਣੀ ਪਾਲਿਸੀ ਦੀ ਇਹ ਮੁਆਵਜ਼ਾ ਦੇਣਾ ਤੇ ਕਿਸਾਨਾਂ ਦੀ ਮੰਗ ਹੁੰਦੀ ਹੈ ਕਿ ਬਾਇਨਰ ਘੱਟੋ-ਘੱਟ ਪੂਰਤੀ ਹੈ ਜਿਹੜੀ ਉਹ ਜ਼ਿਆਦਾ ਤੋਂ ਜ਼ਿਆਦਾ ਹੋ ਜੇ ਜਿਵੇਂ ਹੁਣ ਮੰਨ ਲਓ ਕਿ ਆ 186900 ਦਿੱਤੇ ਖੜਾ ਹੋਇਆ ਰੇਟ ਦਾ ਮਤਲਬ ਉਹਨੂੰ ਦੇਖਦੇ ਕਿਵੇਂ ਵੀ ਉਹ ਖੱਪਾ ਜਿਹੜਾ ਵੀ ਉਹ ਮਤਲਬ ਇਹ ਕਹਾਣੀ ਕੀ ਬਣ ਰਹੀ ਹੈ ਕੋਈ ਕਹਿੰਦਾ ਜੀ ਮੈਂ ਇਹ ਸਮਝਦਾ ਵੀ ਇਹ ਸਾਰੇ ਦੇਸ਼ ਦਾ ਜਿਹਦੇ ਚ ਉਹਨਾਂ ਨੇ ਸੈਂਟਰ ਗਵਰਨਮੈਂਟ ਨੇ ਉਹਨਾਂ ਨੇ ਆਪਣੇ ਕਾਨੂੰਨ ਨਾਰਮਸ ਬਣਾਏ ਆ ਉਸੇ ਮੁਤਾਬਕ ਹੀ ਚੱਲਣਾ ਪੈਂਦਾ ਕੁਝ ਵਾਰ ਹੁੰਦਾ ਹੈ ਕਿ ਵਾਰੀ ਕਈਆਂ ਗੱਲਾਂ ਦਾ ਪਤਾ ਨਹੀਂ ਹੁੰਦਾ ਜਦੋਂ ਆਪਾਂ ਉਸ ਸੀਟ ਤੇ ਆ ਕੇ ਬੈਠੀਏ ਤਾਂ ਉੱਥੋਂ ਉਹਨਾਂ ਨੂੰ ਵੇਖਣਾ ਜ਼ਰੂਰ ਪੈਂਦਾ ਵੀ ਐਂ ਕਰਿਆ ਜਾਵੇ ਇਸ ਤਰ੍ਹਾਂ ਸੋ ਇਹ ਗੱਲ ਮੈਂ ਜ਼ਰੂਰ ਕਹਿਣਾ ਵੀ ਜਿੰਨਾ ਨੁਕਸਾਨ ਹੋ ਜਾਂਦਾ ਉੰਨੀ ਉਹਦੀ ਪੂਰਤੀ ਕਦੇ ਵੀ ਨਹੀਂ ਹੁੰਦੀ ਪਰ ਜੇ ਸਾਡਾ ਇਹ ਇੰਸ਼ੋਰੈਂਸ ਵਾਲਾ ਬੀਮੇ ਵਾਲਾ ਸਿਸਟਮ ਚੱਲ ਪਿਆ ਤੇ ਸਾਨੂੰ ਇਹ ਤਸੱਲੀ ਜ਼ਰੂਰ ਹੋਊਗੀ ਕਿ ਜਿੰਨੇ ਪੈਸੇ ਅਸੀਂ ਚਾਹੇ ਉਹਦਾ ਜਿਹੜਾ ਮਤਲਬ ਮਾਰਜਨ ਜਾਂ ਪਰਨਾ ਉਹ ਗਵਰਨਮੈਂਟ ਜਿੰਨੇ ਪੈਸੇ ਅਸੀਂ ਇੰਨਾ ਖਰਾਬਿਆਂ ਖਰੂਬਿਆਂ ਚ ਖਰਾਬ ਕਰ ਲੰਨੇ ਜਾਂ ਜਾਂਦੇ ਰਹਿੰਦੇ ਉਹ ਤੋਂ ਥੋੜੇ ਸੇ ਨਾਲ ਸਾਡਾ ਸਰ ਸਕਦਾ ਸੋ ਇਹ ਕੋਸ਼ਿਸ਼ ਹੋਊਗੀ ਕਿ ਉਧਰਲੇ ਪਾਸੇ ਨੂੰ ਲਜਾਇਆ ਜਾਵੇ ਪਹਿਲਾਂ ਤਾਂ ਸੁੱਖ ਮੰਗੀਏ ਕਿ ਇਹੋ ਜੀ ਗੱਲ ਹੋਵੇ ਨਾ ਅਜੇ ਤਾਂ ਪੰਜਾਬ ਦੇ ਲੋਕ ਬਾਬੇ ਨਾਨਕ ਨੂੰ ਮੰਨਣ ਵਾਲੇ ਆ ਸਰਬੱਤ ਦਾ ਭਲਾ ਸਮਝਦੇ ਆ ਤੇ ਲੋਕਾਂ ਦੇ ਢਿੱਡ ਭਰਦੇ ਫਿਰਦੇ ਆ ਤੇ ਸਾਡੇ ਢਿੱਡ ਤੇ ਪਤਾ ਨਹੀਂ ਕਿਉਂ ਗੰਡ ਦਿੱਤੀ ਜਾਂਦੀ ਹੈ ਜੀ ਸੋ ਇਸ ਲਈ ਵੀ ਉਹ ਉਹ ਸਕੀਮੇ ਜ਼ਿਆਦਾ ਕਰ ਪੂਰਾ ਕਰ ਸਕਦੀ ਹੈ ਜੇ ਕਿ ਇਹ ਜੀ ਆਫਤ ਆ ਜੇ ਤਾਂ ਜੀ ਇਹ ਤੁਹਾਡੇ ਉਂਗਲ ਦੇ ਉੱਤੇ ਕੀ ਹੋ ਗਿਆ ਸੀਗਾ ਮੈਂ ਦੇਖ ਰਿਹਾ ਬਹੁਤ دیر ਦਾ ਮਤਲਬ ਬਹੁਤ ਛੋਟਾ ਮੈਂ ਆਪਣੇ ਨਾਨਕੇ ਗਿਆ ਸੀ ਜੀ ਤੋਂ ਕਰਨ ਕਰਨ ਵਾਲੀਆਂ ਗੋਲ ਡਰਮੀ ਮਸ਼ੀਨਾਂ ਹੁੰਦੀਆਂ ਸੀ ਉਹਨਾਂ ਇੱਕ ਫੈਨ ਬੈਲਟ ਹੁੰਦਾ ਸੀ ਜੀ ਉਹ ਕਈ ਵਾਰੀ ਬੱਚੇ ਕੋਲਾਂ ਦੇ ਮੈਂ 10 11 ਸਾਲਾਂ ਦਾ ਹੋਣਾ ਉਹ ਬੈਲਟ ਕਾਉਣ ਲੱਗਾ ਤੇ ਵਿੱਚ ਆ ਗਿਆ ਤੇ ਉਹ ਕੱਟੀ ਗਈ ਅੱਛਾ ਜੀ ਛੋਟੀ ਉਮਰੀ ਉਹ ਤੋਂ ਆਪ 10 11 ਸਾਲਾਂ ਚੌਥੀ ਚੌਥੀ ਵਰਦਾ ਸੀ اچھا ਨਾਨਕੇ ਵੀ ਛੁੱਟੀਆਂ ਜਾਂਦੇ ਹੁੰਦੇ ਆ ਜੀ ਉਸੇ ਮੈਂ ਗਿਆ ਸੀ ਤੇ ਉੱਥੇ ਨਾਨਕਿਆਂ ਤੋਂ ਖੱਟ-ਖੱਟ ਲੈਂਦੀ ਆ ਅੱਛਾ ਜੀ 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 ਤੇ ਅਜੈਦੀਦਾਰ ਸਾਹਿਬ ਮਾਨ ਸਾਹਿਬ ਦਾ ਸੁਭਾਅ ਕਿਵੇਂ ਆ ਕਿਉਂਕਿ ਮਾਨ ਸਾਹਿਬ ਚਲੋ ਠੀਕ ਹੈ ਕਾਮੇਡੀਆ ਚ ਦਿਖਦੇ ਆ ਜਾਂ ਕਿ ਲੋਕ ਮੁੱਖ ਮੰਤਰੀ ਆ ਉਸ ਤੋਂ ਪਹਿਲਾਂ ਤਾਂ ਲੋਕਾਂ ਦੇ ਵਿੱਚ ਵਿਚਰਦੇ ਰਹੇ ਤੁਸੀਂ ਹੁਣ ਕਿਉਂਕਿ ਇੱਕ ਸ਼ਡਿਊਲ ਵੀ ਉਸ ਹਿਸਾਬ ਨਾਲ ਟਾਈਟ ਹੋ ਜਾਂਦਾਗਾ ਤੁਸੀਂ ਮਿਲਦੇ ਰਹਿੰਦੇ ਹੋ ਮੀਟਿੰਗਾਂ 'ਚ ਮਿਲਦੇ ਰਹਿੰਦੇ ਹੋਗੇ ਮਤਲਬ ਉਮੀਦ ਇਹ ਆ ਕਿ ਫਰਕ ਪਿਆ ਕੋਈ ਚ ਮਾਨ ਸਾਹਿਬ ਵਧੀਆ ਮਤਲਬ ਜਦੋਂ ਗੱਲਾਂ ਬਾਤਾਂ ਹੁੰਦੀਆਂ ਹਨ ਗੱਲ ਸੁਣਦੇ ਆ ਜੀ ਔਰ ਮੈਂ ਵੇਖਿਆ ਵੀ ਹਰ ਇੱਕ ਫੀਲਡ 'ਚ ਹੀ ਜਾਣਕਾਰੀ ਉਹਨੂੰ ਛਾਦੇ ਹੁੰਦੀ ਹੈ ਜੀ ਨਾਲ ਦੀ ਨਾਲ ਹੀ ਜੀ ਉਹ ਅਫਸਰ ਮਤਲਬ ਆਪਣੇ ਆਪ ਨੂੰ ਬਹੁਤ ਸਮਝਦੇ ਆ ਵੀ ਅਸੀਂ ਆਈਐਸ ਸੈਂਕੜੇ ਡਿਗਰੀਆਂ ਕੀਤੀਆਂ ਤੇ ਅਸੀਂ 골ਡ ਮੈਡਲਿਸਟਾਂ ਕੋਈ ਵੀ ਆ ਪਰ ਮਾਨ ਸਾਹਿਬ ਹਰ ਇੱਕ ਗੱਲ 'ਚ ਲਾਜਵਾਬ ਹੀ ਕਰ ਦਿੰਦੇ ਆ ਔਰ ਆਖਰੀ ਕਹਿਣ ਦੇ ਵੀ ਇਸ ਤਰ੍ਹਾਂ ਹੋਣਾ ਚਾਹੀਦਾ ਹੈ ਉਹਨਾਂ ਨੂੰ ਪਤਾ ਹੈ ਇਸ ਗੱਲ ਦਾ ਮੈਂ ਵੀ ਪਹਿਲਾਂ ਨਹੀਂ ਮੈਨੂੰ ਕਿਉਂਕਿ ਮੇਰਾ ਮਾਨ ਸਾਹਿਬ ਨਾਲ ਬਹੁਤ ਬਹੁਤਾ ਮੇਲ ਮਲਾਪ ਨਹੀਂ ਸੀ ਥੋੜਾ ਜਾਣਦੇ ਸਾਂ ਐਮਐਲਏ ਬਣਨ ਤੋਂ ਬਾਅਦ ਵੀ ਬਹੁਤਾ ਨਹੀਂ ਕਿਤੇ ਮਿਲਿਆ ਜਾਂਦਾ ਸੀ ਮੰਤਰੀ ਬਣਨ ਤੋਂ ਬਾਅਦ ਕਈ ਵਾਰੀ ਜ਼ਿਆਦਾ ਮੇਲ ਮਲਾਪ ਹੋ ਜਾਂਦਾ ਜੀ ਪਰ ਉਹਨਾਂ ਨੂੰ ਹਰੇਕ ਫੀਲਡ ਚੋਂ ਜਾਣਕਾਰੀ ਬਹੁਤ ਵਧੀਆ ਠੀਕ ਮਨਸਤੁਰ ਕੁਤਨਿੰਦੇ ਵੀ ਕਈ ਵਾਰੀ ਕਿਉਂਕਿ ਮਾਨਸਾਹਬ ਬੜੇ ਲਾਜਵਾਬ ਨੇ ਉਹਨਾਂ ਨੇ ਜਵਾਬ ਦੇ ਦਿੰਦੇ ਨੇ ਫੱਟ ਦੇ ਨੇ ਜਾਂ ਕਹ ਲਓ ਕਿ ਵੀ ਅੱਗੇ ਤੋਂ ਨਹੀਂ ਬੈਨੋ ਤੁੜਕੂ ਕਿਉਂਕਿ ਅਸੀਂ ਤਾਂ ਆਪਣੀ ਗੱਲ ਰੱਖਣੀ ਆ ਜੇ ਸਾਨੂੰ ਸਾਡੇ ਬਾਸ ਨੇ ਚੀਫ ਮਿਨਿਸਟਰ ਹੈ ਤਾਂ ਵੈਸੇ ਤਾਂ ਰਲ ਮਿਲ ਕੇ ਗੱਲ ਕਹਿੰਦੇ ਆ ਉਹ ਵੀ ਜੇ ਕੋਈ ਉਹਨਾਂ ਨੂੰ ਲੱਗੇ ਤਾਂ ਉਹ ਕਹਿ ਵੀ ਸਕਦੇ ਆ ਇਸ ਗੱਲ ਤੇ ਕਹਿ ਵੀ ਦਿੰਦੇ ਆਗੇ ਨਹੀਂ ਮੇਰੇ ਨਾਲ ਤਾਂ ਇਹ ਕਦੇ ਮੌਕਾ ਨਹੀਂ ਆਇਆ ਬਸ ਕਹਿ ਸਕਦੇ ਹੋ ਜੀ ਵੀ ਆਹ ਇਹ ਗੱਲ ਆਪਣੀ ਠੀਕ ਨਹੀਂ ਜੀ 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 ਤੇ ਖਾਤੇ ਵਾਲੇ ਪੈਸੇ ਦਾ ਮਤਲਬ ਕਦੋਂ ਤੱਕ ਕੁਝ ਹੋ ਜੂਗਾ ਕੋਈ ਅੰਦਾਜ਼ਾ ਤੁਹਾਡੇ ਹਿਸਾਬ ਨਾਲ ਕੇ ਵੀ ਆ ਜਿਹੜਾ ਮੁਆਵਜ਼ੇ ਦੀ ਖਾਸ ਕਰਕੇ ਕਿਉਂਕਿ ਤੁਹਾਨੂੰ ਪਤਾ ਕਿ ਚਲੋ ਇੱਕ ਜਿਹੜੇ ਨਾਲ ਕਿਸੇ ਵੀ ਕਿਸਾਨ ਨਾਲ ਚਲੋ ਇਸ ਤਰ੍ਹਾਂ ਦਾ ਨਾ ਹੋਵੇ ਪਹਿਲੀ ਗੱਲ ਤਾਂ ਪੈਸੇ ਨਾਲ ਪਰ ਹੋ ਜਾਂਦਾ 285 ਕਰੋੜ ਰੁਪਈਆ ਪਾਇਆ ਗਿਆ ਜੀ ਉਹਦੀ ਪ੍ਰੋਸੈਸਿੰਗ ਜ਼ਰੂਰ ਹੋ ਜਾਂਦੀ ਹੈ ਨਾ ਹਰ ਇੱਕ ਬੰਦਾ ਸਮਝਦਾ ਵੀ ਬਸ ਕਹਿਤਾ ਤੇ ਆ ਜੇ ਜੀ ਉਹਦੇ ਬੈਂਕਾਂ ਦੇ ਖਾਤੇ ਲੈਣੇ ਆ ਇੰਨਾ ਕਿੰਨਾ ਬਣ ਕੇ ਗਿਆ ਕੌਣ ਉਸ ਤਰ੍ਹਾਂ ਇਹ ਤਾਂ ਆਨਲਾਈਨ ਥੋੜੇ ਦਿਨਾਂ ਇਕ ਗੱਲ ਸਿਰੇ ਲੱਗ ਜੂਗੀ ਤੁਹਾਡੀ ਹਿਸਾਬ ਨਾਲ ਮਤਲਬ ਇਹ ਮੈਂ ਇੱਕ ਚੀਜ਼ ਜ਼ਰੂਰ ਕਲੀਅਰ ਕਰਨਾ ਚਾਹੁੰਗਾ ਜਿਵੇਂ ਪ੍ਰੋਸੈਸਿੰਗ ਦੀ ਗੱਲ ਆ ਗਈ ਕਿਉਂਕਿ ਆਮ ਬੰਦੇ ਨੂੰ ਹੁੰਦਾ ਕਿ ਜੇ ਮਾਨ ਸਾਹਿਬ ਨੇ ਕਹਿਤਾ ਜਾਂ ਸਰਕਾਰ ਨੇ ਕਹਿਤਾ ਕੋਈ ਵੀ ਸਰਕਾਰ ਹੋਵੇ ਕਿ ਵੀ ਬਈ ਐਲਾਨ ਹੋ ਗਿਆ ਮੁਆਵਜ਼ੇ ਦਾ ਬਈ 4 ਦਿਨਾਂ ਚ ਪੈਸੇ ਆ ਜਾਣੇ ਆ ਉਹਦੇ ਉੱਤੇ ਕਈ ਵਾਰੀ ਟਾਈਮ ਵੀ ਲੱਗ ਜਾਂਦਾ ਕਈ ਵਾਰੀ ਬਹੁਤ ਸਾਰੀਆਂ ਸ਼ਰਤਾਂ ਹੁੰਦੀਆਂ ਦੇ ਸਾਨੂੰ ਪਤਾ ਨਹੀਂ ਹੁੰਦਾ ਦੇਖੋ ਜੀ ਹੁਣ ਸਾਡੇ ਤੇ ਕਿੰਤੂ ਪਰੰਤੂ ਕਰਨ ਵਾਲਿਆਂ ਨੂੰ ਸਲਾਮ ਆ ਮੈਂ ਵੀ ਕਹਿਣਾ ਕੋਈ ਗੱਲ ਨਹੀਂ ਕਿਉਂਕਿ ਲੋਚਨਾ ਚ ਬੰਦਾ ਬਹੁਤ ਕੁਝ ਸਿੱਖਦਾ ਹੈ ਜੀ ਪਰantu ਕਿੰਨੇ ਕਿੰਨੇ ਸਾਲ ਲੰਗਾ ਲੰਦੇ ਸੀ ਪੁਰਾਣੀਆਂ ਸਰਕਾਰਾਂ ਵਾਲੇ ਕਦੇ ਕਿਸੇ ਨੇ ਗੱਲ ਨਹੀਂ ਕੀਤੀ ਸੀ ਕਿਸਾਨ ਭਰਾਵਾ ਯੂਨੀਅਨਾਂ ਨੇ ਵੀ ਅੱਜ ਹੁਣ ਉਦੋਂ ਨਾਲ ਦੀ ਨਾਲ ਜ਼ਰੂਰ ਮੈਂ ਇਹ ਸਮਝਦਾ ਵੀ ਹੈ ਥੋੜਾ ਇਹ ਪਰ ਮਿਲੂਗਾ ਜ਼ਰੂਰ ਮਤਲਬ ਪਰ ਜਲਦੀ ਮਿਲ ਜੇਗਾ ਤੁਹਾਡਾ ਜੀ ਤੁਹਾਡਾ ਜਗਮੀਤ ਬਰਾੜ ਜੀ ਨਾਲ ਵੀ ਤੁਸੀਂ ਮਤਲਬ ਇਕੱਠੇ ਰਹੇ ਹੋ ਪੋਲੀਟੀਕਲੀ ਉਹਨਾਂ ਨਾਲ ਕੀ ਮਤਲਬ ਇਹ ਆ ਕਿ ਮੈਨੂੰ ਮੈਨੂੰ ਬਹੁਤਾ ਪਤਾ ਨਹੀਂ ਹੈ ਥੋੜੀ ਜਿਹੀ ਉਹ ਜ਼ਰੂਰ ਸਾਫ਼ ਕਰੇ ਤੁਸੀਂ ਜਗਮੀਤ ਬਰਾੜ ਆਪਣੇ ਹਲਕੇ ਦੇ ਦੋ ਵਾਰੀ ਮੈਂਬਰ ਪਾਰਲੀਮੈਂਟ ਬਣੇ ਆ ਜੀ ਪੰਜਾਬ ਦੇ ਉੱਗੇ ਲੀਡਰਾਂ ਚੋਂ ਜਿੰਨਾਂ ਨੇ ਨੌਜਵਾਨੀ ਜਾ ਕੇ ਸਿਆਸਤ ਵਿੱਚ ਪੂਰੀ ਸਰਗਰਮੀ ਵਿਖਾ ਦਿੱਤੀ ਸੀ ਤੇ ਅਸੀਂ ਉਹਦੇ ਇਹਨਾਂ ਦੇ ਹਮਾਇਤੀ ਰਹੇ ਆ 96 ਚ ਉਹਨਾਂ ਨੇ ਇੰਡੀਪੈਂਡੈਂਟ ਚੋਂ ਲੜੀ ਤਾਂ ਉਹਦੇ ਚ ਬਹੁਤ ਸਾਰਾ ਅਸੀਂ ਸਮਰਥਨ ਸਾਥ ਦਿੱਤਾ ਹੈ ਬਾਅਦ ਚਾਹ ਕਾਂਗਰਸ ਦੇ ਵੀ ਲੜਦੇ ਰਹੇ ਉਹਨਾਂ ਨਾਲ ਹੀ ਰਹਿ ਕੇ ਤੇ 1999 ਚ ਇੱਕ ਜਿੱਤ ਵੀ ਲਈ ਸੀ। ਉਹ ਉਸ ਤੋਂ ਬਾਅਦ ਚਲੋ ਉਹਨਾਂ ਦਾ ਹੁੰਦਾ ਵੱਖਰਾ ਮੇਰਾ ਵੱਖਰਾ ਮੈਂ ਹੋਰ ਤਾਂ ਪਰ ਇੱਥੋਂ ਪਹਿਲਾਂ ਚੋਣਾ ਲੜਦੇ ਰਹੇ ਸੀ ਤਾਂ ਉਹਨਾਂ ਦੇ ਨਾਲ ਹੀ ਰਹੇ। ਜੀ ਇੱਕ ਚੀਜ਼ ਜ਼ਰੂਰ ਥੋੜੀ ਸਾਫ਼ ਕਰਿਓ ਕਿ ਕੰਮ ਜਿਵੇਂ ਹੁਣ ਫਰਜ਼ ਕਰੋ ਕਿ ਕੋਈ ਵੀ ਕੰਮ ਆ ਕੋਈ ਪਾਲਿਸੀ ਬਣਦੀ ਆ ਆਮ ਬੰਦੇ ਨੂੰ ਆਪਾਂ ਨੂੰ ਵੀ ਲੱਗਦਾ ਹੁੰਦਾ ਕਿ ਯਾਰ ਜਿਵੇਂ ਮੈਂ ਪਹਿਲਾਂ ਗੱਲ ਕਰ ਰਿਹਾ ਸੀਗਾ ਕਿ ਭਈ ਬਹੁਤ ਜਲਦੀ ਕੰਮ ਹੋ ਜਾਂਦਾਗਾ ਮਤਲਬ ਤੁਸੀਂ ਉਹਨਾਂ ਚੀਜ਼ਾਂ ਨੂੰ ਸਮਝਿਆ ਹੋਣਾ ਕਿਉਂਕਿ ਪ੍ਰੋਸੈਸ ਉੱਪਰ ਤੋਂ ਲੈ ਕੇ ਥੱਲੇ ਤੱਕ ਆ ਤਾਂ ਥੋੜਾ ਇਹ ਚੀਜ਼ ਜਰੂਰ ਉਹਨੂੰ ਖੁੱਲ੍ਹ ਕੇ ਦੱਸੋ ਕਿ ਮੰਨ ਲਓ ਫਰਜ਼ ਕਰੋ ਕੋਈ ਪਾਲਿਸੀ ਮੈਂ ਉਦਾਹਰਣ ਦੇ ਤੌਰ ਤੇ ਉੱਤੇ ਲੈ ਰਿਹਾ ਕਿ ਉਹਨੂੰ ਕਿੰਨਾ ਕੁ ਟਾਈਮ ਲੱਗ ਜਾਂਦਾ ਥੱਲੇ ਆਉਂਦੇ ਆਉਂਦੇ ਕਿਉਂਕਿ ਕਈ ਵਾਰੀ ਹੁੰਦਾ ਕਿ ਸਾਡੇ ਲੋਕਾਂ 'ਚ ਪੇਸ਼ੈਂਸ ਵੀ ਨਹੀਂ ਹੈਗੀ ਨਾ ਅਸੀਂ ਵੀ ਥੋੜਾ ਹੁੰਦਾ ਕਿ ਯਾਰ ਵੀ ਬੱਸ ਬਾਈ ਐਲਾਨ ਹੋ ਗਿਆ ਤਾਂ ਹੁਣ ਸਮਝ ਲੋ ਹੋ ਜਾਏਗਾ ਕੰਮ ਇਹ ਮਾਨ ਸਾਹਿਬ ਕਈ ਗੱਲਾਂ ਤੇ ਕਈ ਤੰਦਾ ਜਿਹੜੀਆਂ ਦੇੜਨੀਆਂ ਪੈਂਦੀਆਂ ਤੇ ਜੋੜਨੀਆਂ ਪੈਂਦੀਆਂ ਜੀ ਇੱਕ ਪਹਿਲਾਂ ਕਿਸੇ ਦੀ ਡਿਮਾਂਡ ਹੈ ਜੀ ਡਿਮਾਂਡ ਤੋਂ ਬਾਅਦ ਕਿਸੇ ਵੀ ਮਿਨਿਸਟਰੀ ਨੇ ਉਹਨੂੰ ਹਾਂ ਕਰਤੀ ਜੀ ਉਹਦਾ ਫਿਰ ਅਸਟੀਮੇਟ ਬਣ ਗਿਆ ਅਸਟੀਮੇਟ ਪਾਸ ਹੋਇਆ ਕਿਉਂਕਿ ਇੱਕ ਦਿਨ ਚ ਇਹ ਗੱਲਾਂ ਨਹੀਂ ਨਾ ਹੁੰਦੀਆਂ ਅਸਟੀਮੇਟ ਪਾਸ ਹੋਣ ਤੋਂ ਬਾਅਦ ਵੀ ਸਾਰੀ ਪ੍ਰਵਾਨਗੀ ਮਿਲਦੀ ਜਿਨਾਂ ਚਿਰ ਖਜ਼ਾਨੇ ਚ ਪ੍ਰਵਾਨਗੀ ਨਹੀਂ ਮਿਲਦੀ ਕਈ ਵਾਰੀ ਸਾਲ-ਸਾਲ 1.5 ਸਾਲ ਲੰਘ ਜਾਂਦਾ ਹੈ ਖਜ਼ਾਨਾ ਮੰਤਰੀ ਵੱਲੋਂ ਕਿਉਂਕਿ ਸਾਰਾ ਬਜਟ ਉਹਨਾਂ ਨੇ ਸੰਭਾਲਣਾ ਹੁੰਦਾ ਕਿਵੇਂ ਕਿਵੇਂ ਜਾਂਦਾ ਉਹੀ ਇਸ ਚ ਜ਼ਰੂਰ ਇਹ ਲੰਮਾ ਕੰਮ ਪੈ ਜਾਂਦਾ ਮੈਨੂੰ ਇਸ ਗੱਲ ਦੀ ਵੀ ਹੈ ਜੇ ਸਾਡਾ ਲੋਕਤੰਤਰ ਆ ਨਾ ਤੇ ਲੋਕਤੰਤਰ ਨੂੰ ਫੁੱਲ ਕੇ ਇਹਦੇ ਚ ਅਫਸਰशाही ਦਾ ਜ਼ਰੂਰ ਹੱਥ ਹੋ ਜਾਂਦਾ ਉਹ ਸਿੱਧਾ ਫੈਸਲਾ ਉਹ ਕਰ ਸਕਦਾ ਹੋਵੇ ਉਹਨੂੰ ਜੇ ਕੋਈ ਗਲਤ ਕਰਦਾ ਅਨਸੀਟ ਹੋ ਜੇ ਕੁਝ ਵੀ ਹੋ ਜੇ ਉਹਦਾ ਇਹ ਚਾਹੀਦਾ ਸੀ ਇੱਕ ਘੁਮ ਘਮਾ ਕੇ ਆਉਂਦਾ ਬਿਰੋਕਰੇਸੀ ਵੀ ਦੀ ਹੈ ਜੀ ਤਾਂ ਉਹਨਾਂ ਤੇ ਤੇ ਬਹੁਤ ਚੀਜ਼ਾਂ ਡਿਪੈਂਡ ਕਰਦੀਆਂ ਨੇ ਟੇਬਲ ਟੂ ਟੇਬਲ ਫਾਈਲ ਜਾਂਦੀ ਹੈ ਟੇਬਲ ਟੂ ਟੇਬਲ ਵੇਖੋ ਫਾਈਲ ਦੀ ਤਾਂ ਵੱਡੀ ਗੱਲ ਜਸਪਾਲ ਜੀ ਆਪਾਂ 5-7 ਸਟੈਪ ਵਾਈਜ਼ ਜਿਹੜੀਆਂ ਸਾਡਾ ਦਫਤਰ ਆ ਉਹਦੇ ਵਿੱਚ ਸਾਡੀਆਂ ਲੋਡ ਹੈ ਤਾਂ ਜੇ ਤੁਸੀਂ ਰੋਕ ਲਈ ਤਾਂ ਵੀ ਰੋਕੀ ਜੇ ਤੁਸੀਂ ਕਲੀਅਰ ਕਰਕੇ ਤੋਰਤੀ ਮੇਰੇ ਕੋਲੇ ਰੋਗੀ ਤਾਂ ਮੇਰੇ ਕੋਲੇ ਰੋਗੀ ਜੀ ਇਧਰ ਕੋਈ ਸਿਓਰ ਸਾਥੀ ਨਹੀਂ ਇਹ ਜਦੋਂ ਕਿਸੇ ਬੰਦਾ ਵਿੱਚ ਵੜਦਾ ਉਹਨੂੰ ਪਤਾ ਲੱਗਦਾ ਜੀ ਜੀ ਇਹ ਜੀ ਜੀ ਜਲਾ ਹੈਗੀ ਜਤੀਦਰ ਸਾਹਿਬ ਤੁਹਾਡਾ ਮਨ ਪਹਿਲੀ ਵਾਰੀ ਕਦੋਂ ਬਣਿਆ ਸੀਗਾ ਲੰਬੀ ਤੋਂ ਇਲੈਕਸ਼ਨ ਲੜਨ ਦੇ ਲਈ ਲੰਬੀ ਤੋਂ ਕੋਈ ਪਹਿਲਾਂ ਹੋ ਕਿਸੇ ਹੋਰ ਆ ਤੇ ਨਹੀਂ ਮੇਰੀ ਇਹ ਹੋ ਜਣੀ ਗੱਲ ਸੀ ਨਾ ਮੈਂ ਜਦੋਂ 91 ਚੋਣ ਲੜ ਲਿਆ ਮੈਂ ਨਿਆਣਾ ਜਾਈ ਸੀ ਉਦੋਂ ਦਾ ਮੈਂ 27-28 ਸਾਲਾਂ ਦਾ ਸੀ ਕੋਈ 22 ਅੱਛਾ ਜੇ ਮੈਨੂੰ ਉਦੋਂ ਚੋਣ ਹੋ ਜਾਂਦੀ ਤਾਂ ਮੈਂ ਸ਼ਾਇਦ ਸ਼ਾਰਾ ਇਹਨਾਂ ਨਾਲੋਂ ਛੋਟਾ ਹੀ ਮੈਂਬਰ ਪਾਰਲੀਮੈਂਟ ਹੁੰਦਾ ਉਸ ਤੋਂ ਬਾਅਦ ਬਾਈਕਾਟ ਹੋ ਗਿਆ ਮੈਂ ਬਾਈਕਾਟ ਵਾਲਿਆਂ ਚੀ ਸੀਗਾ ਲੋਕਾਂ ਨੂੰ ਸਦਾ ਬੈਂਸੇ ਹੋਰਾਂ ਦੀ ਸਰਕਾਰ ਬਣ ਗਈ ਸਾਡਾ ਕੋਈ ਉਹਦੇ ਨਾਲ ਲੈਣਾ ਦੇਣਾ ਨਾ ਹੋਇਆ 5 ਸਾਲ ਚੱਲੀ ਉਸ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਆ ਗਈ ਤੋ ਮੈਂ ਉਦੋਂ ਉਹ ਚੌਣ ਚ ਤਾਂ ਨਹੀਂ ਮੈਂ ਜਿਹੜੀ 2002 ਵਾਲੀ 97 ਤੋਂ 2002 ਵਾਲੀ ਚ ਮੇਰਾ ਜੀਸੀਬੀ ਮੈਂ ਚੋਣ ਲੜਨਾ ਮਾ ਇਹ ਮਾਨੰਦਰੋ ਪੂਰਾ ਕਠੋਰ ਸੀ ਕਿ ਭਾਈ ਜਾਣੀ ਪੂਰਾ ਪੂਰਾ ਔਰ ਲੰਬੀ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨਾਲ ਹੀ ਨਾਲੇ ਵੀ ਜੀ ਪਰ ਉਸ ਵੇਲੇ ਸਰਦਾਰ ਤੇਜਾ ਸਿੰਘ ਜੀ ਬਾਦਲ ਜਿਹੜੇ ਚੰਗੇ ਦਾਨੀ ਪੁਰਸ਼ ਆਪਣੇ ਇਲਾਕੇ ਦੇ ਮਸ਼ਹੂਰ ਉਹਨਾਂ ਨੇ ਜੇ ਕਹੀਏ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਚੀਫ ਮਿਨਿਸਟਰ ਤਾਂ ਉਹਨਾਂ ਨੇ ਬੜਾਇਆ ਉਹਨਾਂ ਦੀ ਡੈਥ ਹੋਈ ਸੀ ਤੇ ਉਹਨਾਂ ਦੇ ਬੇਟੇ ਨੂੰ ਅਸੀਂ ਸਰਦਾਰ ਹਮੇਸ਼ਿੰਦਰ ਸਿੰਘ ਬਾਦਲ ਉਹਨਾਂ ਨੂੰ ਉਮੀਦਵਾਰ ਬਣਾ ਲਿਆ ਤਿੰਨ ਇਲੈਕਸ਼ਨ ਉਹਨਾਂ ਨੇ ਲੜੇ ਮੈਂ ਫਿਰ ਜਦੋਂ ਲੀਡਰ ਬਣ ਲਿਆ ਉਹਨਾਂ ਨੂੰ ਮੈਂ ਤਾਂ ਉਹਨਾਂ ਦੇ ਪਿੱਛੇ ਸੀ ਮੈਂ ਨਹੀਂ ਮੈਂ ਕਦੇ ਸੋਚਦਾ ਨਹੀਂ ਹੁੰਦਾ ਸੀ ਵੀ ਇਹਨਾਂ ਦੇ ਹੁੰਦਿਆ ਮੈਂ ਚੋਣ ਲੜਾਂ ਜੇ ਲੜਦੇ ਲੜਨ ਦੇ ਆਪਾਂ ਮੈਂ ਨਹੀਂ ਲੜਨਾ। ਤੋਂ 17 ਵਿੱਚ ਉਹਨਾਂ ਨੇ ਮੈਨੂੰ ਕਹਿਤਾ ਵੀ ਗੁਰਮੀ ਦੀਰ ਮੈਂ ਤਾਂ ਨਹੀਂ ਲੜਨੀ 12 ਦੀ ਚੋਣ ਲੜ ਕੇ ਤੂੰ ਲੜਨੀ ਦਾ ਵੇਖਲਾ। ਤੋਂ ਮੈਂ ਸਮਝਦਾ ਸੀ ਕਿ ਅਸੀਂ ਲੜਾਂਗੇ ਜ਼ਰੂਰ ਤਿਆਰੀ ਵੀ ਕੀਤੀ। ਤਿਆਰੀ ਕੀਤੀ ਕੈਪਟਨ ਮਰਿੰਦਰ ਸਿੰਘ ਆ ਗਏ ਉਹ ਸਾਡੀ ਕੀਤੀ ਤਰੀ ਤਰਾਈ ਰਹੀ ਜਿਹਨੂੰ ਕਹਿ ਦਈਏ। ਜੀ। ਉਦੋਂ ਇਹ ਜ਼ਰੂਰ ਲੱਗਦਾ ਹੁੰਦਾ ਸੀ ਵੀ ਹੁਣ ਪ੍ਰਕਾਸ਼ ਸਿੰਘ ਬਾਦਲ ਨਾਲ ਦਾ ਯਾਰ ਮੈਨੂੰ ਕਿਸੇ ਨੇ ਚੋਣ ਲੜਨ ਨਹੀਂ ਦੇਣੀ ਮੈਂ ਤਾਂ ਯਾਰ ਐਂ ਐਂ ਟੱਪ ਜੂ ਕੰਮ ਜੀ ਤੋਂ 22 ਚ ਕੁਦਰਤੀ ਪੇੜ ਮਿਲ ਗਿਆ ਤੇ ਮੈਨੂੰ ਲੋਕਾਂ ਨੂੰ ਬੜਾ ਕੁਝ ਉਹ ਵੀ ਮੈਨੂੰ ਇੰਨਾ ਨਹੀਂ ਸੀਗਾ ਵੀ ਜਿੱਤ ਹਾਰ ਦਾ ਵੀ ਨਹੀਂ ਮੈਨੂੰ ਪਤਾ ਸੀ ਮੈਂ ਮੈਂ ਹੁਣ ਜਿੱਤਣ ਤੋਂ ਬਾਅਦ ਬੰਦਾ ਗੱਲਾਂ ਕਰਦਾ ਵੀ ਇਹ ਤਾਂ ਪੱਕਾ ਹੀ ਸੀ ਜੀ ਪਰ ਮੈਨੂੰ ਡਰ ਨਹੀਂ ਲੱਗ ਰਿਹਾ ਸੀ ਚੋਣ ਲੜਨ ਤੋਂ ਵੀ ਕੋਈ ਗੱਲ ਨਹੀਂ ਕੋਈ ਮੇਰੇ ਕਈ ਜਿਹੜੇ ਜਾਨਣ ਵਾਲੇ ਲੋਕ ਇਹ ਕਹਿੰਦੇ ਸੀ ਯਾਰ ਕਿਤੇ ਹੋਰ ਲੜ ਲੈਂਦਾ ਸੌਖਾ ਨਹੀਂ ਸੀ ਤੈਨੂੰ ਤਾਂ ਉਹ ਕਹਿੰਦੇ ਸੀ ਵੀ ਟੇਟ ਕਿਤੇ ਲੜ ਲਾ ਜੀ ਮੈਂ ਨਹੀਂ ਹੋਰ ਨਹੀਂ ਲੜਾਂਗਾ ਤੇ ਇੱਥੇ ਲੜਾਂਗਾ ਜੀ ਤੇ ਯਾਰ ਇਹਨੇ ਜਿੱਤਣ ਨਹੀਂ ਦੇਣਾ ਐਵੇਂ ਮਤਲਬ ਜਿਹੜੇ ਕਈ ਰਿਸ਼ਤੇਦਾਰ ਵੀ ਸੀਗੇ ਉਹ ਵੀ ਥੋੜਾ ਸਮਝਦੇ ਸੀਗੇ ਵੀ ਐਵੇਂ ਪੰਗੇ ਲੈਂਦਾ ਹੈ ਤੇ ਚਲੋ ਮੈਨੂੰ ਇਸ ਗੱਲ ਦਾ ਨਹੀਂ ਸੀ ਮੈਨੂੰ ਸੀਗਾ ਵੀ ਲੋਕਾਂ ਦਾ ਮੈਂ ਫੈਸਲਾ ਜ਼ਰੂਰ ਲਵਾਂ ਇੰਨੇ ਲੰਮੇ ਸਾਲਾਂ ਦੇ ਲੋਕਾਂ ਦੇ ਨਾਲ ਤੁਰੇ ਫਿਰਦਿਆਂ ਲੋਕਾਂ ਨੇ ਬਹੁਤ ਵੱਡੀ ਸਹਾਇਨ ਭਾਈ ਮੈਨੂੰ ਵੱਡੀ ਖੁਸ਼ੀ ਹੈ ਕਿ ਮੈਂ 32 ਵਰੇ ਇਸ ਜੀਮਣ ਚ ਰਿਹਾ ਪਰ ਜਿਨੇ ਇੱਕ ਵਾਰੀ ਬਾਹ ਫੜ ਲਈ ਉਹਨੇ ਛੱਡੀ ਨਹੀਂ ਮੈਨੂੰ ਨਾਲ-ਨਾਲ ਤੋਰੀ ਆਇਆ ਉਹ ਜੇ ਇਸ ਸੰਸਾਰ ਤੋਂ ਵੱਡੀ ਇੱਕ ਪੀੜੀ ਤੁਰ ਵੀ ਗਈ ਉਹਨਾਂ ਦੀ ਦੂਜੀ ਜਨਰੇਸ਼ਨ ਨੇ ਵੀ ਮੇਰਾ ਸਾਥ ਦਿਆ 28 27 30 ਹਜ਼ਾਰ ਲੋਕ ਮੈਨੂੰ ਹਮੇਸ਼ਾ ਲੱਗਿਆ ਵੀ ਮੇਰੇ ਨਾਲ ਰਹੇ ਆ ਤੇ ਮੈਨੂੰ ਇਹਨਾਂ ਤੇ ਉਮੀਦ ਹੀ ਸੀ ਕਿ ਮੈਂ ਕਿਹਾ ਵੀ ਇਹ ਹੋਣਗੇ ਤੇ ਕੁਝ ਨਾ ਕੁਝ 50 60 ਹਜ਼ਾਰ ਵੋਟਾਂ ਬਾਦਲ ਸਾਹਿਬ ਤਾਂ 70 70 ਲੈਂਦੇ ਰਹੇ ਆ ਮੈਂ ਫਿਰ ਲੈ ਜਾ ਲੇ ਜਾਾਂਗੇ ਕੀ ਬਣੂਗਾ ਵੇਖੋ ਬਰਾਬਰ ਆਵਾਂਗੇ ਪਰ ਲੋਕਾਂ ਨੇ ਪਹਿਲੇ ਦਿਨ ਤੋਂ ਜਦੋਂ ਮੈਨੂੰ ਉਮੀਦਵਾਰ ਬਣਾ ਲਿਆ ਸੀ ਤੇ ਬਹੁਤ ਵੱਡਾ ਹੰਗਾਰਾ ਦਿੱਤਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਇਤਕੀ ਉੱਡਾ ਵੱਡਾ ਹੰਗਾਰਾ ਨਹੀਂ ਦਿੱਤਾ ਗਿਆ ਸੀ ਜੀ ਤੋਂ ਰਿਜ਼ਲਟ ਵੀ ਸਾਰੇ ਆਪਾਂ ਵੇਖਦੇ ਆ ਉਹਦਾ ਚੰਗਾ ਹੀ ਵਧੀਆ ਆ ਮੇਰੇ ਲਈ ਤਾਂ ਬਹੁਤ ਵਰਦਾਨ ਵਾਲਾ ਆਇਆ ਜੀ ਉਹਨਾਂ ਨੇ ਜਾਂਦੀ ਵਾਰ ਚੋਣ ਲੜੀ ਜਾਂ ਨਾ ਲੜੀ ਉਹਨਾਂ ਦੀ ਮਰਜ਼ੀ ਸੀ ਜੀ 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 ਤੇ 2017 ਦੇ ਵਿੱਚ ਤੁਹਾਨੂੰ ਮਤਲਬ ਪਹਿਲਾਂ ਕੌਨਫੀਡੈਂਸ ਲਿਆ ਗਿਆ ਦੱਸਿਆ ਗਿਆ ਕਿ ਬਾਈ ਇਲੈਕਸ਼ਨ ਤੁਸੀਂ ਇਸ ਵਾਰ ਮੈਨੂੰ ਐਸੋ ਮੈਨੂੰ ਤਿਆਰੀ ਤੁਰੀ ਜੀ ਕਰਾਉਂਦੇ ਰਹੇ ਪੂਰੀ ਬਿਹਾਨ ਤੇ ਰਹੀ ਤੇਰਾ ਜਾਂ ਕਹ ਲੋ ਕਿ ਮਿੱਠੀਆਂ ਗੋਲੀਆਂ ਦੇਈਗੇ ਭਾਵਾ ਪਤਾ ਨਹੀਂ ਉਸ ਮੈਨੂੰ ਤੇ ਮੈਨੂੰ ਮੈਂ ਪਿੰਡਾਂ 'ਚ ਹੀ ਫਿਰਦਾ ਸੀ ਤੇ ਮੈਨੂੰ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਫੋਨ ਆ ਗਿਆ ਉਹਨਾਂ ਦਾ ਇੱਕ ਸਿੱਖੋ ਸਾਹਿਬ ਹੁੰਦੇ ਸੀ ਉਹਨਾਂ ਨੇ ਕਿਹਾ ਵੀ ਮਹਾਰਾਜ ਸਾਹਿਬ ਗੱਲ ਕਰਨਗੇ ਜੀ ਮੈਨੂੰ ਕਦੇ ਹੋਰ ਗੁਰਮੀਤ ਕੀ ਹਾਲ ਆ ਪੈਂ ਠੀਕ ਆ ਜੀ ਕੀ ਬਣਦਾ ਮੈਂ ਜਿਵੇਂ ਪਿੰਡਾਂ ਚ ਫਿਰਦਾ ਤੇ ਕਹਿੰਦੇ ਮੈਨੂੰ ਕਹਿੰਦੇ ਆਈ ਕਮਾਨ ਵਾਲੇ ਫਿਰ ਵੀ ਤੂੰ ਲੜ ਮੈਂ ਦੱਸੋ ਮੈਂ ਤੁਸੀਂ ਉਹਨੇ ਸਾਡੇ ਵੱਡੇ ਤੁਸੀਂ ਲੜ ਲਓ ਮੈਥੋਂ ਤਾਂ ਇੰਨਾ ਹੀ ਕੋ ਆਇਆ ਉਹਨਾਂ ਨੇ ਤੇ ਕਹਿੰਦੇ ਵੇਖੋ ਆਹ ਗੱਲ ਜ਼ਰੂਰ ਹੋਈ ਸੀ ਵੀ ਮੈਂ ਥੋਂ ਤੈਨੂੰ ਛੱਡ ਦੂੰਗਾ ਜਿੱਤ ਤੋਂ ਬਾਅਦ ਮੈਂ ਜਿੱਤਾਂ ਮੈਂ ਇਹ ਵੀ ਜਾਂਦਾ ਜੀ ਮੈਂ ਉਹਨੂੰ ਕਿਹਾ ਤਾਂ ਬੁਤੇਰਾ ਪਰ ਚਲੋ ਉਹ ਲੋਕਾਂ ਨੇ ਉਹ ਕੋਈ ਪਲੈਨਿੰਗ ਬਣਾ ਛੱਡੀ ਸੀ ਉਸ ਦਾ ਬਕਰ ਸਤਾਰਾਂ ਜਿਵੇਂ ਕਹਨੇ ਸੀਗੇ ਜਿੱਤਾਂਗੇ ਇੱਥੇ ਦਫਤਰ ਬਣਾਵਾਂਗੇ ਸੀ ਉਹ ਮੋਨਾ ਅਟੈਚ ਹੋਊਗਾ ਉਹ ਗੱਲਾਂ ਕੁਛ ਮਤਲਬ ਤੁਸੀਂ ਜਾ ਕੇ ਫਿਰ ਵੀ ਸ਼ਿਕਵੇ ਕੀਤੇ ਹੋਣੇ ਉਹ ਤਾਂ ਉਹ ਤਾਂ ਸਾਨੂੰ ਪਤਾ ਨਹੀਂ ਮਤਲਬ ਬਹੁਤ ਵੱਡੀਆਂ ਗੱਲਾਂ ਕਰ ਗਏ ਇਸ ਇਲਾਕੇ ਨਾਲ ਜੀ ਤਾਂ ਉਹਦੇ ਸਿਰੇ ਕੋਈ ਉਹਨੂੰ ਚੜਾਇਆ ਨਹੀਂ ਜੀ ਚਲੋ ਉਹਨਾਂ ਦੀ ਜਿਸ ਤਰ੍ਹਾਂ ਦੀ ਆਪਣੀ ਸੋਚ ਸੀ ਮੈਨੂੰ ਹੀ ਪਤਾ ਕਿਸੇ ਦੇ ਦਿਲ ਵਿੱਚ ਕੀ ਹੈ ਜੀ ਪਰ ਲੋਕਾਂ ਦੀਆਂ ਵੱਡੀਆਂ ਲੋੜਾਂ ਸੀ ਉਹ ਤੁਹਾਡੇ ਪਰਿਵਾਰ ਜਿਵੇਂ ਜੱਥੇਦਾਰ ਸਾਹਿਬ ਤੋਂ ਇਲਾਵਾ ਹੋਰ ਕੋਈ ਰਿਸ਼ਤੇਦਾਰਾਂ ਦੇ ਵਿੱਚ ਕੋਈ ਪਹਿਲਾਂ ਮਤਲਬ ਵਿਧਾਇਕ ਜਾਂ ਕੋਈ ਹੋਰ ਪੋਲਿਟਿਕਸ ਦੇ ਵਿੱਚ ਐਕਟ ਹੈ ਅਸੀਂ ਸੁਧਾਰਨੀਆਂ ਪਰਿਵਾਰ ਹੈ ਅੱਛਾ ਜੀ ਕੋਈ ਦੂਰ ਨੇੜੇ ਤੋਂ ਵੀ ਜੱਥੇਦਾਰ ਜੀ ਨੂੰ ਇਹ ਚੇਟਕ ਲੱਗ ਗਈ ਜੀ ਖਾਲਸਾ ਕਾਲ ਜੰਮਰਸਰ ਪੜਦੇ ਆਂ ਜੀ ਪੰਜਾਬੀ ਸੂਬੇ ਦੀ ਲੜਾਈ ਚੱਲਦੀ ਸੀ ਉਦੋਂ ਮਾਸਟਰ ਤਾਰਾ ਸਿੰਘ ਹੋਰਾਂ ਨਾਲ ਗਿਆਨੀ ਕਰਤਾਰ ਸਿੰਘ ਹੋਰਾਂ ਨਾਲ ਨੇੜਤਾ ਹੋਊਗੀ ਜੀ ਤੇ ਉਹ ਉਹਨਾਂ ਨੇ ਸਿਆਸਤ ਸੀ ਇੱਕ ਗੱਲ ਹੈ ਉਹਨਾਂ ਨੇ ਕੋਈ ਚੋਣ ਲੜੀ ਸਾਰੀ ਜ਼ਿੰਦਗੀ ਵਿੱਚ ਮੈਂਬਰ ਪਾਰਲੀਮੈਂਟ ਦੀ ਅੱਛਾ ਜੀ ਜੇ ਸਰਪੰਚ ਵੀ ਸਰਬਸੰਮਤੀ ਨਾਲ ਜਿਹੜਾ ਜ਼ਿਲ੍ਹਾ ਪ੍ਰਧਾਨ ਆ ਸਰਬਸੰਮਤੀ ਨਾਲ ਆ ਜਿਹੜੀ ਚੇਅਰਮੈਨ ਮੰਡੀ ਬੋਰਡ ਸੀ ਉਹ ਤਾਂ ਚਲੋ ਨੋਮੀਨੇਟ ਹੀ ਹੁੰਦੇ ਨੇ ਉਹ ਜਿੰਨੇ ਵੀ ਅੱਛਾ ਉਹਨਾਂ ਨੇ ਵੀ ਜਦੋਂ ਉਹ ਵੀ 11ਵੀਂ ਕਲਾਸ ਵਿੱਚ ਹੀ ਸੀਗੇ ਖਾਲਸਾ ਕਾਲਜ ਅਮਰਸਰ ਉਹ ਵੀ ਸਟੂਡੈਂਟ ਯੂਨੀਅਨ ਦੀ ਚੋਣ ਲੜੇ ਸੀ ਜਨਰਲ ਸੈਕਟਰੀ ਦੀ ਪਹਿਲੀ ਵਾਰੀ ਜਾ ਕੇ ਉਹਨਾਂ ਨੇ ਸਿਆਸਤ ਉੱਥੇ ਸ਼ੁਰੂ ਕਰ ਲਈ ਸੀ ਅੱਛਾ ਉਹਨਾਂ ਨੇ ਵੀ ਗਰਮੀਚ ਤੇ ਤੁਸੀਂ ਵੀ ਗਰਮੀਚ ਵੀ ਗਰਮੀਚ ਜੀ ਤੇ ਜਥੇਦਾਰ ਸਾਹਿਬ ਇੱਕ ਚੀਜ਼ ਸਾਫ਼ ਕਰਿਓ ਪਲੀਜ਼ ਉਹਨਾਂ ਦੇ ਮਾਤੂ ਨੂੰ ਲੈ ਕੇ ਤੁਹਾਨੂੰ ਪਤਾ ਬਹੁਤ ਸਵਾਲ ਹੁੰਦੇ ਆ ਖੈਰ ਪਰਿਵਾਰ ਨੇ ਦੁੱਖ ਵੀ ਬਹੁਤ ਹੰਡਾਇਆ ਤਾਂ ਉਸ ਤੋਂ ਬਾਅਦ ਜੋ ਅੱਗੇ ਪੈਰਵਾਈ ਤੁਸੀਂ ਮਤਲਬ ਕੀਤੀ ਨਹੀਂ ਜਾਂ ਕੀ ਗੱਲ ਹੋ ਗਈ ਕਿੱਥੇ ਜਾ ਉਸ ਵੇਲੇ ਸਿਸਟਮ ਵਿੱਚ ਗਵਰਨਰ ਹੀ ਰਾਜ ਸੀ ਕੇ ਪੀ ਐਸ ਗੱਲ ਹੋ ਰਾਂ ਦਾ ਉਹਨਾਂ ਨੇ ਪਹਿਲੇ ਦਿਨ ਹੀ ਇਹ ਵੀ ਇਹਦਾ ਖੁਦਕੁਸ਼ੀ ਆ ਇਹ ਉਹਨਾਂ ਨੇ ਇਸ ਗੱਲ ਦਾ ਕਿ ਔਰ ਇੱਕ ਜਸਟਿਸ ਹਰਬੰਸ ਸਿੰਘ ਰਾਏ ਉਹਨਾਂ ਨੇ ਅੰਡ ਸਿਟਿੰਗ ਜੱਜ ਸੀ ਹਾਈ ਕੋਰਟ ਦੇ ਉਹਨਾਂ ਨੇ ਉਹ ਇਨਕੁਆਇਰੀ ਕੀਤੀ ਜੀ ਉਹਨਾਂ ਨੇ ਕਾਫੀ ਲੰਮੀ ਜਿਹੜੀ ਉਹ ਇਹ ਬਾਰਤ ਵੀ ਲਿਖੀ ਹੈ ਉਹਨਾਂ ਨੇ ਲਿਖਿਆ ਵੀ ਇਹੋ ਜਿਹਾ ਬੰਦਾ ਸੁਸਾਈਡ ਨਹੀਂ ਕਰ ਸਕਦਾ ਤੇ ਇਹ politcal murder ਹੈ ਇਹਨੂੰ ਗਾਹਲ ਏਜੰਸੀ ਕੋਈ ਵੇਖੇ ਸੈਂਟਰ ਗਵਰਨਮੈਂਟ CBI CBI ਨੇ ਕੋਈ ਉਹਦੀ ਫਾਈਨਡਿੰਗ ਰਿਪੋਰਟ ਨਹੀਂ ਦਿੱਤੇ ਪਿੱਛੇ ਕਰ ਕਰ ਕੇ ਜੀ ਬਸ ਇਸ ਤਰ੍ਹਾਂ ਉਹ ਬਹੁਤ ਲੰਮਾ ਸਮਾਂ ਪਾਸੇ ਰਹੇ ਉਹ ਇਹ ਜੇ ਸਬੂਤ ਹੀ ਮਿਟ ਜਾਂਦੇ ਬਹੁਤ ਬੰਦੇ ਕਿੱਧਰ ਗਏ ਕੀ ਜੀ ਤੇ ਹੁਣ ਤੁਹਾਡਾ politically ਜਾਂ ਕੋ ਲੋਕ ਕਿ ਪਰਸਨਲੀ 골ਡਨ ਪੀਰੀਅਡ ਚੱਲ ਰਿਹਾ ਇਸ ਵੇਲੇ ਤਾਂ ਇਸ ਵੇਲੇ ਚਾਹੋਗੇ ਕਿ ਭਈਆ ਅੱਗੇ ਕਿਤੇ ਇਨ ਫਿਊਚਰ ਕਿ ਭਈ ਪੜਤਾਲ ਕਰਵਾ ਲਈ ਜਾਵੇ ਜਾਂ ਉਹ ਮੇਰੇ ਮਨ ਵਿੱਚ ਹੈ ਜੇ ਉਹਦਾ ਕੋਈ ਨਿਕਲ ਸਕੇ ਜ਼ਰੂਰ ਕਰਾਂਗੇ ਪਰ ਬਹੁਤ ਲੰਮਾ ਸਮਾਂ ਹੋ ਜੇ ਨਾ ਤੇ ਰਾਜ ਵੀ ਗਵਰਨਰ ਵੀ ਰਾਜ ਉਹਨਾਂ ਲੋਕਾਂ ਦੇ ਰਾਜ ਜਿਹੜੇ ਕਿਸੇ ਨੂੰ ਸਬੂਤ ਨੂੰ ਰਹਿਣ ਹੀ ਨਹੀਂ ਦਿੰਦੇ ਬਹੁਤ ਹਜ਼ਾਰਾਂ ਹਜ਼ਾਰਾਂ ਲੋਕਾਂ ਦੀਆਂ ਜਾਂਣਾ ਇਸ ਸੰਸਾਰ ਤੋਂ ਕਈਆਂ ਕਿਸੇ ਨੂੰ ਕੀ ਜੀ ਬੇਟੇ ਦੇ ਅੱਗੇ ਵਿਆਹ ਕਰਨਾ ਔਰ ਰਿਸ਼ਤੇ ਆਉਂਦੇ ਹੋਣਗੇ ਤੇ ਉਹਨਾਂ ਨੂੰ ਪੋਲੀਟਿਕਲੀ ਕਿਸੇ ਫੈਮਿਲੀ ਨਾਲ ਚਾਹੋਗੇ ਜੋੜਨਾ ਜਾ ਕੋ ਹਰ ਇੱਕ ਮਾਂ ਪੇ ਉਹਨੂੰ ਆਪਣੇ ਬੱਚਿਆਂ ਵਾਸਤੇ ਹੁੰਦਾ ਵੀ ਇਹਨਾਂ ਦਾ ਵਿਆਹ ਸ਼ਾਦੀ ਚੰਗੀ ਹੋ ਜੇ ਸਾਡੇ ਖਰਚ ਚ ਚੇਤਾ ਤੀ ਹੋਵੇ ਜਵਾਈ ਚੰਗਾ ਹੋਵੇ ਜੇ ਬੇਟਾ ਤਾਂ نوਹਾ ਵਾਸਤੇ ਹਰ ਇੱਕ ਬੰਦਾ ਬੰਦਾ ਵੀ ਚੰਗਾ ਹੋਵੇ ਤੋਂ ਮੈਨੂੰ ਜ਼ਰੂਰ ਹੈ ਵੀ ਅੱਜ ਕੱਲ ਦੇ ਜ਼ਮਾਨੇ ਮੁਤਾਬਕ ਕੁੜੀਆਂ ਪੜ੍ਹੀਆਂ ਲਿਖੀਆਂ ਹੋਣ ਜਿਵੇਂ ਜਿਸ ਤਰ੍ਹਾਂ ਬੇਟਿਆਂ ਨੇ ਕਰ ਛੱਡਿਆ ਆਪਦੀ ਚੰਗੀ ਐਜੂਕੇਸ਼ਨ ਹੈ ਚੰਗੇ ਸਕੂਲਾਂ ਦੀ ਹੈ ਚੰਗੀਆਂ ਯੂਨੀਵਰਸਿਟੀਆਂ ਦੀ ਹੈ ਔਰ ਹੋਵੇ ਮੈਂ ਇਹ ਵੀ ਸਮਝਦਾ ਹਾਂ ਮੇਰੇ ਵਰਗਾ ਆ ਸਧਾਰਨ ਪਰਿਵਾਰ ਉਹ ਨਾ ਕਿ ਮੈਂ ਕਿਸੇ ਵੱਡੇ ਨਾਲ ਨਾ ਕੋਈ ਕਿਸੇ ਪੋਲੀਟੀਕਲ ਨਾਲ ਜਿਹੜਾ ਆਪਣੇ ਪਰਿਵਾਰ ਨੂੰ ਸਮਝਦਾ ਹੋਵੇ ਹਰ ਇੱਕ ਦਾ ਮਾਨ ਸਨਮਾਨ ਕਰਨ ਘਰ ਨੂੰ ਚਲਾਉਣ ਵਾਲੀ ਜੀ ਲੜਕੀ ਦਾ ਜ਼ਰੂਰ ਮਨ ਵਿੱਚ ਹੁੰਦਾ ਹੁਣਗਾ ਇਹ ਸੰਯੋਗ ਵਿਗਨੂ ਦੇ ਹੱਥ ਹੁੰਦੇ ਲੱਗੇ ਦੇਣਾ ਜੀ 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 ਤੇ ਤੁਹਾਨੂੰ ਪਤਾ ਕਿ ਪੋਲਿਟਿਕਸ ਦੇ ਵਿੱਚ ਸੋਸ਼ਲ ਮੀਡੀਆ ਬੜਾ ਮੈਟਰ ਕਰਦਾ ਅੱਜ ਕੱਲ ਦਾ ਸਾਰੇ ਕੋਈ ਵੀ ਛੋਟਾ ਲੀਡਰ ਕੋ ਵੱਡਾ ਲੀਡਰ ਸਾਰੇ ਕੋਈ ਰੀਲਾਂ ਪਾਉਂਦਾ ਕੁਝ ਹੋਰ ਕਰਦਾ ਤੁਸੀਂ ਉਧਰਲੇ ਪਾਸੇ ਨਹੀਂ ਮੈਨੂੰ ਲੱਗਦਾ ਜਾਂਦੇ ਮੈਨੂੰ ਤਬਾੜਾ ਚਲਾਉਣਾ ਵੀ ਨਹੀਂ ਹੁੰਦਾ ਇਹ ਮੁੰਡੇ ਵੀ ਕਹਿੰਦੇ ਕਹਿੰਦੇ ਜਦੋਂ ਕਈ ਵਾਰੀ ਫੋਟੋ ਖਿੱਚਣੀ ਹੁੰਦੀ ਹੈ ਨਾ ਜਥੇਦਾਰ ਸਾਹਿਬ ਮੂੰਹ ਪਰਲੇ ਪਾਸੇ ਕਰ ਲੈਂਦੇ ਕਹਿੰਦੇ ਅਸੀਂ ਉਲਝੇ ਰਹੇ ਨੇ ਸਿਸਟਮ ਇਹਦੇ ਤੋਂ ਦੂਜਾ ਵੀ ਚਲੋ ਜਿਵੇਂ ਦਾਲਲੇ ਜੁਆਗ ਹੈਗੇ ਜਿਹੜੇ ਤੁਰੇ ਫਰਦੇ ਹੁੰਦੇ ਵਿੱਚ ਖਿੱਚ-ਕੁੱਚ ਕੇ ਪਾਰਦੇ ਆ ਕੋ ਬਹੁਤਾ ਨਹੀਂ ਇਸ ਵੀ ਸਪੈਸ਼ਲੀ ਟੀਮ ਛੱਡੀ ਹੋਈ ਵੀ ਆਪਾਂ ਦਿਨ ਰਾਤ ਇਸੇ ਗੱਲ 'ਤੇ ਰਹੇ ਤੇ ਮੈਨੂੰ ਤਾਂ ਇਹ ਸਿਸਟਮ ਆਪ ਨਹੀਂ ਬੜਾ ਸਮਝ ਆਇਆ ਚਲਾ ਲਈਦਾ ਥੋੜਾ ਮੋਟਾ ਡੰਗ ਲਾ ਲਈਦਾ ਹੈਗਾ ਜੀ ਤੇ 24 ਚ ਪਾਰਟੀ ਦੇ ਕਹਤਾ ਵੀ ਅੱਗੇ ਜਾਓ ਲੜੋ ਦੁਆਰੇ ਮદાન ਚਾ ਕੇ ਝੂਣ ਫੇਰ ਵੇਖੋ ਜੀ ਮੈਨੂੰ ਤਾਂ ਪਾਰਟੀ ਨੇ ਬਹੁਤ ਕੁਝ ਦਿੱਤਾ ਤੇ ਪਾਰਟੀ ਤੋਂ ਇਲਾਵਾ ਲੋਕਾਂ ਨੇ ਬਹੁਤ ਕੁਝ ਦਿੱਤਾ ਪ੍ਰਮਾਤਮਾ ਨੇ ਬਹੁਤ ਕੁਝ ਦਿੱਤਾ ਮੈਂ ਮੇਰੇ ਵੱਸ ਚ ਕੁਝ ਵੀ ਨਹੀਂ ਮੈਂ ਤਾਂ ਪਬਲਿਕ ਪ੍ਰਾਪਰਟੀਆਂ ਲਾ ਲਉ ਤੇ ਪਾਰਟੀ ਵਾਲਿਆਂ ਦਾ ਉਹ ਪਾਰਟੀ ਜਿਵੇਂ ਵੀ ਜਿੱਥੇ ਵੀ ਹੈ ਮੈਨੂੰ ਜੇ ਉਹਨਾਂ ਨੇ ਐਮਐਲਏ ਦੀ ਜਿੱਗੜ ਦੇਤੀ ਤੇ ਲੋਕਾਂ ਨੇ ਮੈਨੂੰ ਐਮਐਲਏ ਬਣਾ ਤਾ ਹੁੰਦੀ ਤਾਂ ਕਿਰਪਾ ਵਾਹਿਗੁਰੂ ਦੀ ਹੈ ਜੀ ਅੱਛਾ ਪਾਰਟੀ ਨੂੰ ਜ਼ਿਲਦਾਰ ਭਗਵੰਤ ਸਿੰਘ ਮਾਨ ਹੋਰਾਂ ਨੂੰ ਚੰਗਾ ਲੱਗਿਆ ਮੈਨੂੰ ਆਪਣੀ ਬਜਾਰਤ ਵਿੱਚ ਸ਼ਾਮਲ ਕਰ ਲਿਆ ਜੀ ਤੇ ਇਹ ਪਾਰਟੀ ਨੂੰ ਮਹਿਸੂਸ ਜਿੰਮੇ ਵੀ ਹੂੰ ਮੈਂ ਕੁਝ ਵੀ ਨਹੀਂ ਕਹਿ ਸਕਦਾ ਉੱਥੇ ਤਾਂ ਜੀ ਪਰ ਜਿੱਤੇ ਵੀ ਹੈ ਰੋਜ਼ ਰੋਜ਼ ਜੌਣਾ ਲੜਨੀ ਹੈ ਗੜਾ ਸੋਕੀਆਂ ਜੀ ਖਾਸ ਕਰਕੇ ਸਾਡੇ ਵਰਗੇ ਪਰਿਵਾਰਾਂ ਨੂੰ ਜੀ ਜਦੋਂ ਲੋਕਾਂ ਨੇ ਲੜੀਆਂ ਮੈਂ ਤਾਂ ਲੜੀ ਨਹੀਂ ਲੋਕ ਨੇ ਲੜੀ ਮੈਂ ਤਾਂ ਕੋਈ ਇਹਦੇ ਵਿੱਚ ਬਹੁਤਾ ਵੱਡਾ ਹਿੱਸਾ ਨਹੀਂ ਪਾਇਆ ਜੀ ਸੋ ਇਸ ਵਾਸਤੇ ਸਾਡੇ ਵਰਗੇ ਪਰਿਵਾਰਾਂ ਦੇ ਰੋਜ਼ ਰੋਜ਼ ਦੀਆਂ ਐਡੀਆਂ ਮਹਿਮਾਨ ਨੂੰ ਛੇੜਨਾ ਬੜਾ ਜੀ ਤੇ ਫੈਮਿਲੀ ਜੋ ਕਿਸੇ ਹੋਰ ਦਾ ਮੂਡ ਬਣ ਜਾਂਦਾ ਜਾਂ ਪਾਰਟੀ ਕਹਿ ਦਿੰਦੀ ਹੈ ਫਿਰ ਤੋਰਦੇ ਹੋਗੇ ਅੱਗੇ ਨਹੀਂ ਜੀ ਫੈਮਿਲੀ ਜੋ ਨਾ ਹੀ ਮੂਡ ਵਾਲੀ ਗੱਲ ਹੈ ਤੇ ਨਾ ਹੀ ਪਾਰਟੀ ਇਸ ਤਰ੍ਹਾਂ ਚੱਵੇ ਐਡੀ ਬਿਖ ਖਰਚੋਂ ਇੰਨੇ ਨੇ ਦੋ ਦੋ ਤਿੰਨ ਤਿੰਨ ਬੰਦੇ ਕਿਵੇਂ ਵੱਡਾ ਕਿਹੜਾ ਐਡਾ ਵੱਡਾ ਕੋਈ ਕਾਰੋਬਾਰੀ ਲੋਕ ਹੈਗੇ ਜੀ ਇਹ ਤਾਂ ਲੋਕਾਂ ਦੇ ਆਸਰੇ ਤੁਰਨ ਵਾਲੇ ਆ ਰੋਟੀ ਪ੍ਰਮਾਤਮਾ ਨੇ ਦਿੱਤੀ ਹੈ ਜਿੰਨਾ ਕੁਛ ਮੇਰੇ ਜਵਾਗ ਵੀ ਇਸ ਤੇ ਖੁਸ਼ ਆ ਵੀ ਜੋ ਸਾਨੂੰ ਲੋਕਾਂ ਨੇ ਤੇ ਰੱਬ ਨੇ ਤੇ ਪਾਰਟੀ ਨੇ ਦਿੱਤਾ ਇਹਦੋਂ ਵੱਡੀ ਕੋਈ ਗੱਲ ਹੋ ਨਹੀਂ ਸਕਦੀ ਜੋ ਹਿਸ ਸਿੰਘ ਸਾਡੇ ਪਰਿਵਾਰ ਦੇ ਆ ਗਈ ਜਾਂ ਮੇਰੇ ਆ ਗਈ ਹੈ ਤਾਂ ਸਾਰਾ ਪਰਿਵਾਰ ਇਸ ਤੋਂ ਬੜਾ ਸੰਤੁਸ਼ਟ ਆ ਵੀ ਇਹ ਕਿਸੇ ਬੰਦੇ ਦੇ ਹੱਥ ਨਹੀਂ ਐਡੀ ਵੱਡੀ ਗੱਲ ਆਈ ਸੀ ਜੋ ਆਪਣੇ ਪਰਿਵਾਰ ਵਿੱਚ ਆਈ ਜੀ ਸਰਨ ਹੁੰਦਾ ਕਿ ਜਾਂ ਹਰ ਇੱਕ ਫੈਮਿਲੀ ਨੂੰ ਹੁੰਦਾ ਕਿ ਬਈ ਅਸੀਂ ਗਰੋ ਕਰੀਏ ਜਾਂ ਕਿਸੇ ਸ਼ਹਿਰ ਨੂੰ ਮੂਵ ਹੋ ਜਾਈਏ ਬੱਚਿਆਂ ਕਰਕੇ ਜਾਂ ਹੋਰ ਕੱਲ ਨੂੰ ਇਹ ਤਾਂ ਨਹੀਂ ਬਣੂ ਜੱਸੀਦਰ ਸਾਹਿਬ ਕੇ ਵੀ ਆਖਣਗੇ ਮੈਂ ਚਲੋ ਹੁਣ ਕੋਠੀ ਬਠਿੰਡੇ ਲੈ ਲੋ ਜਾਂ ਕਿਤੇ ਹੋਰ ਵੱਡੇ ਸ਼ਹਿਰ ਚੰਡੀਗੜ੍ਹ ਨੂੰ ਭੱਜ ਗਏ ਬਈ ਅ ਵੇਖੋ ਮੈਂ ਪਹਿਲਾਂ ਵੀ ਜੇ ਸਾਰੇ ਬੰਦੇ ਸ਼ਹਿਰਾਂ ਨੂੰ ਗਏ ਆ ਕੋਈ ਇੰਨੀ ਗੱਲ ਨਹੀਂ ਸੀ ਮੈਨੂੰ ਵੀ ਥੋੜੀ ਦਿੱਕਤ ਆਉਂਦੀ ਸੀ ਸਮੇਂ ਮੁਤਾਬਕ ਬੱਚਿਆਂ ਦੀ ਪੜ੍ਹਾਈ ਦੀ ਲਾਗ ਪਰ ਉਸ ਵੇਲੇ ਵੀ ਹੋਸਟਲ ਛੱਡ ਦਿੱਤੇ ਗਏ ਸੀਗੇ 90 ਸਕੂਲ ਵਿੱਚ ਲਾਤੇ ਸੀ ਸੰਗੀ ਉਹਨਾਂ ਦੀ एज्युकेशन ਮੈਨੂੰ ਪਿੰਡ ਨਾਲ ਜਾਂ ਇਲਾਕੇ ਨਾਲ ਹੁਣ ਵੀ ਜੇ ਲੋਕ ਮੰਤਰੀ ਬਣ ਗਿਆ ਚੰਡੀਗੜ੍ਹ ਵੀ ਜਾਣਾ ਹੁੰਦਾ ਜੀ ਇੱਧਰ ਨੂੰ ਹੁੰਦਾ ਵੀ ਚਲੋ ਚੱਲਦੇ ਆ ਉੱਥੇ ਕੁਝ ਨਾ ਕੁਝ ਲੋਕਾਂ ਲਈ ਵੀ ਕੁਝ ਕਰਾਂਗੇ ਤੇ ਤਾਂ ਤੋਂ ਮੈਨੂੰ ਨਹੀਂ ਕੋਈ ਇੰਨਾ ਵੀ ਜਾਂ ਪਰਿਵਾਰਦਿਆਂ ਨੂੰ ਵੀ ਕੋਈ ਬਾਲਾ ਨਹੀਂਗਾ ਵੀ ਚੰਡੀਗੜ੍ਹ ਹੀ ਜਾਏਗੀ ਸਹੀ ਗੱਲ ਪੁੱਛੋ ਤਾਂ ਮੇਰੀ ਜਿਹੜੀ ਸਰਦਾਰਨੀ ਇਕੱਲਾ ਜਿੰਨੇ ਮੈਂ ਬਜ਼ਾਰ ਤੀ ਸੌ ਚੁੱਕੀ ਆ ਉਸ ਦਿਨ ਵੀ ਜਵਾਗ ਜਿਹਦੇ ਨਾਲ ਲੈ ਗਿਆ ਜਿੱਤੇ ਚੰਡੀਗੜ੍ਹ ਇੱਕ ਵਾਰੀ ਗਈ ਹੈ ਅੱਛਾ ਜੀ ਇੱਕੋ ਰਾਤ ਲੱਗ ਗਈ ਆ ਅੱਛਾ ਉਸ ਤੋਂ ਬਾਅਦ ਫਿਰ ਵਾਪਸ ਪਿੰਡ ਵਾਪਸ ਆ ਗਿਆ ਜੀ ਇੱਥੇ ਲੋਕਾਂ ਚ ਲੋਕਾਂ ਦੀ ਸੇਵਾ ਲਈ ਆਪਾਂ ਤੋਂ ਸਾਡੇ ਪਰਿਵਾਰ ਨੂੰ ਹੈਣੀ ਵੀ ਅਸੀਂ ਉੱਥੇ ਰਹੀਏ ਜਾਣੀ ਜੀ ਹਾਂ ਬਹੁਤ ਵੱਡਾ ਨਾਮ ਖੁੱਡੀਆਂ ਦਾ ਜਿੱਥੇ ਸਰ ਜਗਦੇਵ ਸਿੰਘ ਖੁੱਡੀਆਂ ਹੋਰਾਂ ਨੇ ਕੀਤਾ ਉਸ ਨੂੰ ਅਸੀਂ ਪਾਲ ਲਈਏ ਉਸ ਨੂੰ ਸੰਭਾਲ ਲਈਏ ਬਹੁਤ ਆ ਸ਼ਹਿਰਾ ਸ਼ੁਰਾਂਚ ਕੀ ਜੀ 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 ਤੇ ਪੰਥਕ ਸਫਾ ਜਾਂ ਪੰਥਕ ਪੋਲਿਟਿਕਸ ਦੇ ਵਿੱਚ ਨੂੰ ਵੀ ਨਾਲ ਲੈ ਕੇ ਚੱਲੂਗੇ ਵੇਖੋ ਜੀ ਜਿਹੜੀ ਪੰਜਾਬ ਉੱਤੇ ਪੰਥ ਨੂੰ ਕੋਈ ਵੱਖਰਾ ਨਹੀਂ ਕਰ ਸਕਦਾ ਜੀ ਅਸੀਂ ਗੁਰੂਆਂ ਪੀਰਾਂ ਦੀ ਤਰਤੀ ਤੇ ਉਹਨਾਂ ਦੇ ਅਧੀਨ ਹੀ ਚੱਲਦੇ ਆ ਜੀ ਬਹੁਤੇ ਲੋਕ ਸਿੱਖ ਧਰਮ ਵਿੱਚ ਆਪਦੀ ਆਸਥਾ ਰੱਖਦੇ ਸਹੇਉ ਜਨਮ ਤੋਂ Hindu ਵੀ ਹੋਣ ਜਾਂ ਕਿਸੇ ਹੋਰ ਨਾਲ ਜੀ ਤੇ ਪੰਥ ਨੂੰ ਤੇ ਪੰਜਾਬ ਨੂੰ ਵਧਣਾ ਮੈਨੂੰ ਲੱਗਦਾ ਮੁਸ਼ਕਲ ਹੈ ਜੀ ਤੋ ਹਰ ਇੱਕ ਬੰਦੇ ਦੇ ਮਨ ਵਿੱਚ ਪੰਥ ਪ੍ਰਸਤੀਤਾ ਹੁੰਦੀ ਹੈ ਵੀ ਜੀ ਗੁਰੂ ਮਹਾਰਾਜ ਦੀ ਸੇਧ ਲੈ ਕੇ ਚੱਲਣਾ ਅਸੀਂ ਤਾਂ ਜੇ ਕਿਸੇ ਵੀ ਕਾਰੋਬਾਰ ਜਾਂਦਾ ਸੀ ਉਹਦੀ ਓਟ ਆਸਰਾ ਲੈਨੇ ਆ ਉਹਦੀ ਅਰਦਾਸ ਕਰਕੇ ਚੱਲਦੇ ਜੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਖਾਸ ਕਰ ਮੈਂ ਲੰਬੀ ਹਲਕੇ ਨੂੰ ਲੈ ਕੇ ਵੀ ਕੁਝ ਇਸ ਤਰ੍ਹਾਂ ਦਾ ਕੰਮ ਕੀ ਰਹਾ ਆ ਆਪਦੇ ਹਲਕੇ ਨੂੰ ਇੱਕ ਚੀਜ਼ ਦੇ ਕੇ ਜਾਈਏ ਕਿ ਸਦਾਬਹਾਰ ਜੀ ਯਾਦ ਰਹੇ ਦੇਖੋ ਸਮੇਂ ਸਮੇਂ ਦੀ ਜਿਹੜੀ ਲੋਡ ਹੁੰਦੀ ਆ ਲੋੜਾਂ ਬਦਲਦੀਆਂ ਰਹਿੰਦੀਆਂ ਕਦੇ ਅਸੀਂ ਲਾਲਟਨ ਤੇ ਲੈਂਪ ਤੇ ਦੀਵੇ ਨਾਲ ਡੰਗ ਲਾ ਲੈਂਦੇ ਸੀ ਫਿਰ ਬਿਜਲੀ ਆ ਗਈ ਉਹ ਤੋਂ ਵੀ ਲੋਕ ਲੱਗਣ ਲੱਗਾ ਇਹ ਬਹੁਤ ਵਧੀਆ ਚਾਨਣਾ ਆ ਜਾਂਦਾ ਫਿਰ ਇਸ ਤੋਂ ਪਾਸੇ ਹੋ ਕੇ ਵੀ ਪੱਖੇ ਦੀ ਲੋੜ ਤੇ ਪੱਖੇ ਤੋਂ ਗਾ ਕੂਲਰ ਉਹਦੇ ਤੇ ਏਸੀ ਤੇ ਆ ਗਏ ਇਹ ਤਾਂ ਸਮੇਂ-ਸਮੇਂ ਸਰ ਬਦਲਦੀਆਂ ਰਹਿੰਦੀਆਂ ਜਿਵੇਂ ਵੀ ਲੋਕ ਚਾਹਣਗੇ ਮੈਂ ਆਪਣੇ ਵੱਲੋਂ ਲੋਕਾਂ ਲਈ ਜੋ ਕਰ ਸਕਦਾ ਹੋਇਆ ਸਦਾ ਲਈ ਹਾਜ਼ਰ ਹਾਂ ਜੀ ਦੇਖੋ ਹਲਕੇ ਲਈ ਵੀ ਹੈ ਤੇ ਹਲਕੇ ਦੇ ਇਲਾਵਾ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਵੀ ਨਾਮ ਹੈ ਪੰਜਾਬ ਦੀ ਹੁਣ ਤਾਂ ਮੇਰੀ ਡਿਊਟੀ ਪੰਜਾਬ ਦੀ ਮੈਂ ਜਿਹੜੀ ਜਿੱਥੋਂ ਮੇਰਾ ਜਨਮ ਹੋਇਆ ਜਿੱਥੋਂ ਮੈਨੂੰ ਲੋਕਾਂ ਨੇ ਉਭਾਰਿਆ ਜੀ ਉੱਥੋਂ ਦੇ ਲੋਕਾਂ ਦੀ ਸੇਵਾ 'ਚ ਮੇਰਾ ਫਰਜ਼ ਹੈ ਮੈਂ ਮੰਤਰੀ ਹੋਵਾਂ ਨਾ ਹੋਵਾਂ ਐਮਐਲਏ ਨਾ ਹੋਵਾਂ ਹੋਵਾਂ ਪਰ ਇਹਨਾਂ ਲੋਕਾਂ 'ਚ ਤਾਂ ਹਾਂ ਦੇ ਦੁੱਖ ਸੁੱਖ ਦੇ ਮੇਰੇ ਸਦਾ ਲਈ ਸਾਥੀਦਾਰ ਰਹੇ ਜੀ 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 ਇੱਕ ਆਪਣੇ ਨਾ ਪਾਣੀ ਦੇ ਮਸਲੇ ਨੂੰ ਲੈ ਕੇ ਬੜਾ ਰਾਜਸਥਾਨ ਦਾ ਜਰੂਰ ਤੁਹਾਨੂੰ ਪਤਾ ਕਿ ਆਪਾਂ ਬੈਠੇ ਹੀ ਬਿਲਕੁਲ ਖਾਸ ਕਰਕੇ ਉਹਨਾਂ ਨਹਿਰਾਂ ਦਿੱਤੀ ਬੈਠੇ ਹੋ ਜਿਨ੍ਹਾਂ ਦਾ ਰੌਲਾ ਪੈਂਦਾ ਰਹਿੰਦਾ ਖਾਸ ਕਰਕੇ ਸਰਹੰਦ ਫੀਡਰ ਦਾ ਵੀ ਤੁਹਾਨੂੰ ਪਤਾ ਕਿ ਕਿੰਨੇ ਵਾਰ ਇਸ਼ੂ ਚੱਲਿਆ ਜਾ ਐਸਵਾਈਐਲ ਦਾ ਮਾਫ ਕਰਨਾ ਐਸਵਾਈਐਲ ਤੋਂ ਇਲਾਵਾ ਦੂਜੀ ਜਿਹੜੀ ਆਪਣੇ ਕਹ ਲੋ ਕੇਂਦਰਾ ਗਾਂਧੀ ਕਹਿੰਦਾ ਲਾ ਕੇ ਭਾਈ ਉਸ ਵੇਲੇ ਹੁਣ ਪਿੱਛੇ ਹੀ ਚੱਲ ਰਿਹਾ ਸੀ ਕਿ ਭਾਈ ਪਾਣੀ ਉਧਰਲੇ ਪਾਸੇ ਕਿਉਂ ਨਹੀਂ ਦਿੱਤਾ ਜਾ ਰਿਹਾ ਕਿਉਂਕਿ ਇਸ ਵੇਲੇ ਪੰਜਾਬ ਡੋਬ ਰਿਹਾ ਫੇਰ ਦੂਜੇ ਪਾਸੇ ਸਰੰਦ ਫੀਡਰ ਨੂੰ ਲੈ ਕੇ ਵੀ ਆ ਕਈ ਹੁਣ ਪੰਪਾਂ ਦਾ ਮਸਲਾ ਵੀ ਉੱਤੇ ਚੱਲ ਰਿਹਾ ਤੁਹਾਨੂੰ ਪਤਾ ਤਾਂ ਆਪਾਂ ਤੁਸੀਂ ਬੈਠੇ ਵੀ ਹੋ ਔਰ ਤੁਸੀਂ ਇਹ ਮਸਲੇ ਨੂੰ ਮੇਰੇ ਖਿਆਲ ਨਾਲ ਬਹੁਤ ਚੰਗੀ ਤਰ੍ਹਾਂ ਸਮਝਦੇ ਹੋ ਤੇ ਜਾਣਦੇ ਹੋ ਕਿ ਬਈ ਯਾਰ ਆਹ ਮਸਲੇ ਸਾਡੇ ਹੈਗੇ ਤੇ ਪਹਿਲਾਂ ਤੋਂ ਚੱਲਦੇ ਆ ਰਹੇ ਆ ਵੇਖੋ ਜਿਹੜੇ ਮਿੱਤਰ ਪਿਆਰੇ ਆ ਨਾ ਕਈ ਕਈ ਗੱਲ ਦੀ ਮੈਨੂੰ ਵੀ ਕੋਈ ਬਹੁਤੀ ਵੱਡੀ ਸਮਝ ਨਹੀਂ ਹੋ ਸਕਦੀ ਪਰ ਕਈਆਂ ਨੂੰ ਨਹੀਂ ਹੁੰਦਾ ਉਹਦੇ ਤੇ ਜ਼ਿਆਦੇ ਬਵਾਲ ਜਾਂ ਖੜਾ ਕਰ ਲੈਂਦੇ ਆ ਜੀ ਜਿਹੜੀਆਂ ਨਹਿਰਾਂ 'ਚ ਪਾਣੀ ਮ ਇਸ ਵੇਲੇ ਜਦੋਂ ਪਾਣੀ ਪੰਜਾਬ ਵਿੱਚ ਜ਼ਿਆਦੇ ਸੀ ਤੇ ਨਹਿਰਾਂ ਚ ਨਹੀਂ ਛੱਡਿਆ ਜਾ ਰਿਹਾ ਸੀ ਇਹਦਾ ਵੀ ਲੋਕ ਕਹਿੰਦੇ ਸੀ ਇਹ ਨਹਿਰ ਕਿੰਨਾ ਕੁ ਪਾਣੀ ਲੈ ਆਉਂਦੀ ਜੀ ਇਹ ਕੁਝ ਵੀ ਨਹੀਂ ਛੋਟੀਆਂ ਛੋਟੀਆਂ ਨਹਿਰਾਂ ਜਿਹੜਾ ਪਾਣੀ ਪਾਕਿਸਤਾਨ ਨੂੰ ਗੱਡਿਆ ਜਾ ਰਿਹਾ ਸੀ ਇੱਕੋ ਦੇ ਚ ਵੀ ਜੇ ਇਧਰ ਨੂੰ ਛੱਡਦੇ ਸੀ ਨਾ ਤੇ ਉਹਦੀ ਸਿਲਟ ਉਦੋਂ ਇਧਰ ਨਾਉਣੀ ਵੀ ਨਹਿਰਾਂ ਨੂੰ ਇਸ ਕਰਕੇ ਜਿਹੜੇ ਇੰਜੀਨੀਅਰ ਲੋਕ ਦੱਸਦੇ ਮੈਨੂੰ ਵੀ ਇਹਦੇ ਬਾਰੇ ਬੜਾ ਪਤਾ ਨਹੀਂ ਸੀ ਜੀ ਹਾਂ ਉਦੋਂ ਵੀ ਭਾਵੇਂ ਮੈਂ ਵੀ ਉਹ ਕਹਾਂ ਮੈਂ ਯਾਰ ਪਾਣੀ ਛੱਡੋ ਪਾਣੀ ਇੱਧਰ ਛੱਡ ਦਿਓ ਅੱਛਾ ਜੀ ਵੀ ਜਦੋਂ ਇੱਥੇ ਡੁੱਬੀ ਜਾਂਦੇ ਉਹਦੇ ਨਾਲ ਵੀ ਬਹੁਤਾ ਫਰਕ ਨਹੀਂ ਪੈਂਦਾ ਵੀ ਡੁੱਬਣ ਨਾਲ ਡੁੱਬਣੇ ਪਰ ਪਾਣੀ ਛੱਡ ਵੀ ਸਕਦੇ ਆ ਜੇ ਛੱਡਦੇ ਆ ਤਾਂ ਸਿਲਟ ਜ਼ਿਆਦਾ ਹੁੰਦੀ ਏ ਉਸ ਵੇਲੇ ਥੋੜਾ ਇਹੋ ਜੀ ਗੱਲ ਕੋਈ ਉਸ ਕਰਕੇ ਸੀ ਵੀ ਐ ਨਹੀਂ ਵੀ ਪਾਣੀ ਜਾਣ ਕੇ ਨਹੀਂ ਪਾਣੀ ਦੀ ਸੰਭਾਲ ਤਾਂ ਸਾਰੇ ਲੋਕਾਂ ਨੂੰ ਹੀ ਕਰਨੀ ਚਾਹੀਦੀ ਏ ਮੈਨੂੰ ਲੱਗਦਾ ਜੇ ਗਾਂ ਵੀ ਜਿੱਥੇ ਹਰੀਕੇ ਪੱਤਨ ਬਣਿਆ ਹੈਗਾ ਹੈਡ ਬਣਿਆ ਉਸ ਤੋਂ ਗਾਂ ਵੀ ਕਦੋਂ ਥਾਈ ਜੇ ਪਾਣੀ ਨੂੰ ਰੋਕ ਲਿਆ ਜਾਵੇ ਕਾਂਦਾ ਕੁੰਦਾ ਇਹੇ ਜੇ ਹੈਡ ਬਣਾ ਕੇ ਕੁਝ ਲੋਕਾਂ ਤਾਂ ਇਹ ਉਹ ਪਾਣੀ ਜੇ ਟਿਊਬਵਲਾਂ ਦਾ ਜਾਂ ਕੋਈ ਹੋਰ ਲਾਉਣ ਦੀ ਬਜਾਈ ਉਹੀ ਲੈਫਟ ਲੋ ਟੋ ਕੇ ਮਿਲ ਸਕਦਾ ਇਹਦੇ ਤੇ ਤਾਂ ਕੰਮ ਵੱਡਾ ਹੋਣ ਵਾਲਾ ਜੇ ਨੂੰ ਸਾਰੇ ਲੋਕ ਜਿਹੜੇ ਉਹਦੇ ਨਾਲ ਇਰੀਗੇਸ਼ਨ ਦੇ ਨਾਲ ਸੰਬੰਧ ਰੱਖਦੇ ਇੰਜੀਨੀਅਰ ਤੇ ਅਸੀਂ ਸਿਆਸੀ ਲੋਕ ਵੀ ਸੋਚ ਗਏ ਵੀ ਇਹਦੇ ਤੇ ਦੂਜੀ ਜਿਹੜੀ ਲਿਫਟ ਪੰਪ ਦੀ ਗੱਲ ਹੈ ਵੀ ਇਹ ਇਹ ਵੀ ਪਹਿਲਾਂ ਜਦੋਂ ਗਿਆਨੀ ਜੈਲ ਸਿੰਘ ਦੀ ਸਰਕਾਰ ਸੀ ਉਸ ਵੇਲੇ 7ਕ ਲਿਫਟ ਪੰਪ ਲੱਗੇ ਸਾਡਾ ਗੁੱਡੀਆਂ ਦਾ ਵੀ ਲੱਗਿਆ ਸੀ ਹਾਂਜੀ ਉਸ ਤੋਂ ਬਾਅਦ ਫਿਰ ਅਕਾਲੀ ਗਵਰਨਮੈਂਟ ਆ ਗਈ 70 ਵਾਲੀ ਫੇਰ ਵਧ ਗਏ ਫਿਰ ਜਿਹੜੀ ਵੀ ਸਰਕਾਰ ਆਈ ਹਰਚਰਨ ਸਿੰਘ ਬਰਾੜ ਨੇ ਵੀ ਦਿੱਤੇ ਉਹ ਸਾਰੇ ਪੁਲਾਂ ਤੇ ਸਾਰੇ ਲੋਕਾਂ ਨੇ ਹੁਣ ਵੱਡੀ ਗੱਲ ਆ ਵੀ ਉਹ ਤੁਸੀਂ ਵੀ ਅਸੀਂ ਪਾਕਿਸਤਾਨ ਨੂੰ ਵੀ ਪਾਣੀ ਟੱਪਣ ਦੇਈਏ ਜੀ ਤੇ ਮਾਨ ਸਾਹਿਬ ਨੇ ਇਹ ਸੋਚਿਆ ਵੀ ਆਪਾਂ ਕਿਉਂ ਨਾ ਤੀਜੀ ਨਹਿਰ ਬਣਾ ਦਈਏ ਪਰਲੇ ਨਾਲ 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 ਨਹਿਰ ਦੇ ਰਾਜਸਥਾਨ ਫੀਡਰ ਦੇ ਨਾਲ ਇਹਨਾਂ ਲੋਕਾਂ ਨੂੰ ਪਾਣੀ ਦੀ ਪੂਰਤੀ ਹੋ ਜਾਏ ਉਹਦੇ ਤੇ ਕੰਮ ਹੋਣ ਵਾਲਾ ਤੇ ਹੋ ਜਾਊਗਾ ਮੇਰੇ ਨਾਲ ਚੀਮਾ ਸਾਹਿਬ ਵੀ ਜਿਹੜੇ ਸਾਡੇ ਖਜ਼ਾਨਾ ਮੰਤਰੀ ਉਹਨਾਂ ਨੇ ਵੀ ਗੱਲ ਕੀਤੀ ਹੈ ਵੀ ਇਹ ਜੇ ਤਿੰਨ ਫੇਸ ਚ ਆਪਾਂ ਬਣਾ ਲੀਏ ਇੱਕ ਵਾਰੀ 50 ਕਿਲੋਮੀਟਰ ਵਾਜੇ ਫਿਰ 50 ਤੇ 140 ਕਿਲੋਮੀਟਰ ਹੈ ਮੈਂ ਖੇਜ ਵੇ ਵੀ ਉਹਨੂੰ ਕਿਹਾ ਸੀ ਵੀ ਆ ਇਨ ਇ ਨਾਲ ਜੇ ਉੱਥੇ ਇੱਕ ਵਾਰੀ ਅੱਧਾ ਚੱਲ ਪਏ ਫਿਰ ਕੁਝ ਲਿਫਟ ਹੋਈ ਜਾਂਦਾ ਫਿਰ ਗਾਂ ਹੋ ਜੇ ਇਹ ਇਹਦੇ ਤੇ ਸ਼ਾਇਦੇ ਵੱਡਾ ਲੋਕਾਂ ਨੂੰ ਇੱਕ ਭਗਵੰਤ ਮਾਨ ਹੋ ਰਾਂ ਦਾ ਜਿਹੜੇ ਨਹਿਰਾਂ ਦੇ ਨਾਲ ਟੇਲੈਂਡਰ ਏਰੀਆ ਜਿਹੜਾ ਹੈਗਾ ਜਿਹੜੇ ਲਿਫਟ ਕਰਦੇ ਪਾਣੀ ਨੂੰ ਉਹਨਾਂ ਨੂੰ ਤੋਹਫਾ ਆਊਗਾ ਕੋਈ ਉਹਦੇ ਤੇ ਹੋਰ ਖਰਚ ਨਹੀਂ ਹੋਣਾ ਜੀ ਤੁਹਾਨੂੰ ਪਤਾ ਪੰਜਾਬ ਦੇ ਵੱਡੇ ਮੁੱਦਿਆਂ ਦੇ ਵਿੱਚ ਡਰੱਗ ਵੀ ਆ ਜਾਂਦੀ ਹੈ ਕਰਪਸ਼ਨ ਵੀ ਆ ਜਾਂਦੇ ਸਾਰੇ ਮੁੱਦੇ ਆ ਜਾਂਦੇ ਆਗੇ ਕਈ ਵਾਰੀ ਹੁੰਦਾ ਹੋਣਾ ਕਿ ਕੋਈ ਨਾ ਕੋਈ ਬੰਦਾ ਆ ਜਾਂਦਾ ਕਿ ਜੀ ਆ ਫੋਨ ਕਰੋ ਸਾਡਾ ਯਾਰ ਬੰਦਾ ਤੁਹਾਡੀ ਛੁੜਾ ਦੇਉ ਜਾਂ ਫਲਾਣੀ ਬੰਦੇ ਦੇ ਤੇ ਆ ਚੀਜ਼ ਹੋ ਗਈ ਹੈ ਤਾਂ ਫਿਰ ਉੱਥੇ ਜਵਾਬ ਕੀ ਹੁੰਦਾ ਤੁਹਾਡਾ ਵਿਜਰੁਖ ਖਾਸ ਕਰਕੇ ਕਈ ਵਾਰ ਕੋ ਆਪਦਾ ਹੀ ਬੰਦਾ ਆ ਜਾਂਦਾ ਵਿਚਾਲੇ ਆ ਜਾਂਦੇ ਕਈ ਵਾਰੀ ਪਰ ਮੈਂ ਕਿਸੇ ਨੂੰ ਵੀ ਡਰੱਗ ਵਾਲੇ ਮਿੱਤਰ ਪਿਆਰੇ ਦੀ ਕੋਈ ਵੀ ਪੁਲਿਸ ਅਫਸਰ ਇੱਕ ਵੀ ਕਹ ਦੇ ਵੀ ਗੁਰਮੀਤ ਸਿੰਘ ਨੇ ਇਹ ਜਗ ਦੇ ਮੈਂ ਨਹੀਂ ਇਸ ਕੱਲ ਦਾ ਜਵਾਬ ਕਿਉਂਕਿ ਜੇ ਅਸੀਂ ਸਾਡੀ ਤਾਂ ਡਿਊਟੀ ਹੈ ਸਰਕਾਰ ਹੁੰਦੀ ਹੈ ਪਰ ਅਸੀਂ ਇੱਕ ਸਮਾਜ ਦਾੰਗ ਹੋਣ ਦੇ ਨਾਤੇ ਵੀ ਸਾਡਾ ਫਰਜ਼ ਆ ਵੀ ਇਹਦੇ ਵਿੱਚ ਅਸੀਂ ਕਿਸੇ ਦਾ ਹੌਸਲਾ ਨਾ ਵਧਾਈਏ ਜੀ ਅਸੀਂ ਕਿਸੇ ਨੂੰ ਨਾਪ ਨਹੀਂ ਸਕਦੇ ਤਾਂ ਇਹ ਸਮੱਸਿਆ ਬਹੁਤ ਵੱਡੀ ਹੈ ਸਮੱਸਿਆ ਚਾਹੇ ਬਾਰਡਰ ਤੋਂ ਵੀ ਹੁੰਦੀ ਹੈ ਪਰ ਇਹਦੇ ਚ ਬਣਾਉਣ ਵਾਲੇ ਹੋਰ ਗੋਲੀਆਂ ਗੱਪਿਆਂ ਤੋਂ ਵੀ ਪਾਊਡਰ ਫੂਡ ਇਹ ਜੇ ਲੋਕ ਆਪਣੇ ਬੱਚਿਆਂ ਨੂੰ ਥੋੜਾ ਆਪ ਸਮਝਾ ਕੇ ਕੁਝ ਤਾਂ ਪਰਿਵਾਰ ਸੈਪਰੇਸ਼ਨ ਦੀ ਚ ਰਹਿਣ ਲੱਗ ਗਏ ਬੱਚਾ ਕਿਤੇ ਪੈਂਦਾ ਬਾਪ ਆ ਕਿੱਥੇ ਆ ਆਪਣੇ ਵੇਲੇ ਜਵਾਕ ਮਾਂ ਬਾਪ ਕੋਲੇ ਹੋਇਆ ਕਰਦੇ ਸਨ ਤਾਂ ਉਹਨਾਂ ਦੀ ਨਿਗਾ ਚ ਰਹਿਣ ਤਾਂ ਠੀਕ ਰਹਿੰਦਾ ਨਹੀਂ ਤਾਂ ਕੰਮ ਖਰਾਬ ਹੋ ਜਾਂਦਾ ਖਰਾਬ ਹੋ ਵੀ ਰਿਹਾ ਬਹੁਤ ਸਾਰਾ ਹੋ ਰਿਹਾ ਪਗਲ ਪਰ ਕਈ ਗੱਲਾਂ ਨਾ ਜਿਵੇਂ ਟੀਕਾ ਲਾਉਣ ਵਾਲਾ ਉਹ ਆਪਾ ਪੀਂਦੇ ਨੇ ਗੋਲੀ ਖਾਣ ਵਾਲੀ ਆ ਤੇ ਉਹਦਾ ਆਪਾ ਟੀਕਾ ਨਹੀਂ ਇਹ ਨਵੇਂ ਆ ਆਪਣੇ ਆਪ ਚ ਡਾਕਟਰ ਬਣੇ ਆ ਉਹ ਚੀਜ਼ਾਂ ਨੂੰ ਇਨਫੈਕਸ਼ਨ ਤਾਂ ਉਹਦੇ ਨਾਲ ਹੁੰਦੀ ਹੈ ਕਿਤੇ ਵੱਧ ਹੁੰਦੀ ਘਾਟੂ ਗੰਗੀਆਂ ਕੋਈ ਜ਼ਹਿਰੀਲਾ ਹੁੰਦਾ ਵੀ ਜਾਂ ਜੀ ਕਿਉਂਕਿ ਮੈਂ ਤਾਂ ਬਹੁਤਾ ਇਹਨੂੰ ਮੈਡੀਕਲੀ ਤਾਂ ਜਾਣਦਾ ਵੀ ਨਹੀਂ ਵੀ ਕੀ ਦੇਚ ਕੀ ਕੁਛ ਹੁੰਦਾ ਜੀ ਜੀ ਤਾਂ ਮੇਰਾ ਕੀਲਾ ਸਵਾਲ ਆ ਕਿ ਖਾਸ ਕਰਕੇ ਕਿਉਂਕਿ ਐਮਐਲਏ ਤੋਂ ਬਾਅਦ ਮੰਤਰੀ ਬਣ ਕੇ ਜ਼ਿੰਮੇਵਾਰੀ ਵੱਡੀ ਪੈ ਗਈ ਡਿਪਾਰਟਮੈਂਟ ਵੀ ਤੁਹਾਡਾ ਤੁਹਾਨੂੰ ਪਤਾ ਖਾਸਾ ਵਰਕਲੋਡ ਹੀ ਬਹੁਤ ਮੰਗਦਾ ਹੈਗਾ ਤਾਂ ਪਰਸਨਲ ਲਾਈਫ ਕਿਵੇਂ ਆ ਘਰ ਦੇ ਸ਼ਿਕਵਾ ਕਰਦੇ ਨੇ ਖਾਸ ਕਰਕੇ ਬੱਚੇ ਜਾਂ ਵਾਈਫ ਤੁਹਾਡੀ ਕਿ ਬਾਈ ਟਾਈਮ ਹੀ ਨਹੀਂ ਮਿਲਦਾ ਹੁੰਦਾ ਜਮੇ ਜਦੋਂ ਜ਼ਿੰਮੇਵਾਰੀ ਵਧਦੀ ਹੋ ਜੇ ਇਧਰ ਵਿਲੇ ਹੋ ਕੇ ਜਦੋਂ ਘਰੇ ਪਹੁੰਚਦੇ ਹਾਂ ਜੀ ਤਾਂ ਤਿਆਂ ਦੀ ਤਾਂ ਮੈਨੂੰ ਬਹੁਤਾ ਕਿਉਂਕਿ ਲੰਮੇ ਸਮੇਂ ਤੋਂ ਇਹੀ ਆ ਹੀ ਚੱਲਦਾ ਆ ਰਿਹਾ ਤੋੜ ਭਾਜੀ ਰਹੀ ਆ ਸਾਰਿਆਂ ਨੂੰ ਆਂ ਪਰ ਇਹਦੇ ਵਿੱਚ ਕਈਆਂ ਨੂੰ ਨੇੜਲੇਆਂ ਨੂੰ ਰਿਸ਼ਤੇਦਾਰਾਂ ਨੂੰ ਵੀ ਲੱਗਦਾ ਯਾਰ ਉਵੇਂ ਜੇ ਸਮਾਂ ਨਹੀਂ ਮਿਲਦਾ ਜੀ ਮੈਂ ਮੇਰੇ ਵਾਸਤੇ ਵੀ ਮਜਬੂਰੀ ਬਣ ਜਾਂਦੀ ਹੈ ਜੇ ਹੁਣ ਮੈਂ ਪਿੰਡ ਵੀ ਆਉਣਾ ਤਾਂ ਪੰਜ ਚਾਰ ਸੌ ਬੰਦਾ ਆਇਆ ਬੈਠਾ ਹੁੰਦਾ ਉਹਦੇ ਚ ਕੋ ਰਿਸ਼ਤੇਦਾਰ ਆਇਆ ਭੈਣ ਭਾਈ ਆ ਉਹਦੇ ਨਾਲ ਓਨਾ ਕਚਰੀ ਵੀ ਹਾਂਜੀ ਦੱਸੋ ਜੀ ਅਗਲੇ ਦਾ ਜੀ ਕਰਦਾ ਹੁੰਦਾ ਵੀ ਆਪਦੇ ਬੈਠੇ ਹੋਰ ਵੀ ਦੁੱਖ ਸੁੱਖ ਦੀਆਂ ਗੱਲਾਂ ਕਰੇਗੇ ਉਹ ਟਾਈਮ ਨਹੀਂ ਮਿਲ ਸਕਦਾ ਇਹਦੇ ਥੋੜੀ ਜਿਹੜੀ ਪਰਸਨਲ ਲਾਈਫ ਆ ਡਿਸਟਰਬ ਤਾਂ ਜ਼ਰੂਰ ਹੁੰਦੀ ਹੈ ਪਰ ਫਿਰ ਜੇ ਦੂਸਰੇ ਪਾਸੇ ਸੋਚੀਦਾ ਵੀ ਕਿਸੇ ਨੂੰ ਤਾਂ ਕੁਝ ਕਰਨਾ ਪਊ ਤੇ ਲੋਕਾਂ ਨੇ ਬਹੁਤ ਵੱਡਾ ਮਾਨ ਸਨਮਾਨ ਦਿੱਤਾ ਹੈ ਜੀ ਲੋਕਾਂ ਨੇ ਸ਼ਾਇਦ ਇਸ ਵਾਸਤੇ ਦਿੱਤਾ ਤੇ ਕਰਨਾ ਚਾਹੀਦਾ ਜੀ 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 ਖੈਰ ਤੁਸੀਂ ਤੋਂ ਸਮਾਰ ਦਿੱਤਾ ਜੀ ਤੇ ਕਿਉਂਕਿ ਜੀ ਐਵੇਂ ਤੁਹਾਡੇ ਬਹੁਤ ਜ਼ਿਆਦਾ ਨੇ ਫਿਰ ਵੀ ਧੰਨਵਾਦ ਤੁਹਾਡਾ ਜੀ ਸ਼ੋਗਰੀਆ ਥੈਂਕ ਯੂ ਮਾਸ ਤੇ ਨਾਲ ਹੀ ਭਾਈ ਤੁਹਾਡਾ ਵੀ ਸਭ ਦਾ ਧੰਨਵਾਦ ਦੁਬਾਰਾ ਕਿਸੇ ਨਵੇਂ ਐਪੀਸੋਡ 'ਚ ਫਿਰ ਜੁੜਾਂਗੇ ਸਾਰਿਆਂ ਨੂੰ ਦੁਬਾਰਾ ਤੋਂ ਫਿਰ ਸਾਸੀ ਕਾਲ